ਇਟਸ ਯੂਅਰ ਬੋਡੀ ਬੋਡੀ ਬਾਬਾ। ਸਾਡੇ ਦੋ ਕਮਰੇ ਹੁੰਦੇ ਸੀਗੇ ਤੇ ਪੜ੍ਹਨ ਲਈ ਤੇ ਇੱਕ ਕਮਰਾ ਕਿਰਾਏ ਤੇ ਚੜਾ ਕੇ ਅਸੀਂ ਉਹਨਾਂ ਪੜ੍ਹਦੇ ਰਹੇ। ਡੱਬਿਆਂ ਦੀ ਫੈਕਟਰੀ ਮੈਂ ਲੱਗਿਆ ਰਿਹਾ 700 ਰੁਪਏ ਮਹੀਨਾ ਦੇ। ਡਾਕਟਰ ਦੀ ਕੰਪਾਊਂਡਰੀ ਕੀਤੀ 500 ਮਹੀਨੇ। ਦਵਾਈਆਂ ਮੈਂ ਪਹਿਲਾਂ ਝਾੜੂ ਮਾਰਦਾ ਹੁੰਦਾ ਸੀ ਦੁਕਾਨ ਜਾਣ ਤੋਂ ਪਹਿਲਾਂ ਵੀ, ਕਿਉਂਕਿ ਵਿਚਾਰੇ ਇਮੋਸ਼ਨਲ ਬੰਦੇ ਸੀਗੇ, ਉਹ ਦੂਜਿਆਂ ਦੀ ਖਾਤਰ ਨਾ ਕਰਜ਼ਾਈ ਹੋ ਗਏ, ਦੁਕਾਨ ਸਾਡੀ ਥੱਲੇ ਲੱਗ ਗਈ। ਮੈਨੂੰ ਜਦੋਂ ਬੜਾ ਬੁਰਾ ਲੱਗਦਾ ਜਦੋਂ ਕੋਈ ਕਹਿੰਦਾ ਸੀ ਭਾਜੀ ਤੈਨੂੰ 1500 ਰੁਪਏ ਦੇ ਦਿਆਂਗੇ, ਤੂੰ ਨਾਲ ਆ ਜਾਈ ਵਿੱਚ ਹਸਾ ਦੇ। ਬਟ ਮੈਂ ਉਦੋਂ, ਮੈਨੂੰ ਯਾਦ ਹੈ, ਮੈਂ 73 ਵਾਜਾਂ ਕੱਢਦਾ ਹੁੰਦਾ ਸੀ। ਕੰਪੀਟੀਸ਼ਨ ਜਿੱਤ ਗਏ ਸੀਗੇ ਕਪਲ, ਉਹ ਹਾਰ ਗਿਆ ਸੀ, ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਸ ਲੈਵਲ 'ਤੇ ਅੱਜ ਕਪਲ ਪਹੁੰਚ ਚੁੱਕਿਆ ਤੁਸੀਂ ਉੱਥੇ ਨਹੀਂ ਜਾ ਸਕੇ? ਅਤੇ ਕਪਲ 1.25 ਕਰੋੜ ਦਾ ਮੈਂ 1.5 ਲਵਾਂਗਾ। PGA 'ਚ ਰਿਹਾ 1.5 ਮਹੀਨਾ, ਮੈਂ ਦੇਖਿਆ ਉੱਥੇ ਜ਼ਿੰਦਗੀ ਦੇਖੀ ਆ। ਉਹਦੇ ਹੀ ਦੋਸਤ ਨੇ ਗੱਲ ਕਹੀ, ਜਿਹੜੇ ਸਾਡੇ ਪ੍ਰੋਡਿਊਸਰ ਨੇ ਰਾਜੀਵ ਢਿੰਗਰਾ ਭਾਜੀ, ਬਿਲਕੁਲ ਉਹਨਾਂ ਨੇ ਗੱਲ ਕਹੀ, ਕਹਿੰਦੇ ਜਸਵੰਤ ਮੈਂ ਨਾ ਕਪਿਲ ਨੂੰ ਗੱਲ ਕਹੀ, ਮੈਂ ਕਿਹਾ ਵੀ ਜਸਵੰਤ ਨੂੰ ਉਹਦਾ ਡਿਊ ਨਹੀਂ ਮਿਲਿਆ ਅਜੇ। ਮੇਰੀ ਅਚੀਵਮੈਂਟ ਤਾਂ ਉੱਦਾਂ ਹੀ ਹੋ ਗਈ ਸੀ ਜਿੱਦਣ ਮੈਂ ਸੁਨੀਲ ਸ਼ੈਟੀ ਦੇ ਘਰ ਚਲਾ ਗਿਆ ਸੀ। ਮੈਂ ਕਿਹਾ ਸਰ ਜੋ ਵੀ ਆਪਕੀ ਵਜ੍ਹਾ ਸਹੀ ਹੈ, ਲਾਈਨ ਜੋ ਵੀ ਹੋਤਾ ਆਪਣਾ ਟੈਲੈਂਟ ਕੀ ਵਜ੍ਹਾ ਸੇ ਹੋਤਾ ਹੈ। ਉਹਦੇ 'ਚ ਮੇਰੇ ਕੋਲ ਮੂੰਹ ਦੇ ਪੈਸੇ ਨਹੀਂ ਹੁੰਦੇ, ਮੈਂ ਆਟੇ ਦੀ ਲੇਵੀ ਬਣਾ ਕੇ ਨਾ ਫੋਟੋਆਂ ਜੋੜਦਾ ਹੁੰਦਾ, ਐਨਕ ਲਾਈ ਅਤੇ ਸਪੈਕਸ ਲਾ ਲਈ, ਸੁਨੀਲ ਸ਼ੈਟੀ ਦੇ ਮੋਢੇ 'ਤੇ ਲੈਂ, ਉਹ ਮੈਨੂੰ ਐਂ ਫੀਲ ਹੋਇਆ ਸੱਚ ਹੋ ਗਿਆ ਆ। ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦਾ ਹਾਈ ਜਸਵੰਤ ਮੈਂ ਵੀ ਜਾ ਰਿਹਾ ਹਾਂ ਬੇਟਾ ਨਿਊਯਾਰਕ, ਤੋ ਤੁਮ ਅਗਲੇ ਮਹੀਨੇ ਜ਼ਰੂਰ ਆਓ ਘਰ ਪਰ, ਮੈਂ ਚਾਹਤਾ ਹੂੰ ਕਿ ਆਥੀਆ ਹਾਂ ਯੇ ਦੇਖੇਂ, ਉਨਕੋ ਮੈਂ ਦਿਖਾਨਾ ਚਾਹਤਾ ਹੂੰ ਕਿ ਜ਼ਿੰਦਗੀ ਮੈਂ ਐਸਾ ਹੀ ਕੋਈ ਆਰਟਿਸਟ ਨਹੀਂ ਬਣ ਜਾਤਾ। ਪਹਿਲੀ ਵਾਰ 2012 ਦੀ ਗੱਲ ਹੈ, ਜਦੋਂ ਮੈਂ ਲਿਫਟ 'ਚ ਵੜਿਆ ਅਤੇ ਮੈਂ ਇੱਕਦਮ ਯਾਦ ਕੀਤਾ ਆਪਣੀ ਦੁਕਾਨ ਡੈਡੀ ਦੀ, ਮੈਂ ਕਿਹਾ ਯਾਰ ਸੱਚ ਹੋ ਗਿਆ ਮੇਰੇ ਹੱਸਦੇ। ਮੈਂ ਇੱਕ ਵਾਰ ਲਾਈਵ ਸ਼ੋਅ 'ਚ ਬੋਲਦਾ ਹੁੰਦਾ, ਕਹਿੰਦੇ ਜਹਾਜ਼ ਵੀ ਉੱਡਦਾ ਰੋਕਟ ਵੀ ਉੱਡਦਾ, ਬਿਲਕੁਲ। ਕਹਿੰਦਾ ਉਹ ਇੱਕ ਦੂਜੇ ਨੂੰ ਪੁੱਛਦੇ, ਜਹਾਜ਼ ਪੁੱਛਦਾ ਯਾਰ ਉੱਡਦਾ ਮੈਂ ਵੀ ਉੱਡਦਾ ਤੂੰ ਵੀ, ਤੂੰ ਇੰਨਾ ਉੱਪਰ ਕਿਵੇਂ, ਅੰਤਰਿਕਸ਼ ਕਿਵੇਂ ਚੱਲ ਜਾਂਦਾ? ਕਹਿੰਦਾ ਧਿਆਨ ਦੇ ਪਿੱਛੇ ਅੱਗ ਲੱਗੀ ਹੋਈ ਹੈ। ਉਹ ਲੰਬੂ ਯਾਰ ਤੈਨੂੰ ਕਿੰਨੀ ਵਾਰ ਗਿਆ, ਜਦੋਂ ਕੋਈ ਬੰਦਾ ਬੈਠਾ ਹੋਵੇ ਨਾ ਮੈਂ ਗੱਲ ਨਹੀਂ ਕਰਦੀ, ਚੱਲ ਬਾਅਦ 'ਚ ਗੱਲ ਕਰਦੇ ਯਾਰ। ਕਾਮਯਾਬ ਇਨਸਾਨ ਦੇ ਪਿੱਛੇ ਰਹਿੰਦੇ ਔਰ ਦਾ ਹੱਥ ਹੁੰਦਾ ਤੇ ਨਾਕਾਮਯਾਬ ਪਿੱਛੇ ਕਈਆਂ ਦਾ। ਹੋ ਗੱਲ ਕੋਈ ਬਹੁਤੀ ਨਹੀਂ ਪੁਰਾਣੀ, ਉਹ ਹੁਣ ਨਾ ਖੇਡਣ ਇਕੱਠੇ ਹਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਬਰਾੜ ਜੋ ਕਰਦਾ ਸਭ ਦਾ ਦਿਲੋਂ ਸਤਿਕਾਰ ਅਤੇ ਬੌਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਹਿੰਦਾ ਵੈਲਕਮ ਜਨਾਬ, ਵੈਲਕਮ ਜਨਾਬ। ਜੇਕਰ ਦੋਸਤੋ ਤੁਸੀਂ MH1 ਦਾ ਇੱਕ ਸ਼ੋਅ ਦੇਖਿਆ ਸੀ ਹੱਸਦੇ ਹਸਾਉਂਦੇ ਰਹੋ, ਤਾਂ ਤੁਸੀਂ ਜਸਵੰਤ ਰਥੌੜ ਜਾਣੀ ਜਸਵੰਤ ਸਿੰਘ ਨੂੰ ਸਾਰੇ ਜਾਣਦੇ ਹੋਵੋਗੇ। ਉਸਨੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਵੀ ਮਾਤ ਦਿੱਤੀ ਸੀ ਅਤੇ ਉਸ ਸ਼ੋਅ ਦਾ ਵਿਨਰ ਬਣਿਆ ਸੀ। ਸੋ ਸਾਡੇ ਨਾਲ ਸਟੂਡੀਓ 'ਚ ਅੱਜ ਜਸਵੰਤ ਰਥੌੜ ਜੀ ਮੌਜੂਦ ਆ, ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਜੀਵਨ ਬਾਰੇ ਅਤੇ ਸੰਘਰਸ਼ ਬਾਰੇ ਜਾਣਨਾ, ਕਿਉਂਕਿ ਤੁਸੀਂ ਉਹਨੂੰ TV ਚੈਨਲ 'ਤੇ ਅਕਸਰ ਦੇਖਿਆ ਪਰ ਉਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਲੋਕ ਜਾਣਦੇ ਆ। ਸੋ ਆਓ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ, ਐਂਡ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਦੱਸੋ ਬਾਈ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਮੈਂ ਕਿਹਾ ਕਿਆ ਬੋਲੀ ਹੋਲੀ ਬਾਬਾ ਅਤੇ ਬਾਬਿਆਂ ਦੇ ਦੇਸ਼ ਕਿਤੇ ਚੇਲੇ ਤਾਂ ਖੁਸ਼ ਹੀ ਰਹਿੰਦੇ ਫਿਰ। ਕਿਆ ਬਾਤ ਹੈ ਜੀ। ਹੋਰ ਬਾਈ ਜੀ, ਬਹੁਤ ਖੁਸ਼ੀ ਹੋਈ ਤੁਸੀਂ ਇੰਨਾ ਸਮਾਂ ਕੱਢਿਆ ਜੀ। ਥੈਂਕ ਯੂ। ਅਤੇ ਬਾਈ ਜੀ, ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਸੰਘਰਸ਼ ਤੋਂ, ਕਿਉਂਕਿ ਕੋਈ ਵੀ ਆਰਟਿਸਟ ਨੂੰ ਇਸ ਲੈਵਲ 'ਤੇ ਪਹੁੰਚਣ ਲਈ ਨਾ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ, ਸੋ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਜੀ? ਸੰਘਰਸ਼ ਤਾਂ ਮੈਨੂੰ ਲੱਗਦਾ ਕਦੇ ਖਤਮ ਨਹੀਂ ਹੁੰਦਾ, ਹੁਣ ਵੀ ਕਰ ਰਹੇ ਹਾਂ। ਹਾਂਜੀ, ਇੱਕ ਮਾਇਨੇ ਹੁੰਦੇ ਵੀ ਸੰਘਰਸ਼ ਕਿਹੜਾ ਹੈ, ਇੱਕ ਗਲੀ ਮਹੱਲੇ ਵਾਲਾ ਹੁੰਦਾ, ਇੱਕ ਰੋਡ ਵਾਲਾ, ਇੱਕ ਹਾਈਵੇ ਵਾਲਾ, ਹਾਂਜੀ, ਇੱਕ ਏਅਰਪੋਰਟ ਵਾਲਾ, ਇੱਕ ਸਟੇਸ਼ਨ ਵਾਲਾ। ਹਾਂਜੀ, ਇਹ ਅਲੱਗ ਅਲੱਗ ਪਾਏਦਾਨ ਚੇਂਜ ਹੁੰਦੇ ਰਹਿੰਦੇ ਆ। ਸਹੀ ਹੈ। ਪਹਿਲਾਂ ਆਪਣੇ ਆਪ ਨੂੰ ਤਲਾਸ਼ਦੇ ਹੁੰਦੇ ਸੀਗੇ ਕੀ ਕਰਨਾ ਜ਼ਿੰਦਗੀ 'ਚ, ਹੈ ਨਾ? ਅਤੇ ਹੁਣ ਜਦੋਂ ਪਤਾ ਲੱਗ ਗਿਆ, ਹੁਣ ਮਿਹਨਤ ਕਰਨ 'ਚ ਸਟਰਗਲ ਹੈ, ਫਿਰ ਜਦੋਂ ਇੱਕ ਟਾਈਮ ਇੱਦਾਂ ਦਾ ਆ ਜਾਂਦਾ ਜਦੋਂ ਤੁਹਾਨੂੰ ਤੁਸੀਂ ਚਾਹੁੰਦੇ ਹੋ ਵੀ ਹੁਣ ਇਹ ਚੀਜ਼ ਨੂੰ ਲੋਕ ਦੇਖਣ, ਹਾਂਜੀ ਬਿਲਕੁਲ, ਫਿਰ ਅਰਦਾਸ ਕਰਦੇ ਵੀ ਹਿੱਟ ਹੋਵੇ। ਠੀਕ ਹੈ। ਅਲੱਗ ਅਲੱਗ ਹੈ, ਮੈਨੂੰ ਇੱਦਾਂ ਲੱਗਦਾ ਕਿ ਚੜ੍ਹਦੀ ਕਲਾ 'ਚ ਹਮੇਸ਼ਾ, ਉਦੋਂ ਵੀ ਚੜ੍ਹਦੀ ਕਲਾ ਜਦੋਂ ਸਾਈਕਲ 'ਤੇ ਹੁੰਦੇ ਸੀ, ਹਾਂਜੀ, ਅੱਜ ਵੀ ਚੜ੍ਹਦੀ ਕਲਾ ਜਦੋਂ ਥੱਲੇ 4 ਪਹੀਏ ਆ। ਡੈਡੀ ਸਾਡੇ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਗਾਹਕ ਆਵੇ ਨਾ ਆਵੇ ਕਾਊਂਟਰ 'ਤੇ ਕੱਪੜਾ ਮਾਰ ਕੇ ਰੱਖੋ। ਹਾਂਜੀ ਹਾਂਜੀ। ਅਤੇ ਉਹ ਮੈਂ ਚੀਜ਼ ਆਪਣੀ ਕਲਾ 'ਚ ਸਿੱਖੀ ਆ ਕਿ ਮੇਰੇ ਕੋਲ ਕੰਮ ਹੋਵੇ ਨਾ ਹੋਵੇ, ਮੇਰੀ ਮਨਪਸੰਦ ਦਾ ਜਿੱਦਾਂ ਮਰਜ਼ੀ, ਬਟ ਮੈਂ ਜਿੰਮ ਨਹੀਂ ਛੱਡਦਾ। ਅੱਛਾ ਜੀ। ਸਹੀ ਖੁਰਾਕ ਨਹੀਂ ਛੱਡਦਾ, ਕਿ ਇੱਕ ਕਲਾਕਾਰ ਨੂੰ ਇੱਕ ਯੰਗ ਜਵਾਨ ਬਣੇ ਰਹਿਣਾ, ਖੁਸ਼ ਰਹਿਣਾ, ਆਪਣੀ ਤਬੀਅਤ ਖੁਸ਼ ਰੱਖਣਾ, ਇਹ ਸਭ ਤੋਂ ਵੱਡਾ ਸੰਘਰਸ਼ ਹੈ। ਉਹ ਮੈਂ ਉੱਥੋਂ ਸਿੱਖੀ। ਠੀਕ ਹੈ। ਕਿ ਜਲੇਬੀ ਬਣਾਉਂਦੇ ਹੁੰਦੇ ਸੀਗੇ ਅਤੇ ਜਲੇਬੀ ਵੱਲ ਦੇ ਕੇ, ਮੈਨੂੰ ਥੋੜ੍ਹੇ ਦਿਨ ਪਹਿਲਾਂ ਗੱਲ ਇੱਕ ਤਾਂ ਪੜ੍ਹੀ ਮੈਂ, ਕਹਿੰਦੇ ਜਲੇਬੀ ਦੇਖੋ ਕਿੰਨਾ ਵਧੀਆ ਉਹ ਹੈ ਮਿਠਿਆਈ, ਅਤੇ ਖੁਦ ਟੇਢੀ ਮੇਢੀ ਉਲਝੀ ਹੋਈ ਹੈ ਪਰ ਦੂਜੇ ਨੂੰ ਮਿਠਾਸ ਦਿੰਦੀ। ਸਹੀ ਗੱਲ ਹੈ ਜੀ, ਕਿਆ ਬਾਤ। ਅਤੇ ਕਲਾਕਾਰ ਉਹੀ ਹੁੰਦਾ ਕਿ ਤੁਹਾਡੀ ਜ਼ਿੰਦਗੀ 'ਚ ਕੀ ਉਲਝਣਾ, ਕੀ ਗਰੀਬੀ 'ਚੋਂ ਆਏ ਹੋ, ਇਹ ਤੁਹਾਡਾ ਪਰਸਨਲ ਹੈ। ਠੀਕ ਹੈ। ਉਹ ਇੱਕ ਦਿਨ ਤੁਸੀਂ ਜਦੋਂ ਮੁਕਾਮ 'ਤੇ ਚੱਲ ਜਾਣਾ, ਤੁਹਾਡਾ ਉਹੀ ਇਤਿਹਾਸ ਬਣ ਜਾਣਾ। ਸਹੀ ਹੈ ਜੀ। ਬਾਈ, ਜਿਵੇਂ ਤੁਸੀਂ ਗਰੀਬੀ ਦੀ ਗੱਲ ਕੀਤੀ ਹੈ ਨਾ,
ਤੇ ਘਰ ਦੇ ਆਰਥਿਕ ਹਾਲਾਤ, ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਹੁੰਦਾ ਵੀ ਅੱਜ ਹੀ ਬਹੁਤ ਅਮੀਰ ਹੋ ਗਿਆ, ਤੁਹਾਡੇ ਕਿੱਦਾਂ ਦੇ ਸੀ ਘਰ ਦੇ ਆਰਥਿਕ ਹਾਲਾਤ? ਮੈਂ ਕਹਿੰਦਾ ਉਹ ਮੇਰੇ ਇੰਨੇ ਵਧੀਆ ਹਾਲਾਤ ਸੀਗੇ, ਅਸੀਂ ਡੈਡੀ ਹੁਣੇ ਨਾ ਸਾਡੀ ਖੇਤੀਬਾੜੀ ਜ਼ਮੀਨ ਜਾਇਦਾਦ ਹੈ, ਬਟ ਸਾਨੂੰ ਵੱਡੇ ਹੋ ਕੇ ਪਤਾ ਲੱਗਿਆ ਵੀ ਸਾਡੀ ਜ਼ਮੀਨ ਜਾਇਦਾਦ ਹੈ, ਅਸੀਂ ਜ਼ਿੰਦਗੀ ਇੱਕ ਬਹੁਤ ਹੈਂਡ ਟੂ ਮਾਊਥ ਹੀ ਗੁਜ਼ਾਰੀ ਹੈ। ਅੱਛਾ ਜੀ। ਹਾਂ, ਕਿਉਂਕਿ ਸ਼ਹਿਰ 'ਚ ਰਹੇ ਹਾਂ ਅਤੇ ਜ਼ਮੀਨ ਜਿਵੇਂ ਉਹ ਠੇਕੇ ਦੇ ਦਿੰਦੇ ਅਸੀਂ ਤਾਂ ਜ਼ਮੀਨ ਵੇਚਣ ਦਾ ਨਾਂ ਨਹੀਂ ਲੈਣਾ ਕਦੇ, ਉਹਨਾਂ ਨਹੀਂ ਸਾਡੇ ਪਿਓ ਦਾਦੇ ਦੀ ਨਿਸ਼ਾਨੀ ਆ, ਅਤੇ ਉਹ ਪਿਆਰ ਕਰਦੇ ਆ ਨਾ, ਜਿੱਦਾਂ ਅਸੀਂ ਆਪਣੇ ਪਿਓ ਨੂੰ ਕਰਦੇ, ਸਾਡੇ ਪਿਓ ਨੇ ਵੀ ਆਪਣੇ ਪਿਓ ਨਾਲ ਕੀਤਾ। ਹੁਣ ਸਮਝ ਆਉਂਦੀ ਉਹ ਕੀ ਫੀਲਿੰਗ ਸੀ। ਬਿਲਕੁਲ। ਹੁਣ ਮੈਨੂੰ ਕੋਈ ਕਹੇ ਵੀ ਜ਼ਮੀਨ, ਮੈਂ ਕਹਾਂ ਨਾ, ਇੱਧਰ ਤੱਧਰ ਹੁਣ ਜ਼ਮੀਨ ਨਹੀਂ ਵੇਚੂੰਗਾ, ਹੁਣ ਮੈਨੂੰ, ਕਿਉਂਕਿ ਮੇਰੇ ਡੈਡੀ ਦੀ ਨਿਸ਼ਾਨੀ ਪਤਾ, ਵੈਲਿਊ ਹੈ ਜੀ, ਵੈਲਿਊ ਹੈ ਸਾਡੀ ਜ਼ਮੀਨ, ਉਹ ਮਾਂ ਆ, ਅਤੇ ਉਹ ਚੀਜ਼ਾਂ ਹੁਣ ਸਮਝ ਆਉਂਦੀਆਂ। ਅਤੇ ਮੈਂ ਘਰੇ, ਮੈਨੂੰ ਯਾਦ ਹੈ ਕਿ ਇੱਦਾਂ ਦਾ ਟਾਈਮ ਵੀ ਆਇਆ ਸਾਡੇ ਕਿ ਸਾਡੇ ਦੋ ਕਮਰੇ ਹੁੰਦੇ ਸੀਗੇ, ਅਤੇ ਪੜ੍ਹਨ ਲਈ ਅਤੇ ਇੱਕ ਕਮਰਾ ਕਿਰਾਏ 'ਤੇ ਚੜ੍ਹਾ ਕੇ ਅਸੀਂ ਉਹਨਾਂ ਪੜ੍ਹਦੇ ਰਹੇ, ਉਹ ਤੋਂ ਜਿਹੜਾ ਕਿਰਾਇਆ ਆਉਂਦਾ ਸੀਗਾ। ਇੱਦਾਂ ਦੇ ਹਾਲਾਤ ਵੀ ਦੇਖੇ ਡੈਡੀ, ਕਿਉਂਕਿ ਵਿਚਾਰੇ ਇਮੋਸ਼ਨਲ ਬੰਦੇ ਸੀਗੇ, ਉਹ ਦੂਜਿਆਂ ਦੀ ਖਾਤਰ ਨਾ ਕਰਜ਼ਾਈ ਹੋ ਗਏ, ਦੁਕਾਨ ਸਾਡੀ ਥੱਲੇ ਲੱਗ ਗਈ, ਅਸੀਂ ਨਵੇਂ ਨਵੇਂ ਭੈਣ ਭਰਾ ਕਾਲਜ ਗਏ ਸੀਗੇ, ਅਤੇ ਇੱਦਾਂ ਦੇ ਹਾਲਾਤ ਆ ਕੇ ਮੈਂ ਜ਼ਿੰਦਗੀ 'ਚ ਪਾਰਟ ਟਾਈਮ ਕੰਮ ਬਹੁਤ ਕੀਤੇ। ਇੱਕ ਮੈਨੂੰ ਡੈਡੀ ਨੇ ਸਿਖਾਇਆ ਸੀ, ਮੇਰੇ ਨਾਨਾ ਜੀ, ਮੇਰੇ ਡੈਡੀ ਨੇ ਇਹ ਗੱਲ ਸਿਖਾਈ ਸੀ ਕਿ ਬੰਦੇ ਨੂੰ ਨਾ ਸਾਰੀ ਗੱਲਾਂ ਬਾਅਦ 'ਚ, ਇੱਕ ਸਰੀਰ ਤੋਂ ਤਕੜਾ ਹੋਣਾ ਚਾਹੀਦਾ, ਜੇਬ ਤੋਂ ਭਾਵੇਂ ਕਮਜ਼ੋਰ ਹੋਵੇ, ਸਰੀਰ ਤੋਂ ਮਾੜਾ ਨਾ ਹੋਵੇ, ਸਹੀ ਗੱਲ, ਅਤੇ ਬੰਦੇ ਨੂੰ ਹੱਥੀਂ ਕਿਰਤ ਕਰਨ ਤੋਂ ਕਦੇ ਗੁਰੇਜ਼ ਨਹੀਂ ਕਰਨਾ ਚਾਹੀਦਾ। ਮੈਂ ਭਾਅ ਜੀ ਜ਼ਿੰਦਗੀ ਪਾਰਟ ਟਾਈਮ ਕੰਮ ਬਹੁਤ ਕੀਤੇ, ਡੱਬਿਆਂ ਦੀ ਫੈਕਟਰੀ ਮੈਂ ਲੱਗਿਆ ਰਿਹਾ 700 ਰੁਪਏ ਮਹੀਨਾ ਦੇ, ਡਾਕਟਰ ਦੀ ਕੰਪਾਊਂਡਰੀ ਕੀਤੀ 500 ਰੁਪਏ ਮਹੀਨਾ, ਦਵਾਈਆਂ ਮੈਂ ਪਹਿਲਾਂ ਝਾੜੂ ਮਾਰਦਾ ਹੁੰਦਾ ਸੀ ਦੁਕਾਨ ਜਾਣ ਤੋਂ ਪਹਿਲਾਂ, ਦਵਾਈਆਂ ਮੈਂ ਉਹਦੀ ਸੈੱਟ ਕਰਕੇ ਰੱਖਦਾ ਹੁੰਦਾ ਸੀ, ਅਤੇ ਮੁੜ ਕੇ ਉਹਨੇ ਵਧੀਆ ਪੀਣਾ ਹੁੰਦਾ, ਵਧੀਆ ਲੈ ਕੇ ਆਉਣਾ ਅਤੇ ਟਿੱਕੀਆਂ ਨਾਲ ਲਿਆ, ਆਹੀ ਮੇਰਾ ਕੰਮ ਹੁੰਦਾ ਸੀ। ਅੱਛਾ, ਠੀਕ ਹੈ, ਲੁਧਿਆਣੇ ਮੁੜ ਕੇ ਮੈਂ ਪੇਂਟਰ ਦੀ ਦੁਕਾਨ 'ਤੇ ਲੱਗਿਆ, ਕੰਧਾਂ 'ਤੇ ਮੈਂ ਡਾਕਟਰ ਬੰਗਾਲੀ ਦਵਾਖਾਨਾ ਮੈਂ ਲਿਖਿਆ ਹੋਇਆ, ਵੀ ਮੈਂ ਕੰਮ ਕੀਤਾ ਹੋਇਆ। ਅੱਛਾ, ਠੀਕ ਹੈ। ਹਾਂ ਵੀ, ਅਤੇ ਕਈ ਵਾਰੀ ਸਾਡੀ ਦੁਕਾਨ ਦੇ ਉੱਪਰ ਸਾਡਾ ਪਲਾਟ ਹੁੰਦਾ ਸੀ ਖੁੱਲ੍ਹਾ, ਕਈ ਪਿੰਡ ਦਾ ਬੰਦਾ ਆਟੋ ਜਾਂ ਰਿਕਸ਼ਾ ਖੜ੍ਹਾ ਕਰ ਜਾਂਦਾ ਸੀ, ਮੈਂ ਉਹ ਵੀ ਚਲਾਇਆ ਹੋਇਆ ਰਾਤ ਨੂੰ, ਐਵੇਂ ਸ਼ੌਂਕ ਨਾਲ ਸਿੱਖਿਆ, ਠੀਕ ਹੈ, ਉਹ ਵੀ ਚਲਾਇਆ ਹੋਇਆ ਵੀ ਐਵੇਂ ਬਿਠਾ ਲੈਣਾ, ਪੈਸੇ ਨਹੀਂ ਇੱਦਾਂ ਹੀ ਬਿਠਾ ਲੈਣਾ ਵੀ ਐਵੇਂ ਵੀ ਚਲਾਉਣਾ ਹੁੰਦਾ ਕਿ ਨਹੀਂ, ਅਤੇ ਜ਼ਿੰਦਗੀ ਨੂੰ ਬੜੀ ਕਰੀਬ ਤੋਂ ਦੇਖਿਆ ਹੋਇਆ, ਅਤੇ ਮੈਂ ਥੈਂਕਸ ਕਰਦਾ ਪਰਮਾਤਮਾ ਦਾ ਅਤੇ ਮੈਨੂੰ ਇੱਦਾਂ ਦੇ ਮਾਂ ਬਾਪ ਦਿੱਤੇ, ਕਿਉਂਕਿ ਅੱਜ ਜੋ ਮੇਰੇ ਅੰਦਰ ਖਜ਼ਾਨਾ ਹੈ ਨਾ ਕੌਨਫੀਡੈਂਸ ਦਾ, ਉਹਨਾਂ ਦਾ ਦਿੱਤਾ ਹੋਇਆ। ਜੇ ਮੇਰੇ ਅਕਾਊਂਟ 'ਚ ਡੈਡੀ ਮੇਰਾ ਪਿਓ ਛੱਡ ਪੈਸੇ ਛੱਡ ਕੇ ਜਾਂਦਾ ਨਾ, ਅਤੇ ਮੈਂ ਸ਼ਾਇਦ ਵਿਗੜ ਜਾਂਦਾ। ਸਹੀ ਗੱਲ ਹੈ ਜੀ, ਉਹ ਕੰਫਰਟ, ਜਿਹੜਾ ਕੰਫਰਟ ਜੋਨ ਦੇ ਵਿੱਚ ਆ ਜਾਂਦਾ। ਮੈਂ ਕਿਤੇ ਵੀ ਅੱਜ ਇੰਡੀਆ, ਪੂਰੇ ਵਰਲਡ 'ਚ ਘੁੰਮੀਦਾ ਆ ਕੌਨਫੀਡੈਂਸ ਨਾਲ, ਗੋਰਿਆਂ ਨਾਲ ਗੱਲਾਂ ਕਰੀਦੀਆਂ, ਹਿੰਦੀ ਸੁਨੀਲ ਸ਼ੈਟੀ, ਜੌਨੀ ਲੀਵਰ, ਅਮਿਤਾਭ ਬੱਚਨ ਦੇ ਮੋਹਰੇ ਬੜੇ ਕੌਨਫੀਡੈਂਸ ਨਾਲ ਬੈਠੀ ਦਾ, ਕਿਉਂ? ਉਹ ਪਿਓ ਦਾ ਦਿੱਤਾ ਹੋਇਆ, ਕਿਉਂਕਿ ਉਹਨੇ ਜ਼ਿੰਦਗੀ ਸਿਖਾਈ ਆ। ਉਹ ਮਾਂ ਬਾਪ, ਮੇਰੇ ਮਦਰ ਬਿਲਕੁਲ ਅਨਪੜ੍ਹ ਨੇ, ਪੜ੍ਹੇ ਨਹੀਂ, ਬਟ ਉਹਨੇ ਸਾਨੂੰ ਪੜ੍ਹਾਇਆ। ਉਹਨਾਂ ਨੇ ਇੱਕ ਟਾਈਮ ਇੱਦਾਂ ਦਾ ਆ ਗਿਆ, ਪੀਸ ਕਰਦੇ ਹੁੰਦੇ, ਪੀਸ ਨਹੀਂ ਮੋਤੀ ਲੱਗਦੇ, ਉਹ ਕਰਕੇ ਸਾਨੂੰ ਪੜ੍ਹਾਇਆ ਹੋਇਆ। ਬਟ ਵੀ ਇਮਾਨਦਾਰੀ ਦੀ ਮਿਹਨਤ ਮੈਂ ਦੱਸੀ ਆ, ਵੀ ਮਿਹਨਤ ਗੁਰੇਜ਼ ਨਾ ਕਰੋ, ਉਹ ਚੀਜ਼ਾਂ ਜਦੋਂ ਜ਼ਿੰਦਗੀ ਕਦੇ ਹਾਰੀ ਦਾ ਨਾ, ਮੈਂ ਕਹਿੰਦਾ ਯਾਰ ਜਿਹੜੇ ਮੇਰੇ ਮਾਂ ਪਿਓ ਨੇ ਸਟਰਗਲ ਕੀਤਾ ਹੈ, ਉਹ ਮੈਂ ਤਾਂ ਕੁਛ ਵੀ ਨਹੀਂ ਹੈਗਾ, ਮੈਂ ਤਾਂ ਏਸੀ ਜਹਾਜ਼ਾਂ 'ਚ ਧੱਕੇ ਖਾ ਰਿਹਾ, ਮੈਨੂੰ ਸਟਰਗਲ ਸਮਝਦਾ ਪਿਆ। ਜੇ 2 ਮਹੀਨੇ ਕੰਮ ਨਹੀਂ ਆਇਆ ਤਾਂ ਮੈਨੂੰ ਉਹ ਸਟਰਗਲ ਮੈਂ ਯਾਦ ਕਰਦਾ, ਫਿਰ ਮੈਨੂੰ ਇੰਨਾ ਜੋਸ਼ ਆਉਂਦਾ ਕਿ ਮੈਂ ਕਿੱਥੋਂ ਆਇਆ ਯਾਰ। ਮੇਰਾ ਮੇਰੇ ਗਲੀ 'ਚ ਇੱਕ ਸਕੂਲ ਹੈ, ਸ਼ਾਂਤੀ ਮਾਡਲ ਹਾਈ ਸਕੂਲ, ਬਿਲਕੁਲ ਘਰ ਦੇ ਨਾਲ, ਉੱਥੇ ਪੜ੍ਹਿਆ ਮੈਂ 10ਵੀਂ ਤੱਕ, ਠੀਕ ਹੈ ਜੀ। ਅਤੇ ਉੱਥੇ ਮੈਂ ਹੀਰੋ ਹੁੰਦਾ ਸੀ ਆਪਣੇ ਸਕੂਲ ਦਾ, ਟੀਚਰ ਬੜਾ ਪਿਆਰ ਕਰਦੇ, ਕਿਉਂਕਿ ਮੈਂ ਐਕਟਿਵ ਸੀਗਾ, ਗਾਉਂਦਾ ਹੁੰਦਾ ਸੀ, ਮੈਂ ਗਾਣੇ ਗਾਉਂਦਾ ਸੀ, ਚੁਟਕਲੇ ਸੁਣਾਉਂਦਾ ਸੀ, ਮੈਂ ਫਿਲਮ ਦੀ ਸਟੋਰੀ ਸੁਣਦਾ ਸੀ VCR 'ਚ, ਮਹੱਲੇ 'ਚ VCR ਲੱਗਣਾ ਨਾ। ਅੱਛਾ ਜੀ। ਮੈਂ ਉਹ ਸੁਣ ਕੇ ਆਉਣਾ ਅਤੇ ਸਕੂਲ 'ਚ ਸੁਣਾਉਣੀ ਉਹੀ ਸਟੋਰੀ ਸੇਮ, ਅਤੇ ਇੱਦਾਂ ਮੈਂ ਐਕਟਿਵ, ਪਰ ਮੈਨੂੰ ਇੰਨਾ ਨਹੀਂ ਪਤਾ ਸੀ ਕਿ ਟੈਲੈਂਟ ਹੈ। ਫਿਰ ਮੈਨੂੰ ਗਾਉਣ ਦਾ ਸ਼ੌਂਕ ਪੈ ਗਿਆ, ਫਿਰ ਮੈਂ ਪੇਂਟਿੰਗ ਦਾ ਸ਼ੌਂਕ ਪੈ ਗਿਆ, ਪਹਿਲਾਂ ਡਰਾਇੰਗ ਕਰਦਾ ਸੀ ਮੈਂ, ਉਹ ਵੀ ਫਿਲਮਾਂ ਤੋਂ ਹੀ ਸਿੱਖਿਆ ਮੈਂ। ਅੱਛਾ ਜੀ। ਮੈਨੂੰ ਕੋਈ ਸਿਖਾਇਆ ਨਹੀਂ ਕਿਸੇ ਨੇ, ਮੈਂ ਡਰਾਇੰਗ ਕਰਦਾ ਸੀ, ਇੱਦਾਂ ਫਿਲਮ ਆਉਣੀ ਗੁਲਾਮੀ ਅਤੇ ਹਲਕਾ ਮਰਦ, ਉਹਦੇ ਟਾਈਟਲ ਬਣਾਉਣੇ, ਅਤੇ ਅਖਬਾਰਾਂ 'ਚ ਧਰਮਿੰਦਰ ਭਾਈ ਦੀਆਂ ਫੋਟੋ ਆਉਣੀਆਂ, ਸੁਨੀਲ ਸ਼ੈਟੀ ਨੇ, ਉਹ ਮੈਂ ਡਰਾਇੰਗ ਕਰਨੀ, ਠੀਕ ਹੈ ਜੀ। ਅਤੇ ਮੈਂ ਕਾਲਜ ਗਿਆ ਤਾਂ ਮੈਂ ਸੋਚ ਕੇ ਗਿਆ ਸੀ ਮੈਂ ਸਿੰਗਰ ਜਾਂ ਡਰਾਇੰਗ 'ਚੋਂ ਇੱਕ ਚੀਜ਼ ਬਣਾਂਗਾ, ਠੀਕ ਹੈ। ਤਾਂ ਜਦੋਂ ਮੈਂ ਦੇਖਿਆ ਮੇਰੇ ਤੋਂ ਵਧੀਆ ਵਧੀਆ ਬੰਦੇ ਪਏ ਸੀ, ਗੌਰਮੈਂਟ ਕਾਲਜ ਮੈਂ ਗਿਆ, ਮੈਂ ਦੇਖਿਆ ਯਾਰ ਇਹ ਤਾਂ ਬੜੇ ਪਹੁੰਚੇ ਹੋਏ ਲੋਕ ਆ, ਮੇਰਾ ਹੌਸਲਾ ਜਿਹਾ ਘੱਟ ਗਿਆ। ਫਿਰ ਮੈਂ ਸਾਈਡ 'ਤੇ ਇੱਦਾਂ ਬੈਠਾ ਅਤੇ ਇੱਕ ਮੁੰਡਾ, ਸਾਰੇ ਨਾ ਕੋਈ ਮੁੰਡੇ ਬਾਈਕ 'ਤੇ ਆਵੇ ਹੁੰਦਾ ਨਾ ਕਾਲਜ, ਜਦੋਂ ਤੁਸੀਂ ਭੀੜ ਟੋਬੇ ਦਾ ਡੱਡੂ ਜਦੋਂ ਸਮੁੰਦਰ 'ਚ ਜਾਂਦਾ ਨਾ, ਅਤੇ ਥੋੜ੍ਹੀ ਦਿੱਲੀਆਂ ਸ਼ਾਂਤ ਹੋ ਜਾਂਦਾ ਯਾਰ, ਆਹ ਕਿੱਥੇ ਆ ਗਏ, ਬੜੇ ਡੈਸ਼ਿੰਗ ਬੰਦੇ ਆ ਰਹੇ, ਕਈ ਡੈਸ਼ਿੰਗ ਬੰਦੇ ਆ ਗਏ, ਸੋਹਣੀ ਸੋਹਣੀ ਕੁੜੀਆਂ, ਕੋਈ ਬਾਈਕ 'ਤੇ ਆ ਰਿਹਾ, ਅਤੇ ਅਸੀਂ ਸਾਈਕਲ ਵਾਲੇ ਬੰਦੇ, ਅਤੇ ਕੱਪੜੇ ਕੁੱਪੜੇ ਵੀ ਬਹੁਤੇ ਵਧੀਆ ਨਹੀਂ ਸੀਗੇ, ਅਤੇ ਕੰਪਲੈਕਸ ਜਿਹਾ ਤਾਂ ਮੈਂ ਸ਼ਿਕਾਰ ਹੋ ਗਿਆ। ਮੈਂ ਕਿਹਾ ਯਾਰ ਵੀ ਇੱਕਦਮ ਮੈਨੂੰ ਆਇਆ, ਮੈਂ ਕਿਹਾ ਡਰਾਇੰਗ, ਮੈਂ ਲਕੋਲੀ ਆਪਣੀ, ਮੈਂ ਕਿਹਾ ਯਾਰ ਮੇਰੇ ਤੋਂ ਵਧੀਆ ਵਧੀਆ ਪੇਂਟਰ ਪਏ ਆ, ਗਾਉਣ ਵਾਲੇ ਦੇਖੇ, ਕੋਈ ਗਿਟਾਰ ਲੈ ਕੇ ਗਾ ਰਿਹਾ, ਕੋਈ ਇੱਦਾਂ, ਅਤੇ ਉਹ ਵੀ ਮੇਰੀ ਗਾਗੋਈ ਵਿੱਚ ਵੜ ਗਈ। ਅੱਛਾ, ਗਾਉਂਦਾ ਮੈਂ ਸੁਰ 'ਚ ਸੀਗਾ, ਬਟ ਮੈਨੂੰ ਹੌਸਲਾ ਨਹੀਂ ਪਿਆ, ਕੋਈ ਗਾਇਕ ਸਿੱਖਿਆ ਨਹੀਂ ਨਾ ਕਦੇ ਕਿਤੇ, ਅਤੇ ਫਿਰ ਮੈਨੂੰ ਇੱਦਾਂ ਲੱਗ
ਤੇ ਹੁਣ ਕਿੱਦਾਂ ਗੱਲ ਸ਼ੁਰੂਆਤ ਕਰੀਏ? ਤੇ ਮੈਂ ਨਾ ਇੱਦਾਂ ਹੀ ਇੱਦਾਂ ਕਰਕੇ ਨਾ ਜਾਣ ਕੇ ਡਰਾਇੰਗ ਆਇਆ ਇੱਦਾਂ ਨੂੰ ਕਰਕੇ ਇੱਦਾਂ ਮੈਂ ਦਿਖਾਉਣ ਲੱਗ ਗਿਆ ਉਹਨੂੰ ਇੱਦਾਂ. ਉਹਨੇ ਦੇਖਿਆ ਕਹਿੰਦਾ ਯਾਰ ਇੱਕਦਮ ਧਿਆਨ ਪਿਆ, ਕਹਿੰਦਾ ਤੂੰ ਬਣਾਈ ਵੀਰੇ? ਮੈਂ ਕਿਹਾ ਹਾਂਜੀ. ਮੈਂ ਕਿਹਾ ਲੈ ਵੀ ਇੱਕ ਫੈਨ ਮਿਲ ਗਿਆ ਅਤੇ ਇਹ ਬਣਾਈ. ਕਹਿੰਦਾ ਯਾਰ ਤੂੰ ਤਾਂ ਬਹੁਤ ਵਧੀਆ ਬਣਾਉਂਦਾ, ਕਹਿੰਦਾ ਜਾ ਉੱਥੇ ਫਾਈਨ ਆਰਟਸ ਦੀ ਸਿਲੈਕਸ਼ਨ ਹੋ ਰਹੀ. ਮੈਂ ਕਿਹਾ ਨਹੀਂ ਯਾਰ, ਉੱਥੇ ਤਾਂ ਬਹੁਤ ਸਿੱਖੇ ਹੋਏ ਬੰਦੇ ਮੇਰੀ ਉਹ, ਮੈਂ ਤਾਂ ਪੈਨਸਲ ਨਾਲ ਮਾੜਾ ਮੋਟਾ ਬਣਾਉਂਦਾ. ਠੀਕ ਹੈ ਜੀ. ਅਤੇ ਮੈਂ ਕਿਹਾ ਆਹ ਕੌਣ ਹੈ? ਕਹਿੰਦਾ ਸੁਨੀਲ ਸ਼ੈਟੀ. ਮੈਂ ਕਿਹਾ ਫਿਲਮਾਂ ਦੇਖੀਆਂ? ਕਹਿੰਦਾ ਹਾਂ, ਮੋਹਰਾ ਫਿਲਮ ਇਹਦੀ ਮੈਂ ਬੜੀ ਵਾਰ ਦੇਖੀ. ਮੈਂ ਕਿਹਾ ਸੁਨੀਲ ਸ਼ੈਟੀ ਦੀ ਇੱਦਾਂ ਮੂੰਹ 'ਤੇ ਰੱਖ ਕੇ ਉਹਦੇ ਪਿੱਛੋਂ ਆਵਾਜ਼ ਕੱਢੀ, ਇੰਸਪੈਕਟਰ ਆ ਮਾ ਸ਼ਖਸ ਹੈ ਨਾ, ਸੱਚਾਈ ਉਹ ਨਹੀਂ ਆਈ ਉਦੋਂ ਤੁਹਾਡੀ. ਉਹਨੇ ਐਂ ਕੀਤਾ, ਕਹਿੰਦਾ ਓ ਯਾਰ ਇਹ ਤੂੰ ਵਾਜ ਕੱਢੀ ਸੀ? ਕਹਿੰਦਾ ਹੋਰ ਫਿਰ ਦਵਾਜੇ ਦੇਖ ਲੈਂਦੀ ਸੀ ਐਂ ਦੇਖ ਰਹੀ, ਭਾਗ ਜਾਊਗਾ ਭਾਈ ਤੁਰਿਆ ਕੇ ਕੋਈ ਤਾਕਤ. ਉਦੋਂ ਤਿੰਨ ਚਾਰ ਵਾਜਾਂ ਕੱਢੀਆਂ ਅਤੇ ਉਹ ਕਹਿੰਦਾ ਯਾਰ ਤਾਂ ਚਾਹੇ ਕਲਾ ਬੜੀ ਆ. ਕਹਿੰਦਾ ਕਹਿੰਦਾ ਓ ਯਾਰ ਉਹਨੇ ਮੈਨੂੰ ਕਿਹਾ, ਕਹਿੰਦਾ ਤੂੰ ਯਾਰ ਆਹ ਤਾਂ 20 ਤੁਰੇ ਫਿਰਦੇ ਸਿੰਗਰ ਡਰਾਇੰਗ ਵਾਲੇ, ਆਹ ਤਾਂ ਕੋਈ ਵੀ ਜਬਰ ਦੇ. ਕਹਿੰਦਾ ਆ ਜਾ ਤੂੰ ਸਟੇਜ 'ਤੇ. ਮੈਂ ਕਿਹਾ ਨਹੀਂ ਮੈਂ ਸਟੇਜ 'ਤੇ ਨਹੀਂ ਗਿਆ. ਮੈਂ ਸਟੇਜ 'ਤੇ ਨਹੀਂ ਕਦੇ ਗਿਆ ਜੀ. ਅੱਛਾ ਜੀ. ਬਾਲ ਸਭਾ ਛੋਟਾ ਜਿਹਾ ਹੁੰਦਾ ਜੀ ਸਕੂਲ, ਅਤੇ ਪਹਿਲੀ ਵਾਰ ਮੈਂ ਸਟੇਜ 'ਤੇ ਗਿਆ ਭਾਅ ਜੀ ਇੱਦਾਂ ਦੇਖ ਕੇ. ਮੈਂ ਨਾ ਇੱਦਾਂ ਹੱਥ 'ਤੇ ਲਾਈਨਾਂ 'ਤੇ ਨਾ ਲਿਸਟ ਲਿਸਟ ਨਹੀਂ ਐਕਟਰਾਂ ਦੀਆਂ ਆਵਾਜ਼ਾਂ ਲਿਖੀਆਂ ਜੀ ਵੀ ਕਿਹੜੀ ਪਹਿਲਾਂ ਕੱਢਣੀ ਕਿਹੜੀ ਬਾਅਦ 'ਚ, ਲਿਸਟ ਬਣਾਈ ਸੀ ਮੈਂ. ਓਕੇ ਓਕੇ. ਅਤੇ ਇੱਦਾਂ ਮੈਂ ਪ੍ਰਿਥਵੀਰਾਜ ਕਪੂਰ, ਦੇਵਾਨੰਦ, ਅਕਸ਼ੇ ਖੰਨਾ, ਨਸੀਰੁਦੀਨ ਸ਼ਾਹ ਇੱਦਾਂ ਜਿਹਨਾਂ ਨੇ ਆਵਾਜ਼ਾਂ ਕੱਢਦਾ. ਬਹੁਤ ਆਵਾਜ਼ਾਂ ਕੱਢਦੇ ਹਾਂ ਜੀ. ਅਤੇ ਮੈਂ ਇੱਦਾਂ ਮੈਨੂੰ ਕਿ ਮੈਂ ਉੱਥੇ ਜਦੋਂ ਸਟੇਜ 'ਤੇ ਗਿਆ ਅਤੇ ਥੱਲੇ ਮੈਂ ਆਡੀਅੰਸ ਦੇਖੀ ਅਤੇ ਮੈਨੂੰ ਇੱਦਾਂ ਲੱਗਾ ਹੀ ਨਹੀਂ ਕਿ ਮੈਂ ਪਹਿਲੀ ਵਾਰ ਆਇਆ. ਅੱਛਾ. ਉਹੀ ਮੈਨੂੰ ਇੱਕ ਬੁੱਕ 'ਚ ਲਾਈਨ ਪੜ੍ਹੀ ਯਾਦ ਆ ਗਈ ਕਿ ਦੋ ਦਿਨ ਬੜੇ ਇੰਪੋਰਟੈਂਟ ਹੁੰਦੇ ਬੰਦੇ ਦੇ. ਇੱਕ ਦਿਨ ਉਹ ਜਦੋਂ ਉਹਨੂੰ ਪਤਾ ਲੱਗਦਾ ਮੇਰਾ ਜਨਮ ਕਿਉਂ ਹੋਇਆ, ਅਤੇ ਇੱਕ ਦਿਨ ਉਹਦਾ ਜਦੋਂ ਜਨਮ ਹੁੰਦਾ. ਸਹੀ ਗੱਲ. ਅਤੇ ਦੂਜੀ ਲਾਈਨ ਪਤਾ ਨਹੀਂ ਲੱਗਦੀ ਬੰਦੇ ਨੂੰ ਵੀ ਕਿਉਂ ਹੋਇਆ. ਮੈਨੂੰ ਪਤਾ ਲੱਗ ਗਿਆ ਕਿ ਆਹ ਆ ਮੇਰੀ ਅਸਲੀਅਤ. ਮੈਨੂੰ ਇੰਨਾ ਉਹਨੂੰ ਦੇਖ ਕੇ ਉਨਾ ਹੀ ਚਾਅ ਚੜਿਆ. ਫਿਰ ਮੈਂ ਮਿਮਿਕਰੀ ਕੀਤੀ, ਸਾਰੇ ਮਤਲਬ ਐਪਰੀਸ਼ੀਏਟ ਕੀਤਾ, ਥੱਲੇ ਮੈਨੂੰ ਪਛਾਣਨ ਲੱਗ ਗਈ ਦੁਨੀਆ. ਬਿਲਕੁਲ ਜੀ. ਮਤਲਬ ਮੈਨੂੰ ਉਦੋਂ ਤਾਂ ਮੈਂ ਉਦੋਂ ਹੀ ਆਟੋਗ੍ਰਾਫ ਲੈ ਰਹੀਆਂ ਸੀ ਕੁੜੀਆਂ ਉਦੋਂ ਹੀ. ਅੱਛਾ. ਕੁੜੀ ਇੱਕ ਇੰਗਲਿਸ਼ ਡਿਪਾਰਟਮੈਂਟ ਦੀ ਆਈ, ਸੋਹਣੀ ਜੀ ਕੁੜੀ ਆ, ਉਹਨੇ ਮੇਰਾ ਆਟੋਗ੍ਰਾਫ ਲਿਆ, ਮੈਨੂੰ ਯਾਦ ਹੈ. ਕਹਿੰਦੀ ਆਟੋਗ੍ਰਾਫ. ਮੈਂ ਕਿਹਾ ਮੈਂ ਕੋਈ, ਕਹਿੰਦੀ ਕੱਲ ਕੋ ਤਾਂ ਬਣੋਗੇ, ਅਭੀ ਦੇ ਦਿਓ. ਕਿਆ ਬਾਤ ਹੈ ਨਾ. ਅਤੇ ਇਹ ਚੀਜ਼ ਦੀ ਪਛਾਣ ਹੋ ਗਈ ਸੀ ਉਦੋਂ ਹੀ. ਹਾਂ, ਉਹ ਮਤਲਬ ਫਿਰ ਮੈਨੂੰ ਮੈਨੂੰ ਯਾਦ ਹੈ ਹਜੇ ਵੀ ਪਹਿਲੀ ਮੇਰੀ ਪਰਫੋਰਮੈਂਸ. ਥੈਂਕਸ ਟੂ ਗਵਰਨਮੈਂਟ ਕਾਲਜ ਅਤੇ ਮੇਰੇ ਉਹ ਦੋਸਤ ਜਿਹਨਾਂ ਨੇ ਐਪਰੀਸ਼ੀਏਟ ਕੀਤਾ. ਗਵਰਨਮੈਂਟ ਕਾਲਜ ਲੁਧਿਆਣਾ. ਲੁਧਿਆਣਾ. ਇੱਥੇ ਮੈਂ ਪੜ੍ਹਿਆ ਭਾਅ ਜੀ. ਫਿਰ ਇੱਥੇ ਯੂਥ ਫੈਸਟੀਵਲਾਂ 'ਚ ਪਾਰਟੀਸਪੇਟ ਕਰਦੇ ਰਹੇ ਅਤੇ ਹਿਸਟੋਨਿਕਸ ਮੈਂ ਗੋਲਡ ਮੈਡਲਿਸਟ ਹਾਂ 5 ਸਾਲ. ਅੱਛਾ ਜੀ. ਇੱਥੇ ਮਿਮਿਕਰੀ ਤਾਂ ਕੋਈ ਹੁੰਦਾ ਨਹੀਂ ਸੀ ਕੰਟੈਸਟ ਵਿੱਚ, ਬਟ ਮੈਂ ਉਦੋਂ ਮੈਨੂੰ ਯਾਦ ਹੈ ਮੈਂ 73 ਆਵਾਜ਼ਾਂ ਕੱਢਦਾ ਹੁੰਦਾ ਸੀ ਸਿੰਗਰਾਂ ਅਤੇ ਐਕਟਰਾਂ ਦੀਆਂ. ਮੈਂ ਲਿਸਟ ਬਣਾਈ ਹੋਈ ਸੀ 73. ਅੱਛਾ ਜੀ. ਅਤੇ ਫਿਰ ਮੈਨੂੰ ਇਸੇ ਬਿਹਾਫ 'ਤੇ ਡੀ ਏ ਵੀ ਜਲੰਧਰ ਲੈ ਗਏ. ਉਹਨਾਂ ਨੇ ਮੇਰੀ ਫੀਸ ਮਾਫ਼ ਕਰਤੀ ਗਰਗ ਸਾਹਿਬ ਨੇ, ਪ੍ਰੋਫੈਸਰ ਜਗਦੀਸ਼ ਗਰਗ. ਠੀਕ ਹੈ. ਉਹ ਕਹਿੰਦੇ ਤੂੰ ਆ ਸਾਡੇ ਕਾਲਜ ਯੂਨੀਵਰਸਿਟੀ ਰਿਪ੍ਰਜੈਂਟ ਕਰਿਆ ਕਰ, ਤੇਰਾ ਹੋਸਟਲ ਇਹ ਸਭ ਕੁਝ ਫ੍ਰੀ. ਉਹਨਾਂ ਨੇ ਮੈਨੂੰ ਚਾਚਾ ਰੌਣਕੀ ਰਾਮ ਨਾਲ ਮਿਲਾਇਆ ਜਿਹੜੇ ਸਾਡੇ ਭੁੱਗੀ ਭਾਈ ਦੇ ਉਸਤਾਦ ਨੇ. ਹਾਂਜੀ. ਉਹਨਾਂ ਨਾਲ ਮੈਂ ਬਰੀਕੀਆਂ 3-4 ਸਾਲ ਉਹਨਾਂ ਦੀ ਸ਼ਾਗਿਰਦੀ ਕੀਤੀ. ਅੱਛਾ ਜੀ. ਅਤੇ ਠੀਕ ਹੈ, ਉਹਨਾਂ ਨਾਲ ਮੈਂ ਪੂਰੇ ਇੰਡੀਆ 'ਚ ਸ਼ੋਜ਼ ਕੀਤੇ ਅਤੇ ਬਰੀਕੀਆਂ ਸਿੱਖੀਆਂ ਸਟੇਜ ਦੀਆਂ. ਅੱਜ ਵੀ ਉਹ ਮੇਰੇ ਉਸਤਾਦ ਨੇ, ਅੱਜ ਵੀ ਮੈਂ ਸਿੱਖਦਾ, ਅੱਜ ਵੀ ਕੋਈ ਖੁਸ਼ੀ ਗਮੀ ਉਹਨਾਂ ਨਾਲ ਸ਼ੇਅਰ ਕਰਦਾ. ਠੀਕ ਹੈ ਜੀ. ਬਾਈ, ਜਿਵੇਂ ਤੁਸੀਂ ਆਪਣੇ ਸੰਘਰਸ਼ ਬਾਰੇ ਕਾਫੀ ਦੱਸਿਆ ਹੈ ਨਾ, ਸੋ ਜਿਵੇਂ ਤੁਸੀਂ ਇੱਦਾਂ ਮਿਹਨਤ ਕਰਦੇ ਰਹੇ, ਫਿਰ ਉਸ ਤੋਂ ਬਾਅਦ ਇੱਕ ਥੋੜ੍ਹਾ ਜਿਵੇਂ MH1 'ਤੇ ਸ਼ੋਅ ਆਇਆ ਹੱਸਦੇ ਸੌਂਦੇ ਰਹੋ, ਫਿਰ ਉੱਥੇ ਤੁਹਾਡੀ ਕਿੱਦਾਂ ਐਂਟਰੀ ਹੋਈ, ਕਿਵੇਂ ਤੁਸੀਂ ਉਹਦੇ ਬਾਰੇ ਜਾਣ ਬਾਰੇ ਸੋਚਿਆ ਜੀ ਉੱਥੇ? ਮੈਂ ਨਾ DAV ਜਲੰਧਰ ਪੜ੍ਹਦਾ ਸੀ ਉਦੋਂ, ਅਤੇ ਚਾਚਾ ਜੀ ਸਾਡੇ ਉਸਤਾਦ ਜੀ ਉਹ ਸਾਨੂੰ ਕਰਵਾਉਣ ਆਉਂਦੇ ਸੀ ਸਕਿੱਟ. ਅੱਛਾ ਜੀ. ਅਤੇ ਕਿਸੇ ਨੇ ਮੈਨੂੰ ਦੱਸਿਆ ਵੀ ਇੱਦਾਂ ਇੱਦਾਂ ਲਾਫਟਰ ਚੈਲੰਜ ਆਇਆ ਸੀ, ਇੱਕ ਵਾਰ ਤੂਫਾਨ ਆ ਗਿਆ ਨਾ. ਹਾਂਜੀ ਹਾਂਜੀ. ਪਹਿਲਾਂ ਇੱਦਾਂ ਹੁੰਦਾ ਸੀਗਾ ਸਿੰਗਰ ਨਾਲ ਐਂਕਰਿੰਗ ਕਰਨ ਚਲੇ ਗਏ ਕਮੇਡੀ ਕਲਾਕਾਰ. ਅੱਛਾ. ਮੈਨੂੰ ਗੁੱਸਾ ਬੜਾ ਚੜ੍ਹਦਾ ਸੀ, ਮੈਂ ਸਹੀ ਦੱਸਾਂ. ਮੈਨੂੰ ਐਂ ਲੱਗਦਾ ਸੀ ਕਿਉਂਕਿ ਮੈਂ ਨਾ ਭਾਅ ਜੀ ਕਾਲਜ ਦੇ ਜ਼ਮਾਨੇ 'ਚ ਟੱਚਵੁੱਡ 2-2 ਘੰਟੇ ਮੈਂ ਮਾਈਕ ਫੜ ਕੇ ਲੋਕਾਂ ਨੂੰ ਹਸਾਇਆ ਹੋਇਆ. ਅੱਛਾ ਜੀ. ਅਤੇ ਮੈਨੂੰ ਐਂ ਲੱਗਦਾ ਸੀ ਜਿਵੇਂ ਜੋਨੀ ਲੀਵਰ ਨਾਈਟ ਹੁੰਦੀ ਮੇਰੀ ਇੱਦਾਂ ਹੋਇਆ ਕਰੇਗਾ, ਮੇਰਾ ਅਖਾੜਾ ਗੁਰਦਾਸ ਮਾਨ ਵਾਂਗੂ ਨਾ, ਮੇਰੇ ਮਜੀਸ਼ੀਅਨ. ਇੱਦਾਂ ਮੈਂ ਆਪਣਾ ਇੱਕ ਵਿਜ਼ਨ ਸੋਚਦਾ ਹੁੰਦਾ ਸੀ, ਪਰ ਕਿੱਦਾਂ ਮੈਨੂੰ ਨਹੀਂ ਪਤਾ. ਅਤੇ ਮੈਂ 2-2 ਘੰਟੇ ਸਟੇਜ 'ਤੇ ਮਾਈਕ ਲੈ ਖੜ ਜਾਂਦਾ ਸੀ, ਅਤੇ ਮੈਨੂੰ ਜਦੋਂ ਬੜਾ ਬੁਰਾ ਲੱਗਦਾ ਸੀ ਜਦੋਂ ਕੋਈ ਕਹਿੰਦਾ ਸੀ ਭਾਅ ਜੀ ਤੈਨੂੰ 1500 ਰੁਪਏ ਦੇ ਦੇਵਾਂਗੇ ਤੂੰ ਨਾਲ ਆ ਜਾਈ ਵਿੱਚ ਹਸਾ ਦੇਈਂ, ਮੈਨੂੰ ਐਂ ਲੱਗਦਾ. ਮੈਂ ਕਿਹਾ ਯਾਰ ਉਹ ਰਿਸਪੈਕਟ ਨਹੀਂ ਹੈ, ਆਪਣੇ ਕੰਮ ਦੀ ਰਿਸਪੈਕਟ ਕਰੋ. ਸਹੀ ਗੱਲ ਹੈ ਜੀ. ਅਤੇ ਮੈਂ ਇੱਦਾਂ ਸੋਚਦਾ ਸੀ, ਅਤੇ ਇੱਕਦਮ ਲਾਫਟਰ ਚੈਲੰਜ ਆਇਆ ਜਦੋਂ ਉਹਨੇ ਤੂਫਾਨ ਲਿਆ ਤਾ, ਵੱਡੇ ਵੱਡੇ ਸੁਨੀਲ ਪਾਲ, ਰਾਜੂ ਸ਼੍ਰੀਵਾਸਤਵ ਵੀ ਆਏ, ਅਤੇ ਸਾਨੂੰ ਨਾ ਹੋਪ ਹੋ ਗਈ ਕਿ ਯਾਰ ਨਹੀਂ ਇੱਦਾਂ ਜਾਇਆ ਜਾ ਸਕਦਾ ਅੱਗੇ. ਠੀਕ ਹੈ. ਹਿੰਦੀ ਨਹੀਂ, ਹਿੰਦੀ ਮੇਰੀ ਇਸ ਕਰਕੇ ਚੰਗੀ ਕਿ ਮੈਂ ਕਾਮਿਕਸਾਂ ਬਹੁਤ ਪੜ੍ਹੀਆਂ, ਹਿੰਦੀ ਫਿਲਮਾਂ ਬਹੁਤ ਦੇਖੀਆਂ. ਅੱਛਾ. ਮੈਨੂੰ ਤਾਂ ਰਟੀਆਂ ਹੁੰਦੀਆਂ ਸੀ ਫਿਲਮਾਂ, ਗੁਲਾਮੀ ਫਿਲਮ, ਮਰਦ ਫਿਲਮ, ਨਗੀਨਾ, ਮਿਸਟਰ ਇੰਡੀਆ, ਮੈਨੂੰ ਰਟੀਆਂ ਹੁੰਦੀਆਂ ਸੀ ਫਿਲਮਾਂ. ਗਾਣੇ ਗੁਣੇ ਮੈਂ ਗਾਉਂਦਾ ਸੀ, ਹਿੰਦੀ ਗਾਉਂਦਾ ਸੀ. ਅੱਛਾ ਜੀ. ਅਤੇ ਮੈਨੂੰ ਇਸ ਕਰਕੇ ਪ੍ਰੋਬਲਮ ਨਹੀਂ ਸੀ ਹਿੰਦੀ ਦੀ. ਮੈਂ ਕਿਹਾ ਮੈਂ ਇੱਥੇ ਲਾਫਟਰ ਚੈਲੰਜ 'ਚ ਜਾਊਂਗਾ. ਮੈਂ ਤਿਆਰੀ ਕਰਨੀ ਸ਼ੁਰੂ ਕਰਤੀ. ਅੱਛਾ ਜੀ. ਉਹਦੀ ਲਾਫਟਰ ਚੈਲੰਜ ਦੀ, ਸ਼ੇਖਰ ਸੁਮਨ ਨੂੰ ਧਿਆਨ 'ਚ ਰੱਖ ਕੇ ਵੀ ਸਿੱਧੂ
ਮੈਂ ਰਿਹਰਸਲ ਕਰਦਾ ਹੁੰਦਾ ਜੀ, ਮੈਂ ਘਰੇ ਜਾ ਕੇ ਕਰਨਾ ਇੱਥੇ, ਮੈਂ ਸਟੇਜ 'ਤੇ ਖੜਾ ਹੋ ਗਿਆ ਨਾ ਖਾਲੀ, ਅਤੇ ਮੈਂ ਉਹਨਾਂ ਨੂੰ ਪੌੜੀਆਂ ਦੇ ਸਾਹਮਣੇ ਵੀ ਆਡੀਅੰਸ ਮੈਂ ਖਚਾ ਖਚ ਸਟੇਡੀਅਮ ਭਰਿਆ ਆ, ਤਾੜੀਆਂ ਵੱਜ ਨਹੀਂ, ਮੈਂ ਪਰਫੋਰਮ ਕਰਦਾ, ਇਮੈਜੀਨੇਸ਼ਨ ਇਮੈਜੀਨੇਸ਼ਨ ਨਾਲ ਕਰਦਾ ਹੁੰਦਾ। ਮੈਂ ਤੁਹਾਨੂੰ ਪਹਿਲਾਂ ਵੀ ਇਮੈਜੀਨੇਸ਼ਨ ਦੀ ਗੱਲ ਕੀਤੀ ਸੀ, ਉਹੀ ਚੀਜ਼ ਬੰਦੇ ਨੂੰ ਮਿਲਦੀ ਵੀ ਹੈ ਲਾਈਫ ਦੇ ਵਿੱਚ, ਬਸ ਪਾਗਲਪਨ ਕਹਿ ਲਓ ਕਿ ਇੱਕ ਜੂਨ ਦੇਣ ਵਾਲਾ ਵੀ ਰੱਬ ਹੁੰਦਾ। ਕਿਸੇ ਮੈਨੂੰ ਸਿਆਣੇ ਬੰਦੇ ਨੇ ਕਿਹਾ ਸੀ ਕਿ ਈਸ਼ਵਰ ਕਦੇ ਨਾ ਤੁਹਾਡੇ ਸਾਹਮਣੇ ਨਹੀਂ ਆਉਂਦਾ, ਬਿਲਕੁਲ ਜੀ, ਉਹ ਜਦੋਂ ਆਏਗਾ ਜਨੂਨ ਵੜ ਕੇ ਅੰਦਰ ਵੜ ਜਾਏਗਾ, ਤੁਹਾਡਾ ਭਲਾ ਕਰ ਦੇਗਾ। ਜਨੂਨ ਪੈਸ਼ਨ ਹੈ ਕਿ ਪੈਸ਼ਨ ਨਾਲ ਦਾਰਾ ਸਿੰਘ ਬਣਿਆ, ਪੈਸ਼ਨ ਨਾਲ ਮਿਲਖਾ ਸਿੰਘ ਬਣਿਆ, ਪੈਸ਼ਨ ਨਾਲ ਧਰਮਿੰਦਰ ਬਣਿਆ, ਕਿਉਂਕਿ ਗੋਲ ਹੁੰਦਾ ਬੰਦੇ ਦਾ, ਉਹਨੂੰ ਪਤਾ ਹੁੰਦਾ ਮੈਂ ਕੁਛ ਕਰਨਾ। ਹੁਣ ਆਪਾਂ 90% ਲੋਕਾਂ ਦੀ ਗੱਲ ਕਰੀਏ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਰਨਾ ਕੀ ਆ, ਜੇ ਚਾਚੇ ਨੇ ਕਹਿੰਦਾ ਤੂੰ ਇੰਜੀਨੀਅਰ ਬਣ ਜਾ, ਇੰਜੀਨੀਅਰ ਬਣ ਤੁਰ, ਖੁਦ ਡਾਕਟਰ ਨੂੰ ਪਹਿਚਾਣ, ਇੱਕ ਟੈਲੈਂਟ ਰੱਬ ਨੇ ਹਰੇਕ ਬੰਦੇ ਦਿੱਤਾ, ਉਹ ਪਹਿਚਾਣ ਲਏ ਤਾਂ ਉਹ ਸਭ ਤੋਂ ਡਿਫਰੈਂਟ ਹੋ ਜਾਂਦਾ ਬੰਦਾ। ਕਹਿੰਦਾ ਭੀੜ ਮੇਂ ਖੋਨੇ ਸੇ ਅੱਛਾ ਹੈ ਖੁਦ ਮੇਂ ਖੋ ਜਾਓ। ਸਹੀ ਗੱਲ ਹੈ ਜੀ, ਕਿਆ ਬਾਤ ਹੈ ਨਾ, ਭੀੜ ਦੀ ਗੁਆਚਣ ਨਾਲੋਂ ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ, ਭੀੜ 'ਚ ਕਦੇ ਚੰਗੇ ਲੋਕ ਨਹੀਂ ਹੁੰਦੇ। ਸਹੀ ਗੱਲ, ਭੀੜ ਤੋਂ ਹਟ ਕੇ ਚੱਲਣਾ, ਹਟ ਕੇ ਚੱਲਣਾ ਪੈਂਦਾ, ਉਹਨੂੰ ਗਾਣਾ ਵੀ ਮਿਲ ਜਾਣਾ ਹਟ ਕੇ ਚੱਲਦਾ। ਅਤੇ ਉੱਦਾਂ ਹੀ ਉਹ ਕਰਦੇ ਕਰਦੇ ਲਾਫਟਰ ਚੈਲੇਂਜ ਜਦੋਂ ਉਹ 'ਚ ਤਾਂ ਨਹੀਂ ਆਏ, ਬਟ ਇੱਕਦਮ ਪਤਾ ਲੱਗਿਆ ਕਿ ਚੈਨਲ ਪੰਜਾਬੀ ਸਟਾਰਟ ਹੋਇਆ, ਉੱਥੇ ਇੱਦਾਂ ਦਾ ਸ਼ੋਅ ਸਟਾਰਟ ਹੋਇਆ ਪੰਜਾਬੀ 'ਚ। ਅੱਛਾ ਜੀ। ਅਤੇ ਮੇਰੇ ਘਰ ਦੇ ਨਾ ਪ੍ਰਾਈਜ਼ ਲੈ ਕੇ ਆਉਂਦਾ ਹੁੰਦਾ ਸੀਗਾ ਮਿਮਿਕਰੀ ਜਿਸਟੋਨਿਕਸ 'ਚੋਂ, ਅਤੇ ਉਹਨੂੰ ਲੱਗਦਾ ਵੀ ਡਰਾਇੰਗ ਕਰਕੇ, ਉਹਨੂੰ ਪਤਾ ਡਰਾਇੰਗ ਕਰਦਾ, ਹੁਣ ਲੱਗਦਾ ਡਰਾਇੰਗ ਕਰਕੇ ਆ ਰਿਹਾ। ਉਹ ਕਹਿੰਦੇ ਕੀ ਮੈਂ ਘਰੇ ਇੱਦਾਂ ਬਾਲ ਸਭਾ ਬੂਹ 'ਚ ਗਾਉਣ ਵਾਲਾ ਬੰਦਾ ਜਾਂ ਲੇਡੀ ਸੰਗੀਤ ਛੋਟਾ ਹੁੰਦਾ, ਮੈਨੂੰ ਮਾਮੀਆਂ ਬਿਠਾ ਲੈਂਦੀਆਂ ਸੀ ਵੀ ਗਾ, ਹੈ ਨਾ, ਸ਼ਰਾਰਤੀ ਜਿਹਾ ਸੀਗਾ, ਮੈਂ ਗਾਣੇ ਗਾ ਲਏ, ਇੰਨਾ ਕੁ ਸੀਗਾ ਉਹਨਾਂ ਨੂੰ ਪਤਾ ਨਹੀਂ ਮੈਂ ਕਰਦਾ ਕੀ। ਠੀਕ ਹੈ। ਅਤੇ ਉਹ ਕਹਿੰਦੇ ਕੀ ਕਰਦਾ ਅੱਖਾਂ 'ਤੇ ਪ੍ਰਾਈਜ਼ ਜਿੱਤ ਰਿਹਾ ਤੂੰ ਆਪਣਾ ਇਹ ਉਹ, ਉਹ ਕਹਿੰਦੇ ਕੋਈ ਕੰਮ ਕਰ ਲਿਆ ਹੁਣ ਅੱਗੇ ਕੀ ਸੋਚਿਆ ਫਲਾਨਾ, ਮੈਂ ਕਿਹਾ ਨਹੀਂ ਹੁਣ ਥੋੜ੍ਹਾ ਉੱਧਰ ਰੁਕ ਜਾਓ, ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ। ਮੈਂ ਫਿਰ ਹੱਸਦੇ ਸਾਂਦੇ ਰੋ 'ਚ ਗਿਆ ਸੀਗਾ, ਮੈਨੂੰ ਯਾਦ ਆ ਰੋਡਵੇਜ਼ ਦੀ, ਮੈਂ ਤਾਂ ਚੰਦਨ ਪ੍ਰਭਾਕਰ ਅਸੀਂ ਇਕੱਠੇ ਗਏ ਸੀ, ਅੰਮ੍ਰਿਤਸਰ ਇੱਥੇ ਆਇਆ ਸੀ ਮੇਰੇ ਕੋਲ, ਰਾਤ ਰੁਕਿਆ, ਫਿਰ ਆਪਾਂ ਗਏ ਰਾਤ ਨੂੰ, ਸਾਨੂੰ ਪਤਾ ਨਹੀਂ ਸੀ ਬਾਈਪਾਸ ਕਰਨਾਲ ਬਾਈਪਾਸ ਉਤਰੇ ਅਤੇ ਚੈਨਲ ਸੀਗਾ ਅਤੇ ਮੂੰਹ ਧੋਤੇ ਨਹੀਂ ਹੋਏ, ਭੁੱਖ ਲੱਗੀ ਹੋਈ, ਪ੍ਰੈਸ਼ਰ ਵੀ ਆਇਆ ਹੋਇਆ, ਤੁਸੀਂ ਕਰਨਾ ਕੀ ਆ। ਅਸੀਂ ਉੱਥੇ ਨਾ, ਮੈਂ ਕਿਹਾ ਯਾਰ ਹੋਟਲ ਦੇ ਇੰਨੇ ਪੈਸੇ ਨੇ ਕਿ ਹੋਟਲ ਜਾਈਏ, ਹੁਣ ਜਾਣਾ ਵੀ ਫਰੈਸ਼ ਲੱਗੇ ਵੀ ਆ ਨਾ, ਆਰਟਿਸਟ ਆਏ ਆ ਅਤੇ ਸਮਝ ਆਵੇ ਨਾ, ਅਤੇ ਸਾਹਮਣੇ ਮੈਂ ਉਹਨੂੰ ਮੈਂ ਜਗਾੜ ਜਾ, ਉੱਥੇ ਨਾ ਸਾਹਮਣੇ ਇੱਕ ਬਹੁਤ ਵੱਡੀ ਏਸ਼ੀਆ ਦੀ ਮੰਡੀ ਹੈਗੀ ਫਲ ਮੰਡੀ, ਉੱਥੇ ਇੱਕ ਵਿਚਾਰਾ ਸਿਰ ਸਿਰ ਭਈਆ ਆਲੂ ਜੋ ਪਤਾ ਕੁਛ ਕਰ ਰਿਹਾ, ਅਤੇ ਮੈਂ ਜਾ ਕੇ ਉਹਨੇ ਦੀ ਗੱਲ ਕੀਤੀ, ਔਰ ਮੈਂ ਕਿਹਾ ਹਲਵਾ ਠੀਕ ਵਾ, ਉਹਨੂੰ ਲੱਗਾ ਬਿਹਾਰੀ ਹੈ ਕੋਈ, ਅੱਛਾ ਅੱਛਾ ਠੀਕ ਹੈ। ਪਰ ਮੈਂ ਤਾਂ ਗੱਲ ਕੀਤੀ, ਮੈਂ ਕਿਹਾ ਭਈਆ ਰੈਡੀ ਹੋਣਾ ਹੈ ਥੋੜ੍ਹਾ ਨਹਾ ਲੈ, ਮੈਂ ਦੇਖਿਆ 50 ਰੁਪਏ ਲੱਗੇਗਾ, ਅਤੇ ਮੈਂ ਚੰਦਨ ਨਾਲ ਦੇਖਿਆ ਦੇ ਦਾਂਗੇ ਕੋਈ ਗੱਲ, ਅਸੀਂ 50 ਰੁਪਏ ਦੇ ਕੇ ਫਰੈਸ਼ ਫਰੁਸ਼ ਹੋਏ, ਐਨ ਬਾਲ ਬੁਲ ਧੋਤੇ, ਅੰਦਰ ਬਾਥਰੂਮ ਜਾ ਕੇ ਆਏ, ਅਤੇ ਅੰਦਰ ਗਏ ਅੰਦਰ ਸਾਰੇ ਬੈਠੇ, ਕੱਪੇ ਲਾਉਣੀ ਇਹ ਉਹ ਸਾਰੇ ਬੈਠੇ ਉੱਥੇ, ਉਹ ਵੀ ਵਿਚਾਰੇ ਉੱਦਾਂ ਹੀ ਆਇਆ ਕਿਸੇ ਮੂੰਹ ਲਿਬੜੇ ਹੋਏ ਇੱਦਾਂ, ਅਤੇ ਇੱਦਾਂ ਦੇ ਹਾਲਾਤਾਂ 'ਚ, ਅਤੇ ਫਿਰ ਮੈਨੂੰ ਲੱਗਾ ਮੈਂ ਕਿਹਾ ਯਾਰ ਆਹ ਕੱਪੇ ਉਦੋਂ ਬੜਾ, ਉਦੋਂ ਵੀ ਫੇਮਸ ਸੀਗਾ, ਥੀਏਟਰ ਦਾ ਟੀਚਰ ਸੀਗਾ ਚੰਦਨ, ਰਾਜੀਵ ਠਾਕੁਰ, ਕੁਛ ਬੰਦੇ ਇੱਦਾਂ ਦੇ ਸੀਗੇ, ਬਾਕੀ ਤਾਂ ਮੇਲਿਆਂ ਮੂਲਿਆਂ 'ਚੋਂ ਸੀਨੀਅਰ ਬੰਦੇ। ਉਦੋਂ ਮੈਂ ਨਾ ਸਾਈਜ਼ ਦੇ ਹਿਸਾਬ ਨਾਲ ਚੈੱਕ ਕਰਾਂ ਕਿ ਇਹ ਬੰਦਾ ਜਿੱਤ ਜਾਏਗਾ, ਇੱਕ ਬੰਦਾ ਨਾ 70 ਸਾਲ ਦਾ ਆਇਆ, ਮੈਂ ਕਿਹਾ ਇਹਨੇ ਜਿੱਤ ਜਾਣਾ ਭਰਾਵਾ, ਅੱਛਾ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾਈ ਜਾਵਾਂ ਇਹ ਜਿੱਤ ਜਾਏਗਾ, ਇਹ ਤਾਂ ਤਜਰਬੇਕਾਰ ਬੰਦਾ ਆ, ਉਹ ਛੋਟੇ ਬਾਈ ਕਿੱਥੋਂ ਤੁਸੀਂ, ਇਹ ਤਾਂ ਭਰਾਵਾ ਅਸੀਂ ਕਿੱਥੇ ਟਿਕਣਾ, ਅਸੀਂ ਕਦੀ ਆਈਟਮ ਵਾਲੇ ਹੀ ਹਾਂ। ਅਤੇ ਜਦੋਂ ਭਰਾਵਾ ਮੈਂ, ਮੇਰਾ ਪਹਿਲੇ ਮੈਨੂੰ ਯਾਦ ਆ 25ਵਾਂ 26ਵਾਂ ਨੰਬਰ ਸੀ ਮੇਰਾ, ਇੱਦਾਂ ਆਡੀਸ਼ਨ ਹੁੰਦਾ ਪਿਆ, ਠੀਕ ਹੈ, ਅਤੇ ਮੈਂ ਗਿਆ ਹਰਬੰਸ ਹੁੰਦਾ ਜੀ ਉੱਥੇ, ਹਰਬੰਸ ਭਾਜੀ, ਉਹ ਮੈਂ ਜਦੋਂ ਕੀਤਾ ਨਾ, ਅਤੇ ਉਹ ਜਦੋਂ ਮੈਂ ਕੀਤਾ ਆਪਣਾ ਜਿਹੜੀ ਮੈਂ ਆਈਟਮ ਕਰਦਾ ਹੁੰਦਾ ਸੀਗਾ, ਅਤੇ ਮੈਂ ਤਾਂ ਮੈਂ ਆਈਟਮ ਬਣਾਈ ਹੋਈ ਸੀ ਵੀ ਐਕਟਰ ਗਾਣੇ ਗਾਉਂਦੇ ਪੰਜਾਬੀ, ਤੁਸੀਂ ਕਰਕੇ ਦਿਖਾਓ ਪਲੀਜ਼, ਹੈ ਨਾ, ਕਿਉਂਕਿ ਉਹ ਸਮਾਂ ਜ਼ਰੂਰ, ਕਿਉਂਕਿ ਬੰਦੇ ਤੁਹਾਡੇ ਵੀ ਯਾਦ ਹੋਊਗਾ, ਉਹ ਸਾਰੇ ਯਾਦ ਹੋਊਗਾ। ਪੰਜਾਬੀ ਗਾਣੇ ਜਿਵੇਂ ਹੈ ਨਾ, ਮੈਂ ਆਈਟਮ ਬਣਾਈ ਸੀ ਵੀ ਅਸ਼ੋਕ ਕੁਮਾਰ ਦਾਦਾ ਮੁਨੀ, ਹੈ ਨਾ, ਉਹ ਸਟਾਰਟ ਕਰਦੇ ਵੀ ਜੇ ਸਾਰੇ ਪੰਜਾਬੀ ਗਾਣੇ ਗਾਉਣ ਤਾਂ ਕਿੱਦਾਂ ਗਾਉਣ, ਅਤੇ ਦਾਦਾ ਮੁਨੀ ਗਾਉਂਦੇ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਪੱਟੂ ਆਣ ਕੇ ਦਰਾਂ ਦੇ ਵਿੱਚ ਵੱਜਿਆ, ਪੱਟੂ ਫਿਰਦਾ ਆ ਫਿਰਦਾ ਸ਼ਰਾਬ ਨਾ ਰੱਜਿਆ, ਬਸ ਕਰੋ ਸਾਹ ਚੜ ਗਿਆ ਦੋ, ਇੱਦਾਂ ਓਮ ਪ੍ਰਕਾਸ਼ ਕਹਿੰਦਾ ਐ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ, ਇੱਦਾਂ ਅਲੱਗ ਅਲੱਗ ਐਕਟਰ ਸੀਗੇ, ਅਤੇ ਉਹ ਇੰਨਾ ਖੁਸ਼ ਹੋਇਆ, ਮੈਂ ਕਿਹਾ ਭਾਅ ਜੀ ਠੀਕ ਸੀ, ਕਹਿੰਦਾ ਠੀਕ, ਕਹਿੰਦਾ ਮੈਂ ਸਵੇਰ ਦਾ ਬੋਰ ਹੋ ਗਿਆ, ਹੁਣ ਜਾ ਕੇ ਮੈਨੂੰ ਲੱਗਾ ਕੋਈ ਬੰਦਾ ਆਇਆ, ਅੱਛਾ ਮੈਂ ਕਿਹਾ ਚਲੋ ਇੱਕ ਆਈਟਮ ਤਾਂ ਪੱਕੀ ਹੋ ਗਈ ਪਸੰਦ ਆ ਗਈ, ਅਤੇ ਇੱਕ ਕੀਤਾ ਉੱਥੇ ਰਾਕੇਸ਼ ਬੇਦੀ ਨੇ ਬੜਾ, ਹਾਂ ਯਾਰ ਬੜਾ ਵਧੀਆ ਯਾਰ, ਮੈਨੂੰ ਤੂੰ ਕਹਿੰਦਾ ਤੇਰੀਆਂ ਅੱਖਾਂ ਬੜੀਆਂ ਪਸੰਦ ਆ, ਤੂੰ ਐਕਸਪ੍ਰੈਸ਼ਨ ਬੜਾ ਵਧੀਆ ਦਿੰਦਾ, ਇਹ ਉਹ ਕਿੱਥੋਂ ਸਿੱਖਿਆ ਤੂੰ ਮੈਨੂੰ, ਕਹਿੰਦੇ ਮੈਂ ਕਿਹਾ ਸਿੱਖਿਆ ਸੁੱਖਿਆ ਕਿ ਇੱਦਾਂ ਬਾਅਦ ਤੁਹਾਨੂੰ ਦੇਖ ਕੇ ਜੀ ਤੁਹਾਡੀ ਕਬਜ਼ ਦੀ ਐਡ ਦੇਖਦੇ ਹੁੰਦੇ ਸੀ, ਕਾਇਮ ਚੂਹਣ ਹੱਸਿਆ ਕਹਿੰਦਾ ਯਾਰ, ਮੈਂ ਕਿਹਾ ਤੁਹਾਡੇ ਮੈਂ ਸਾਰਾ ਦੇਖਿਆ ਹੋਇਆ, ਤੂੰ ਕਹਿਣ ਦਾ ਮਤਲਬ ਇੱਕ ਆਈਟਮ ਲਈ ਗਏ ਸੀਗੇ, ਅਤੇ ਉਹ ਕੁਦਰਤ ਜਦੋਂ ਸਿਰ 'ਤੇ ਪਈ ਫਿਰ ਆਪ ਹੀ ਕਰਨ ਲੱਗ ਗਏ, ਜਦਕਿ ਇਹ ਕਪਿਲ ਭਾਈ ਚੰਦਨ ਠਾਕੁਰ ਇਹ ਸਾਰੇ ਮੇਰੇ ਮੰਜੇ ਹੋਏ ਬੰਦੇ ਸੀ ਥੀਏਟਰ ਦੇ, ਮੈਨੂੰ ਤਾਂ ਕੱਖ ਵੀ ਨਹੀਂ ਆਉਂਦਾ ਸੀ, ਮੈਂ ਤਾਂ ਥੀਏਟਰ ਹੀ ਨਹੀਂ ਕੀਤਾ ਸੀ, ਮੇਰੇ ਕੋਲ ਸਿਰਫ ਆਪਣੀਆਂ ਆਵਾਜ਼ਾਂ ਹੁੰਦੀਆਂ ਸੀ ਜਾਂ ਥੋੜ੍ਹਾ
ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿਉਂਕਿ ਮੈਂ ਆਪਣੇ ਆਪ ਨਾਲ ਇਮਾਨਦਾਰ ਹੈਗਾ, ਮੈਂ ਭਰਮ 'ਚ ਨਹੀਂ ਹੈਗਾ। ਭਰਮ 'ਚ ਕਦੋਂ ਹੁੰਦਾ ਬੰਦਾ ਕਿ ਯਾਰ ਇਹ ਤਾਂ ਮੇਰੇ ਨਾਲ ਦਾ ਅੱਗੇ ਵੱਧ ਗਿਆ, ਘੱਟ ਇੱਦਾਂ ਨਹੀਂ ਹੁੰਦਾ। ਹਰ ਇੱਕ ਦੀ ਜਰਨੀ ਤੁਹਾਡੀ ਅਲੱਗ ਹੈ ਭਾਜੀ। ਇੱਕੋ ਮਾਂ ਦੀ ਕੋਖ 'ਚ ਪੈਦਾ ਹੋ ਕੇ ਦੋ ਬੱਚਿਆਂ ਦੀ ਕਿਸਮਤ ਇੱਕ ਨਹੀਂ ਹੁੰਦੀ, ਉਹ ਤਾਂ ਫਿਰ ਕਿਸੇ ਅਲੱਗ ਮਾਂ ਦਾ ਜਾਇਆ। ਸਹੀ ਗੱਲ ਹੈ। ਮੈਨੂੰ ਇਹ ਸਿੱਖਣਾ ਚਾਹੀਦਾ ਉਹਦੇ ਤੋਂ ਕਿ ਉਹਨੇ ਕਿੰਨੀ ਸਮਾਰਟਲੀ ਉਹ ਹੈਂਡਲ ਕੀਤਾ ਜਿਹੜੀਆਂ ਮੇਰੇ 'ਚੋਂ ਚੀਜ਼ਾਂ ਨਹੀਂ ਸੀਗੀਆਂ, ਜਿਹੜੀ ਮੈਨੂੰ ਅੱਜ ਥੋੜ੍ਹੀ ਬਹੁਤੀ ਸਮਝ ਆਉਣ ਲੱਗੀ ਨਾ। ਇੱਕ ਹੁੰਦੀ ਕਲਾ, ਇੱਕ ਮੈਂ ਹਲਵਾਈ ਦੁਕਾਨ ਖੋਲ੍ਹੀ, ਮੇਰੇ ਕੋਲ ਮਠਿਆਈ ਮੈਨੂੰ ਵੇਚਣੀ ਆਉਂਦੀ ਨਹੀਂ, ਮੈਂ ਕੀ ਕਰ ਲਵਾਂਗਾ, ਮੇਰਾ ਗੱਲਾਂ ਕਿੱਦਾਂ ਭਰ ਜਾਏਗਾ? ਸਹੀ ਗੱਲ। ਗਾਹਕ ਨੇ ਮੈਨੂੰ ਗੱਲ ਕਰਨੀ ਨਹੀਂ ਆਉਂਦੀ, ਝੂਠ ਨਹੀਂ ਬੋਲਣਾ ਆਉਂਦਾ ਥੋੜ੍ਹਾ ਬਹੁਤਾ। ਹਾਂਜੀ, ਜੇ ਮੈਂ ਸੱਚ ਕਹਿਣ ਵਾ ਬਰਫੀ ਕਦੋਂ ਦੀ ਪਾਈ, ਇਹ ਤਾਂ ਮਹੀਨੇ ਪਹਿਲਾਂ ਵੀ ਕੋਈ ਲਏਗਾ, ਤਾਜ਼ੀ ਮਾਰਾ, ਤਾਜ਼ੀ ਲਓ, ਲੋ ਖੜਾ ਮਿੱਠਾ ਘੱਟ ਮਿੱਠਿਆ ਦੀ ਚੀਜ਼ਾਂ ਵੀ ਆਉਣੀ ਚਾਹੀਦੀ, ਇਹ ਮੈਨੂੰ ਆਉਂਦੀਆਂ ਨਹੀਂ। ਨਾਲੇ ਖੋਆ ਕਹਿਣਗੇ ਤਾਜ਼ਾ ਹੈ, ਤਾਜ਼ਾ ਖੋਆ, ਉਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਕਲਾਕਾਰ ਬਣਦਾ, ਕਿਉਂਕਿ ਸੱਚ ਨਹੀਂ ਚੱਲਦਾ ਭਾਜੀ। ਪਰ ਪਾਤਰ ਸਾਹਿਬ ਦਾ ਇੱਕ ਸ਼ੇਰ ਆ, ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। ਕੀ ਬਾਤ, ਟੋਟਲ ਸੋਨਾ ਨਹੀਂ ਚੱਲਦਾ, ਟੋਟਲ ਸੱਚ ਨਹੀਂ ਚੱਲਦਾ। ਕਲਾ ਵੀ ਇੱਕ ਝੂਠ ਦਾ ਸੁਮੇਲ ਆ, ਮਖੌਟਾ ਹੈ। ਸਹੀ ਗੱਲ। ਅਸੀਂ ਸੱਚੇ ਐਕਚੁਅਲੀ ਉਹੀ ਜਿੱਦਾਂ ਦੇ ਮਾਂ ਬਾਪ ਸਾਡੇ ਭੋਲੇ ਭਾਲੇ, ਅਸੀਂ ਉੱਦਾਂ ਸਮਝਦੇ ਦੁਨੀਆ, ਉੱਦਾਂ ਉੱਦਾਂ ਨਹੀਂ ਹੈਗੀ ਭਾਜੀ। ਦੁਨੀਆ ਬੜੀ ਟੇਢੀ ਹੈ। ਨਹੀਂ, ਮੇਰਾ ਸਵਾਲ ਇਹ ਸੀ ਮੇਨ ਵੀ ਤੁਹਾਨੂੰ ਕੋਈ ਕਮੀ ਕਮੀ ਦੱਸੋ। ਉੱਥੇ ਆ ਰਿਹਾ ਮੈਂ, ਉੱਥੇ ਆ ਰਿਹਾ ਵੀ ਜਦੋਂ ਕਪਿਲ ਸਾਨੂੰ ਮਿਲਿਆ, ਕਪਿਲ ਬਹੁਤ ਸਮਾਰਟ ਬੰਦਾ ਸੀ, ਟੈਲੈਂਟਡ, ਕੌਨਫੀਡੈਂਟ। ਮੇਰੇ 'ਚ ਕੌਨਫੀਡੈਂਸ ਨਹੀਂ ਸੀ, ਮੈਂ ਕਲਾਕਾਰ ਸੀਗਾ ਵਧੀਆ, ਕੌਨਫੀਡੈਂਟ ਨਹੀਂ ਸੀ। ਅੱਜ ਮੈਂ ਕੌਨਫੀਡੈਂਟ ਹਾਂ, ਅੱਜ ਮੈਂ ਧੱਕੇ ਖਾ ਲਏ ਜ਼ਿੰਦਗੀ 'ਚ, ਅੱਜ ਮੈਂ ਪਰਿਵਾਰ ਆਪਣੇ ਪਰਿਵਾਰ ਨਾਲ ਰਹਿ ਕੇ ਬੰਬੇ ਰਹਿ ਰਿਹਾ ਮੈਂ, ਮੈਂ ਬੱਚੇ ਪਾਲ ਲਏ, ਸਭ ਕੁਝ ਦੇਖ ਲਿਆ, ਪਿਓ ਗਵਾ ਲਿਆ, ਪੀਜੀਆਈ 'ਚ ਰਿਹਾ ਡੇਢ ਮਹੀਨਾ, ਮੈਂ ਦੇਖਿਆ ਉੱਥੇ ਜ਼ਿੰਦਗੀ ਦੇਖੀ ਆ, ਮਾੜਾ ਚੰਗਾ ਟਾਈਮ ਦੇਖਿਆ, ਦੋਸਤੀਆਂ ਦੇਖੀਆਂ, ਟੁੱਟਦੀਆਂ ਦੇਖ, ਸਾਰਾ ਕੁਝ ਦੇਖ ਲਿਆ, ਜਿੰਨਾ ਕਿ ਇੱਕ ਬੰਦੇ ਨੂੰ ਕਰਮ ਕਰਨ ਲਈ ਚਾਹੀਦਾ। ਹੁਣ ਕਰਮ ਕਰਨਾ ਬਾਕੀ ਹੈ, ਉਹ ਦੇਖ ਲਿਆ ਮੈਂ, ਉਹ ਉਦੋਂ ਹੀ ਸਮਾਰਟ ਸੀ, ਉਹਨੂੰ ਉਦੋਂ ਤਜਰਬੇ ਦੇਖੇ ਸੀ, ਬਟ ਮੈਂ ਉਹ 12 ਸਾਲ 'ਚ ਆਪਣੇ ਆਪ ਨੂੰ ਨਾ ਵੇਸਟ ਨਹੀਂ ਕੀਤਾ, ਮੈਂ ਤਰਕਸ ਆਪਣੇ ਤੀਰ ਪਾਉਂਦਾ ਰਿਹਾ, ਮੈਂ ਆਪਣੇ ਆਪ 'ਤੇ ਕੰਮ ਕੀਤਾ, ਮੈਂ ਵਰਲਡ ਸਿਨੇਮਾ ਦੇਖਿਆ, ਮੈਂ ਕਿਤਾਬਾਂ ਪੜ੍ਹੀਆਂ, ਮੈਂ ਆਪਣੇ ਨੂੰ ਨਾ ਬੈਠਾ, ਮੈਂ ਇਹ ਸੋਚ ਲਿਆ ਕਿ ਕਲਾ 'ਚ ਕੁਛ ਪ੍ਰਾਪਤ ਹੋਣਾ ਖੁਸ਼ੀ ਨਹੀਂ ਹੁੰਦੀ, ਕਲਾਕਾਰ ਹੋਣਾ ਹੀ ਖੁਸ਼ੀ ਹੈ। ਕੀ ਬਾਤ, ਬਹੁਤ ਵਧੀਆ ਗੱਲ ਹੈ ਜੀ। ਤੁਸੀਂ ਕਲਾ ਤੁਹਾਨੂੰ ਦੇ ਦਿੱਤੀ ਪਰਮਾਤਮਾ ਨੇ, ਇੱਕ ਗਰੀਬੀ 'ਚੋਂ ਚੱਕ ਕੇ ਇੱਥੇ ਰੱਖਤਾ, ਅੱਜ ਇੰਟਰਵਿਊ ਦੇ ਰਿਹਾ ਮੈਂ, ਆਪਣੇ ਬਾਰੇ ਦੱਸ ਰਿਹਾ, ਮੈਨੂੰ ਸੁਣ ਰਿਹਾ, ਇਹ ਕਿੱਡੀ ਬੜੀ ਪ੍ਰਾਪਤੀ ਹੈ। ਬਹੁਤ ਵੱਡੀ ਗੱਲ ਹੈ ਜੀ। ਪੰਜਾਬੀ ਬੰਦੇ, ਪੰਜਾਬ 'ਚ ਜਿਹੜਾ ਸਟਾਰ ਹੈ ਉਹ ਦੁਨੀਆ ਦਾ ਸਟਾਰ ਹੈਗਾ, ਜਿਹਨੂੰ ਪੰਜਾਬ 'ਚ ਪਿਆਰ ਕਰਦੇ ਨਾ, ਦੁਨੀਆ ਮੰਨਦੀ ਮੰਨਦੀ ਹੈ। ਪੰਜਾਬੀਅਤ ਇੱਦਾਂ ਦੀ ਜ਼ੁਬਾਨ ਹੈ ਇਹ, ਕਿਉਂਕਿ ਬਾਬਿਆਂ ਰੂਹਾਂ ਰੂਹਾਨੀ ਧਰਤੀ ਹੈ। ਬਿਲਕੁਲ। ਅਤੇ ਕਪਿਲ ਤੋਂ ਮੈਂ ਇਹ ਚੀਜ਼ ਸਿੱਖੀ ਹੈ ਕਿ ਜੇ ਬੰਦਾ ਉਹ ਮੈਨੂੰ ਹਮੇਸ਼ਾ ਇੱਕ ਮੇਰੀ ਗੱਲ ਐਪਰੀਸ਼ੀਏਟ ਕਰਦਾ, ਕਹਿੰਦਾ ਤੂੰ ਮਿਹਨਤੀ ਬੜਾ। ਉਹ ਮੈਨੂੰ ਐਮ ਐਚ 1 'ਤੇ ਕਹਿੰਦਾ ਹੁੰਦਾ, ਜਿਸਮ ਤਾਂ ਉਹਦੀ ਆਤ ਹੈ ਨਾ, ਨੋਰਮਲ ਅੱਖ 'ਚ ਹੁੰਦਾ, ਤੂੰ ਭਰਾ ਮਿਹਨਤੀ ਬੜਾ ਹੈਗਾ, ਮੈਂ ਮਿਹਨਤ ਨਹੀਂ ਕਰਦਾ, ਮੈਂ ਜੇ ਤੇਰੇ ਕੀ ਮਿਹਨਤ ਕਰ ਲਾਂ ਇੱਦਾਂ ਕਰਦਾ। ਉਹ ਅੱਜ ਵੀ ਉਹ ਮੈਨੂੰ ਉੱਦਾਂ ਹੀ ਨਜ਼ਰਾਂ ਨਾਲ ਦੇਖਦਾ ਵੀ ਮੈਂ ਛੱਡੀ ਨਹੀਂ ਰਹੇ ਸ਼ੋਅ ਤੁਹਾਡਾ ਜਿਹੜਾ ਆਇਆ ਸੀ ਉਹ 'ਚ ਵੀ ਇਹਨਾਂ ਨੇ, ਹਾਂ ਉਹ 'ਚ ਬੜਾ ਮਜ਼ਾ ਆਇਆ, ਕਿਉਂਕਿ ਅਸੀਂ ਲੋਕਾਂ ਨੂੰ ਲੱਗਦਾ ਵੀ ਉਹ ਅੱਜ ਦੀ ਦੁਨੀਆਂ 'ਚ ਬੜਾ ਵੱਡਾ ਸਟਾਰ ਹੈ ਏਸ਼ੀਆ ਦਾ। ਅਤੇ ਮੇਰਾ ਮੇਰੇ ਲਈ ਚੰਗਾ ਇਹ ਗੱਲ ਹੋਈ, ਉਹਦੇ ਹੀ ਦੋਸਤ ਨੇ ਗੱਲ ਕਹੀ, ਜਿਹੜੇ ਸਾਡੇ ਪ੍ਰੋਡਿਊਸਰ ਨੇ ਰਾਜੀਵ ਢਿੰਗਰਾ ਭਾਜੀ, ਬਿਲਕੁਲ, ਉਹਨਾਂ ਨੇ ਗੱਲ ਕਹੀ, ਕਹਿੰਦੇ ਜਸਵੰਤ ਮੈਂ ਨਾ ਕਪਿਲ ਨੂੰ ਗੱਲ ਕਹੀ, ਮੈਂ ਕਿਹਾ ਵੀ ਜਸਵੰਤ ਨੂੰ ਉਹਦਾ ਡਿਊ ਨਹੀਂ ਮਿਲਿਆ ਹਜੇ। ਸਹੀ ਆ। ਉਹ ਬੰਦੇ ਫੀਲ, ਮਤਲਬ ਸੈਕਿੰਡ ਬੰਦੇ ਤੁਹਾਡੀ ਫੀਲ ਕਰਦੇ ਪਏ ਗੱਲ, ਕਹਿੰਦੇ ਜਦੋਂ ਤੇਰੀ ਗੱਲ ਚੱਲੀ ਨਾ ਵੀ ਇੱਦਾਂ, ਕਹਿੰਦਾ ਵੀ ਐਕਸਪੋਜ਼ ਹੀ ਨਹੀਂ ਹੋਇਆ ਉਹ, ਮਤਲਬ ਉਹ ਜੋ ਹੈਗਾ ਜੋ ਮੈਂ ਉਹਨਾਂ ਗੱਲਬਾਤ ਹੁਣ ਦੇਖਿਆ ਉਹ ਬਾਹਰ ਹੀ ਨਹੀਂ ਆਇਆ, ਅਤੇ ਇਹਦਾ ਮਤਲਬ ਮੇਰਾ ਟਾਈਮ ਜ਼ਰੂਰ। ਆਪਾਂ ਕੰਪੈਰੀਜ਼ਨ ਕਰਕੇ ਦੁਖੀ ਹੁੰਦੇ ਹਾਂ ਵੀ ਉਹ ਚਲਾ ਗਿਆ ਮੈਂ ਪਿੱਛੇ, ਇੱਦਾਂ ਨਹੀਂ, ਕੀ ਪਤਾ ਮੈਂ ਹਜੇ ਕਿੱਥੇ ਜਾਣਾ, ਜਾਂ ਮੇਰੇ ਤੋਂ ਪਿੱਛੇ ਜਿਹੜਾ ਬੰਦਾ ਉਹਨੇ ਕਿੱਥੇ ਜਾਣਾ। ਨੈਵਰ ਕੰਪੇਅਰ ਯੂਅਰ ਸੈਲਫ। ਨਹੀਂ ਮੈਂ ਨਾ ਜਿੱਦਾਂ ਇਸ ਦਿਨ ਬਹੁਤ ਸਾਰੇ ਲੋਕ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਵੀ ਤੁਸੀਂ ਉਹ ਸ਼ੋਅ ਜਿੱਤੇ ਸੀ, ਉਹ ਕਪਿਲ ਹਾਰਿਆ ਸੀ, ਜਿਸ ਦਿਨ ਤੁਹਾਡਾ ਹੁਣ ਹੱਸਦਿਆਂ ਦੇ ਘਰ ਵਾਸਤੇ ਸ਼ੋਅ ਆਇਆ, ਕਪਿਲ ਵੀ ਆਇਆ ਸੀ, ਤੁਸੀਂ ਉਸ ਦੇ ਵਿਨਰ ਸੀ, ਉਹ ਗੈਸਟ ਸੀ, ਹੈ ਨਾ, ਤੁਸੀਂ ਪਰਫੋਰਮ ਕਰ, ਮੈਂ ਉਹ ਆਪਦਿਆਂ ਸੋਚ ਰਿਹਾ ਸੀ ਵੀ ਬਾਈ ਨੂੰ ਕਿੱਦਾਂ ਦਾ ਲੱਗ ਰਿਹਾ ਹੋਊਗਾ ਵੀ ਯਾਰ ਮੈਂ ਇੱਕ ਵਿਨਰ ਸੀ, ਜਦੋਂ ਤੁਸੀਂ ਜਿੱਤੇ ਹੋਵੋਗੇ ਤੁਸੀਂ ਕਦੇ ਸੋਚਿਆ ਹੋਵੇ ਮੈਂ ਉਸ ਲੈਵਲ 'ਤੇ ਪਹੁੰਚੂ, ਇਹ ਹਾਰ ਗਏ ਪਿੱਛੇ ਰਹਿ ਗਏ, ਹੈ ਨਾ। ਸੋ ਦੋ ਉੱਥੋਂ ਲੈਸਨ ਮਿਲਦੇ ਮੈਨੂੰ ਲੱਗੇ ਵੀ ਬੰਦਾ ਹਾਰ ਕੇ ਵੀ ਕਈ ਵਾਰ ਜਿੱਤ ਜਾਂਦਾ, ਕਈ ਵਾਰ ਜਿੱਤ ਕੇ ਵੀ ਹਾਰ ਜਾਂਦਾ। ਜ਼ਿੰਦਗੀ ਹਰ ਕਦਮ ਨਹੀਂ ਜੰਗ ਹੈ, ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ, ਮਤਲਬ ਜਿਹੜਾ ਨਾ ਗੋਲ ਹੈ ਦੁਨੀਆ, ਬਿਲਕੁਲ, ਜਿੱਥੋਂ ਸ਼ੁਰੂ ਹੋਇਆ ਉੱਥੇ ਹੀ ਖਤਮ ਹੋਣਾ, ਉੱਥੇ ਹੀ ਖਤਮ ਹੋਣਾ ਨਾ। ਇਹ ਸੱਚ ਹੈਗਾ, ਅਸੀਂ ਮਿੱਟੀ ਹੈ। ਸਹੀ ਗੱਲ ਹੈ ਜੀ। ਜਿਹੜੀ ਜਰਨੀ ਹੈ ਨਾ, ਜਰਨੀ ਸਿੱਖਣਾ, ਸਭ ਤੋਂ ਵੱਡੀ ਗੱਲ ਆਪਣੇ ਪ੍ਰਤੀ ਇਮਾਨਦਾਰ ਰਹਿਣਾ। ਮੈਨੂੰ ਇੰਨਾ ਪਤਾ ਹੈ ਕਿ ਮੈਂ 10 ਸਾਲ ਪਹਿਲਾਂ ਮੈਂ ਉਹ ਨਹੀਂ ਸਕਾਂ ਜੋ ਅੱਜ ਹੈਗਾ। ਬਿਲਕੁਲ। ਜੇ ਮੈਂ ਇਹੀ ਚੜ੍ਹਦੀ ਕਲਾ 'ਚ ਰਹਾਂ, ਇਹੀ ਥੋਟ ਨਾਲ ਮੈਂ ਅੱਗੇ ਵੱਧਦਾ ਰਹਾਂ, ਤਾਂ 10 ਸਾਲ ਬਾਅਦ ਮੈਂ ਹੋਰ ਵੀ ਚੇਂਜ ਲਿਆ ਦਾਂਗਾ ਲਾਈਫ 'ਚ। ਸਹੀ ਗੱਲ। ਮੇਰੇ 'ਤੇ ਹੀ ਆ, ਮੈਂ ਚਾਹਵਾਂ ਤਾਂ ਮੈਂ ਢੇਰੀ ਹਾਂ, ਮੈਂ ਚਾਹਵਾਂ ਤਾਂ ਚੜ੍ਹਦੀ ਕਲਾ। ਬਿਲਕੁਲ, ਹੌਸਲਾ ਹੀ ਵੱਡੀ ਚੀਜ਼ ਹੈ। ਹੌਸਲਾ ਵੱਡੀ ਚੀਜ਼ ਆ। ਦੇਖੋ ਗੱਲ ਇੱਦਾਂ ਆ ਵੀ ਮੈਂ ਇੱਕ ਐਗਜ਼ਾਮਪਲ ਦਿੰਦਾ।
ਭੱਜ ਕੇ ਪੈ ਜਾਂਦਾ ਸੀ ਕਿ ਇਹ 'ਚੋਂ ਫੋਟੋਆਂ ਕੱਢਾਂ ਸੁਨੀਲ ਸ਼ੈਟੀ ਦੀਆਂ। ਮੈਂ ਸੁਨੀਲ ਸ਼ੈਟੀ ਦਾ ਫੈਨ ਬੜਾ ਤਕੜਾ, ਮੈਂ ਉਹ 'ਚੋਂ ਫੋਟੋਆਂ ਕੱਢਦਾ ਹੁੰਦਾ ਸੀ ਅਤੇ ਉਹ ਕੱਟ ਕੇ ਨਾ ਮੈਂ ਕਲੈਕਸ਼ਨ ਕਰਨੀ। ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਇਹ ਬੰਦੇ ਨੂੰ ਮੈਂ ਮਿਲਾਂਗਾ। ਅੱਜ ਉਹਦੇ ਫੋਨ 'ਚ ਮੇਰਾ ਨੰਬਰ ਹੈਗਾ, ਹਰ ਪਾਰਟੀ 'ਚ ਮੈਨੂੰ ਬੁਲਾਉਂਦਾ, ਛੋਟੇ ਬੱਚਿਆਂ ਕੋ ਮੈਨੂੰ ਪਿਆਰ ਕਰਦਾ। ਇੱਥੋਂ ਅੰਦਾਜ਼ਾ ਲਾ ਲਓ ਕਿ ਮੈਂ ਕਹਿੰਦਾ ਸ਼ੁਕਰਾਨੇ ਵਾਲਾ ਬੰਦਾ। ਬਹੁਤ ਵੱਡੀ ਗੱਲ ਹੈ ਬਾਲੀਵੁੱਡ ਤੱਕ। ਮੇਰੀ ਅਚੀਵਮੈਂਟ ਤਾਂ ਉਦਾਂ ਹੀ ਹੋ ਗਈ ਸੀ ਜਿੱਦਣ ਮੈਂ ਸੁਨੀਲ ਸ਼ੈਟੀ ਦੇ ਘਰ ਚਲਾ ਗਿਆ ਸੀ। ਜਦੋਂ ਮੈਂ ਉਹ ਐਡਰੈਸ ਜਿਹੜਾ ਮੈਨੂੰ 25 ਸਾਲ ਪਹਿਲਾਂ ਯਾਦ ਸੀ ਬੱਚੇ ਨੂੰ, 18B ਪ੍ਰਿਥਵੀ ਅਪਾਰਟਮੈਂਟ ਅਲਟਾਮੌਨ ਰੋਡ ਮੁੰਬਈ 26, ਜਦੋਂ ਮੈਂ ਉਹ ਥੱਲੇ ਉਤਰਿਆ ਮੇਰਾ ਜਿੱਤ ਉਦਾਂ ਹੀ ਹੋ ਗਈ ਸੀ। ਇਹ ਤਾਂ ਬੋਨਸ ਹੈਗਾ। ਨਿਕਲੇ ਬਾਹਰ ਤੇ ਉਹਨਾਂ ਨੂੰ ਪਤਾ ਤਾਂ ਸੀਗਾ ਵੀ ਏਦਾਂ ਦਾ ਬੰਦਾ ਇੱਕ ਆ ਰਿਹਾ, ਤੇ ਜਦੋਂ ਮੈਨੂੰ ਦੇਖਿਆ ਨਾ ਉਹਨਾਂ ਨੇ ਏਦਾਂ ਦੇਖ ਕੇ, ਉਹਨਾਂ ਨੂੰ ਏਦਾਂ ਇਗਨੋਰ ਕਰਤਾ, ਅੰਦਰ ਸੋਚਣਾ ਉਹ ਹੀ ਬੰਦਾ ਜਿਹੜਾ ਮੇਰੀ ਮਿਮਿਕਰੀ ਕਰਦਾ। ਮੈਂ ਫੇਮਸ ਹੋ ਚੁੱਕਾ ਸੀ ਉਦੋਂ, ਲਾਫਟਰ ਚੈਲੰਜ ਆ ਚੁੱਕਾ ਸੀ ਕਾਮੇਡੀ ਸਰਕਲ, ਤੇ ਸੁਨੀਲ ਸ਼ੈਟੀ ਨੇ ਏਦਾਂ ਦਾ ਮੂੰਹ ਏਦਾਂ ਘੁਮਾ ਲਿਆ ਤੇ ਮੈਂ ਮੇਰੇ ਅੰਦਰ ਜਦੋਂ ਮੈਂ ਦੇਖਿਆ ਸੁਨੀਲ ਸ਼ੈਟੀ ਨੂੰ ਪਿੱਛੋਂ ਵਾਜਾਂ ਆਵੇ, ਵਿਨਾਸ਼ਕ ਮੋਹਰਾ ਅੰਤ ਗੋਪੀ ਕ੍ਰਿਸ਼ਨ ਟੱਕਰ ਸ਼ੰਖ ਸ਼ੰਖ ਵੱਜਣ ਲੱਗ ਗਏ, ਵੀ ਤਾਂ ਯਾਰ ਓਰਿਜਨਲ ਬੰਦਾ ਜਿਹਨੂੰ ਹਨੂੰਮਾਨ ਨੂੰ ਰਾਮ ਦੇਖ ਗਿਆ। ਹਾਂ ਯਾਰ ਉਦਾਂ ਹੀ ਫਿਟਨੈਸ ਪੂਰੀ ਆ ਸੁਨੀਲ ਸ਼ੈਟੀ ਖੜਾ। ਮੈਂ ਕੋਲ ਜਾ ਕੇ ਮੈਂ ਉਹਦੇ ਪੈਰੀ ਪਹਿਨਾ ਕੀਤਾ, ਮੈਂ ਕਿਹਾ ਸਰ ਇਹਨਾਂ ਨੇ ਉਹ ਬੰਦਾ ਆ ਗਿਆ ਇਹਨੇ ਮਿਲਾਉਣਾ ਸੀ। ਕਹਿੰਦਾ ਸਰ ਅੰਨਾ ਅੰਨਾ ਕਹਿੰਦੇ ਉਹਨੂੰ, ਅੰਨਾ ਇਹ ਜਸਵੰਤ। ਅੱਛਾ 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 ਇਹ ਹੈ ਵੋ। ਮੈਂ ਕਿਹਾ ਸਰ ਜੋ ਵੀ ਆਪਕੀ ਵਜ੍ਹਾ ਸਹੀ ਹੈ, ਲਾਈਨ ਜੋ ਵੀ ਹੋਤਾ ਆਪਣਾ ਟੈਲੈਂਟ ਕੀ ਵਜ੍ਹਾ ਸੇ ਹੋਤਾ ਹੈ। ਅਗਰ ਇੰਸਪੀਰੇਸ਼ਨ ਤਾਂ ਸਰ ਆਪ ਹੀ ਹੈ, ਲਾਈਨ ਯੂ ਆਰ ਅ ਗੁੱਡ ਬਾਏ, ਮੈਨੇ ਦੇਖਾ ਹੈ ਆਪਕੋ। ਮੈਂ ਕਿਹਾ ਸਰ ਕੁਛ ਦਿਖਾਉਣਾ ਹੈ? ਹਾਂ ਲੈ ਆਈਏ, ਵੈਨਿਟੀ ਮੈਂ ਲੈ ਆਈਏ। ਅੱਛਾ ਜਦੋਂ ਤੱਕ ਉਹ ਸੁਨੀਲ ਸ਼ੈਟੀ ਸੀਗੇ ਸਾਹਿਬ, ਜਦੋਂ 15-16 ਬੰਦੇ ਦਾ ਸਟਾਫ ਆਇਆ ਨਾ ਲੱਗੀ ਹੋਈ ਏਦਾਂ, ਜਦੋਂ ਮੈਂ ਐਲਬਮ ਲਿਆ ਕੇ ਰੱਖੀ ਸੁਨੀਲ ਸ਼ੈਟੀ ਮੂਹਰੇ ਇੱਕ ਬੱਚੇ ਵਾਲੀ, ਜਦੋਂ ਮੈਂ 7-8 ਸਾਲ ਦਾ ਉਹ ਤੋਂ ਬਣਾ ਰਿਹਾ, ਤੇ ਮੈਂ ਜਦੋਂ ਉਹਨੇ ਪਹਿਲਾ ਪੰਨਾ ਪਲਟਿਆ ਤੇ ਉਹਦੇ ਵਿੱਚ ਉਹਨੂੰ ਉਹੀ ਸਮਝ ਸਕਦਾ ਜਿਹਨੇ ਜਾਂ ਤਾਂ ਇਸ਼ਕ ਕੀਤਾ ਹੋਵੇ ਜਾਂ ਉਹ ਜਿਹਦੇ ਲਈ ਹੋਵੇ। ਉਹਦੇ 'ਚ ਮੇਰੇ ਕੋਲ ਗੂੰਦ ਦੇ ਪੈਸੇ ਨਹੀਂ ਹੁੰਦੇ, ਮੈਂ ਆਟੇ ਦੀ ਲੇਵੀ ਬਣਾ ਕੇ ਨਾ ਫੋਟੋਆਂ ਜੋੜਦਾ ਹੁੰਦਾ ਸੀ। ਕਈ ਵਾਰੀ ਟੁੱਟ ਜਾਂਦੇ, ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ ਵੀ 3 ਰੁਪਏ ਦੀ ਗੂੰਦ 2 ਰੁਪਏ ਦੀ ਆਉਣੀ, ਮੈਂ ਆਟੇ ਦੀ ਲੇਵੀ ਬਣਾ ਕੇ ਨਾ ਸਿਖਾ ਕੇ ਉਹ ਲਾ ਦੇਣੀ। ਉਹਨੇ ਉਹ ਪਹੁੰਚ ਗਈ ਉਦੋਂ ਤੱਕ ਐਨਰਜੀ, ਉਹ ਭਾਅ ਜੀ ਉਹਨੇ ਐਨਕ ਲਾਈ ਅਤੇ ਸਪੈਕਸ ਲਾ ਲਈ ਸੁਨੀਲ ਸ਼ੈਟੀ ਦੇ ਮੋਢੇ 'ਤੇ ਲੈਂਦ, ਉਹ ਮੈਨੂੰ ਐਂ ਫੀਲ ਹੋਇਆ ਸੱਚ ਹੋ ਗਿਆ ਯਾਰ, ਪਾਵਰ ਆ ਗਈ ਇੱਕ ਤਰ੍ਹਾਂ ਮੇਰੇ 'ਚ। ਮੈਂ ਕਿਹਾ ਯਾਰ ਬੰਦੇ ਤੱਕ ਪਹੁੰਚ ਗਈ ਚੀਜ਼ ਜਿਹੜੀ ਕਿ ਬੱਚੇ ਨੇ ਸੁਪਨਾ ਲਿਆ ਸੀ ਜਨਤਾ ਕਲੋਨੀ ਦੇ ਪਿੰਟੂ ਨੇ, ਅੱਜ ਜਸਵੰਤ ਸਿੰਘ ਰਾਠੌਰ ਬਣ ਕੇ ਉਹਦੀ ਵੈਨਿਟੀ 'ਚ ਬੈਠਾ ਇੱਦਾਂ ਲੱਤੇ ਲੱਤ ਰੱਖ ਕੇ, ਅਤੇ ਸੁਨੀਲ ਸ਼ੈਟੀ ਨੂੰ ਦੇਖਿਆ ਸੁਨੀਲ ਸ਼ੈਟੀ ਇਹ ਕਾਂਸ਼ਲ ਯਾਰ ਬਿਲੇਵਰ ਅਮਰੀ ਸਿੰਘ ਯਾ ਕੈਸੇ ਕਾਂਸ਼ਲ ਯਾਰ ਇਹ ਅੱਛਾ ਐਕਟਰ ਹੈ, ਮੈਂ ਉਹ ਰਫੀ ਕੋ ਬੋਲਤਾ ਹੂੰ ਵਿਜੈ ਕੋ ਬੋਲਤਾ ਹੂੰ ਇਸ ਕੋ ਯੂਜ ਕਰਿਆ ਕਿਸੀ ਫਿਲਮ, ਮਤਲਬ ਐਕਸਾਈਟਡ ਹੋ ਗਏ ਸੁਨੀਲ ਸ਼ੈਟੀ, ਬੰਦਾ ਭਾਵਕ ਹੋ ਜਾਂਦਾ ਭਾਵਕ ਹੋ ਗਿਆ, ਸਾਰੀ ਜਰਨੀ ਦਿਖਾ ਰਹੇ ਹੋ ਤੁਸੀਂ। ਮਤਲਬ ਫੈਨ ਤੁਹਾਨੂੰ ਬੜੇ ਮਿਲਦੇ ਹੋਣੇ ਆ, ਕੋਈ ਟੈਟੂ ਵਾਲੇ ਜਾਂ ਕਿੱਦਾਂ, ਉਹਨੂੰ ਪਤਾ ਲੱਗ ਗਿਆ ਕਿ ਕਲਾਕਾਰ ਬੰਦਾ ਹੈਗਾ, ਇਹਨੂੰ ਸਮਝ ਆ ਗਈ ਕਿ ਬੇਸਿਕਲੀ ਭਗਤ ਫੈਨ 'ਚੋਂ ਆਰਟਿਸਟ ਬਣਿਆ ਹੋਇਆ, ਇਹ ਮਿਮਿਕਰੀ ਨਹੀਂ ਕਰਦਾ, ਮਜ਼ਾਕ ਨਹੀਂ ਉਡਾਉਂਦਾ, ਬਿਲਕੁਲ ਇਹਨੇ ਤਾਂ ਮੈਨੂੰ ਮਤਲਬ ਘੋਲ ਕੇ ਪੀਤਾ ਹੋਇਆ, ਦੇਖਿਆ ਅਬਜ਼ਰਵ ਕੀਤਾ ਹੋਇਆ। ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦਾ ਹਾਈ ਜਸਵੰਤ, ਮੈਂ ਵੀ ਜਾ ਰਿਹਾ ਹਾਂ ਬੇਟਾ ਨਿਊਯਾਰਕ, ਤੋ ਤੁਮ ਅਗਲੇ ਮਹੀਨੇ ਜ਼ਰੂਰ ਆਓ ਘਰ ਪਰ, ਮੈਂ ਚਾਹਤਾ ਹੂੰ ਕਿ ਆਥੀਆ ਹਾਂ ਯੇ ਦੇਖੇ, ਉਨਕੋ ਮੈਂ ਦਿਖਾਉਣਾ ਚਾਹਤਾ ਹੂੰ ਕਿ ਜ਼ਿੰਦਗੀ ਮੈਂ ਐਸਾ ਹੀ ਕੋਈ ਆਰਟਿਸਟ ਨਹੀਂ ਬਣ ਜਾਤਾ, ਮੈਂ ਤਾਂ ਉਨਕੋ ਦਿਖਾਉਣਾ ਚਾਹਤਾ ਹੂੰ ਕਿ ਕੈਸੇ ਤੁਮ ਲੋਕ ਜੋ ਵੀ ਪਰਫਾਰਮ ਕਰਤੇ ਹੋ, ਕੁਛ ਬੋਲਤੇ ਹੋ, ਦੁਨੀਆ ਕੇ ਕਿਸੀ ਕੋਨੇ ਮੈਂ ਕਹਾਂ ਕੋਈ ਤੁਮੇ ਅਬਜ਼ਰਵ ਕਰ ਰਿਹਾ ਹੋਤਾ, ਇਹ ਆਸਾਨ ਚੀਜ਼ ਨਹੀਂ, ਆਸਾਨ ਇਸਕੋ ਆਸਾਨ ਮਤ ਸਮਝਣਾ। ਅਤੇ ਇਹ ਚੀਜ਼ਾਂ ਲੈ ਕੇ ਫਿਰ ਮੈਂ ਲੈ ਕੇ ਗਿਆ, ਅਤੇ ਮੈਂ ਜਦੋਂ ਉਹਨਾਂ ਦੀ ਪਹਿਲੀ ਵਾਰ 2012 ਦੀ ਗੱਲ ਹੈ, ਜਦੋਂ ਉਹਨਾਂ ਦੀ ਮੈਂ ਲਿਫਟ 'ਚ ਵੜਿਆ ਅਤੇ ਮੈਂ ਇੱਕਦਮ ਯਾਦ ਕੀਤਾ ਆਪਣੀ ਦੁਕਾਨ ਡੈਡੀ ਦੀ, ਮੈਂ ਕਿਹਾ ਯਾਰ ਸੱਚ ਹੋ ਗਿਆ ਮੇਰੇ ਵਰਗੇ, ਮੇਰਾ ਪੂਰਾ ਸਕੂਲ ਫੈਨ ਸੀਗਾ ਸੁਣੀ, ਮੈਂ ਨਹੀਂ ਇਕੱਲਾ, ਪੂਰਾ ਸਕੂਲ ਕੁੜੀਆਂ ਮੁੰਡੇ ਸਾਰੇ, ਸਾਡੇ 'ਚ ਕੰਪੀਟੀਸ਼ਨ ਹੁੰਦਾ ਸੀ ਕਿਹਦੇ ਕੋਲ ਜ਼ਿਆਦਾ ਕਾਰਡ ਹੈ ਪੋਸਟ ਕਾਰਡ, ਸਾਡੇ 'ਚ ਕੰਪੀਟੀਸ਼ਨ ਹੁੰਦਾ ਸੀ। ਅਤੇ ਮੈਂ ਸੋਚਿਆ ਮੈਂ ਕਿੰਨਾ ਲੱਕੀ ਬੰਦਾ ਹੈਗਾ ਯਾਰ ਕਿ ਮੈਂ ਸੁਪਨੇ ਤਾਂ ਸਾਰਿਆਂ ਨੇ ਲਏ ਸੀ, ਮੈਂ ਜਨੂੰਨ ਨਾਲ ਛੱਡਿਆ ਨਹੀਂ, ਮੈਂ ਸਮਝਿਆ ਵੀ ਪਹੁੰਚਣਾ ਪਹੁੰਚਣਾ ਬੰਦੇ ਤੱਕ, ਅਤੇ ਉਹ ਆ ਗਿਆ। ਇਸ਼ਕ 'ਚ ਇੰਨੀ ਤਾਕਤ ਸੀ, ਕਹਿੰਦਾ ਰਾਂਝਾ ਰਾਂਝਾ ਕਰਦੀ ਨੇ ਮੈਂ ਆਪੇ ਰਾਂਝਾ ਹੋਈ। ਮੈਂ ਜੋ ਲਿਫਟ 'ਚ ਦੱਬਿਆ, ਬੋਆਏ ਮੈਨੂੰ ਲੈਣ ਆਇਆ, 2-3 ਉਹਦੇ ਬੋਡੀ ਗਾਰਡ ਲੈਣ ਆਏ, ਅਤੇ ਉਹਨਾਂ ਨੇ ਲਿਫਟ 'ਚੋਂ ਪਹਿਲੇ ਮੈਂ ਦਬਾਤਾ 18, ਉਹ ਕਹਿੰਦੇ ਆਪ ਆਏ ਹੋਏ, ਮੈਂ ਕਿਹਾ ਬੜੀ ਵਾਰ। ਅੱਛਾ ਕਿਆ ਬਾਤ, ਫਿਰ ਇਮੈਜੀਨੇਸ਼ਨ ਇਮੈਜੀਨੇਸ਼ਨ ਵੀ ਮੈਨੂੰ 18B ਪਤਾ ਸੀ, 18B 20 ਬਲੌਕ ਸੀਗਾ, 18 ਹੀ ਹੋਏਗਾ, 18 ਦਬਾਤਾ। ਮੈਂ ਤੁਹਾਨੂੰ ਨਾ ਇਹ 1 ਮਿੰਟ ਫਿਰ ਰੋਕਣਾ ਚਾਹੂੰਗਾ, ਮੇਰੇ ਦਿਮਾਗ 'ਚ ਗੱਲ ਆਈ ਵੀ ਔਖਾ ਕੰਮ ਨਹੀਂ ਕੋਈ ਜਹਾਨ ਅੰਦਰ, ਪਰ ਕਰਨਾ ਸਦਾ ਆਰੰਭੇ ਔਖਾ, ਇਹ ਹੌਸਲਾ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਸਲੇ ਚੁੱਕਣਾ ਖੰਭੇ ਔਖਾ ਨਾ। ਸੋ ਤੁਸੀਂ ਹੌਸਲਾ ਰੱਖਿਆ ਜੇ, ਸੋਚ ਲੈਂਦੇ ਵੀ ਆਪਾਂ ਕਿੱਥੇ ਲੁਧਿਆਣੇ 'ਚ ਬੈਠੇ ਹਾਂ, ਹੈ ਨਾ, ਕਰਦੇ ਹਾਂ, ਕਿੱਥੇ ਪਹੁੰਚ ਜਾਂਗੇ, ਬਾਲੀਵੁੱਡ ਸਟਾਰ ਆ ਨਾ, ਤੁਸੀਂ ਫਿਰ ਉਸ ਚੀਜ਼ ਨੂੰ ਸਾਬਤ ਕਰਕੇ ਦਿਖਾਇਆ ਵੀ ਮਿਹਨਤ ਨਾਲ ਜਨੂੰਨ ਆਪਾਂ ਕੁਛ ਵੀ ਕਰ ਸਕਦੇ ਹਾਂ। ਮੈਂ ਫਿਰ ਉੱਥੇ ਗੱਲ ਆਉਂਦਾ, ਮਾਂ ਪਿਓ ਜੇ ਉਹ ਸਾਡੀ ਉੱਦਾਂ ਦੀ ਪਰਵਰਿਸ਼ ਨਾ ਕਰਦੇ, ਜੋ ਮੈਨੂੰ ਕੰਫਰਟ ਮੈਨੂੰ ਉਹ ਵੀ ਮੇਰੇ ਡੈਡੀ ਜਾਂ ਉਹਨਾਂ ਦੀ ਪਰਵਰਿਸ਼ 'ਚ ਕੋਈ ਕਮੀ ਰਹਿ ਜਾਂਦੀ ਤਾਂ ਮੇਰੇ 'ਚ ਜਨੂੰਨ ਨਹੀਂ ਆਉਣਾ ਸੀ। ਉਹ ਚੀਜ਼ਾਂ ਹੀ ਸਾਰੀਆਂ ਮਿਲ ਕੇ ਬਣੀਆਂ ਮੈਨੂੰ, ਉਹ ਜਿਵੇਂ ਨਾ ਹੱਸਦੇ ਮੈਂ ਇੱਕ ਵਾਰ ਲਾਈਵ ਸ਼ੋਅ 'ਚ ਬੋਲਦਾ ਹੁੰਦਾ, ਕਹਿੰਦੇ ਜਹਾਜ਼ ਵੀ ਉੱਡਦਾ
ਰਾਕਟ ਵੀ ਉੱਡਦਾ ਬਿਲਕੁਲ ਕਹਿੰਦਾ ਉਹ ਇੱਕ ਦੂਜੇ ਨੂੰ ਪੁੱਛਦੇ ਜਹਾਜ਼ ਪੁੱਛਦਾ ਯਾਰ ਉੱਡਦਾ ਮੈਂ ਵੀ ਉੱਡਦਾ ਤੂੰ ਵੀ ਤੂੰ ਇੰਨਾ ਉੱਪਰ ਕਿਵੇਂ ਅੰਤਰਿਕਸ਼ ਕਿਵੇਂ ਚੱਲ ਜਾਂਦਾ ਕਹਿੰਦਾ ਧਿਆਨ ਦੇ ਪਿੱਛੇ ਅੱਗ ਲੱਗੀ ਹੋਈ ਆ ਅੱਗ ਜਿਹੜੀ ਹੈ ਉਹ ਕਿੱਥੋਂ ਤੁਸੀਂ ਆਏ ਹੋ ਪਰਿਵਾਰ ਤੁਹਾਡੇ ਥੋਟਸ ਤੁਹਾਡੀ ਫੈਮਿਲੀ ਤੁਹਾਡੀਆਂ ਰੂਟਸ ਮੇਰੀਆਂ ਰੂਟਸ ਜੜ੍ਹਾਂ ਬਹੁਤ ਮਜ਼ਬੂਤ ਹੈ ਸਹੀ ਗੱਲ ਹੈ ਮੈਂ ਇੱਕ ਖੇਤੀਬਾੜੀ ਮੈਂ ਆਪਣੇ ਚਾਚੇ ਤੈਨੂੰ ਮਜ਼ਦੂਰੀ ਕਰਦੇ ਦੇਖਿਆ ਡੈਡੀ ਨੂੰ ਦੇਖਿਆ ਉਹ ਚੀਜ਼ਾਂ 'ਚੋਂ ਨਿਕਲਿਆ ਮੇਰੇ ਕੋਲ ਖੋਣ ਲਈ ਕੁਛ ਨਹੀਂ ਹੈਗਾ ਕੀ ਬਾਤ ਮੇਰੇ ਕੋਲ ਕਹਿੰਦਾ ਮੇਰੇ ਕਹਿੰਦਾ ਮੇਰੀ ਜ਼ਰੂਰਤ ਕਮ ਹੈ ਕਿਉਂਕਿ ਮੇਰੇ ਜ਼ਮੀਰ ਮੈਂ ਦਮ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਜੀ ਹੁਣ ਆਪਾਂ ਥੋੜ੍ਹੇ ਕਰੀਅਰ ਬਾਰੇ ਗੱਲ ਕਰਦੇ ਹਾਂ ਕਰੀਅਰ ਫਿਰ ਕਿੰਨਾ ਕੁ ਤੁਸੀਂ ਫਿਲਮਾਂ 'ਚ ਕੰਮ ਕਰ ਚੁੱਕੀ ਆ ਜਾਂ ਹੈ ਨਾ ਬਹੁਤ ਇਸ ਤਾਂ ਜਾਣਦੇ ਪਰ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹਾਂਜੀ ਕਰੀਅਰ ਇੱਦਾਂ ਭਾਈ ਹਜੇ ਮੈਨੂੰ ਮੈਂ ਜਿੱਦਾਂ ਦਾ ਚਾਹੁੰਦਾ ਮੈਨੂੰ ਉੱਦਾਂ ਦਾ ਕੰਮ ਨਹੀਂ ਹਜੇ ਮਿਲਿਆ ਉਹੀ ਤੁਹਾਡੇ ਵਾਲੀ ਗੱਲ ਮੈਂ ਮਿਮਿਕਰੀ ਕਈ ਲੋਕ ਐਜ਼ ਏ ਮਿਮਿਕਰੀ ਹੀ ਜਾਣਦੇ ਉਹ ਤਾਂ ਮੈਂ 10 ਸਾਲ ਪਹਿਲਾਂ ਛੱਡ ਚੁੱਕਾ ਹਾਂਜੀ ਹਾਂਜੀ ਉਹ ਤਾਂ ਮੈਂ ਕਰਦਾ ਨਹੀਂ ਹੁਣ ਮੈਂ ਫਿਲਮਾਂ ਦੇ ਵਿੱਚ ਅਲੱਗ ਅਲੱਗ ਰੋਲ ਕਰ ਰਿਹਾ ਕਰੈਕਟਰ ਮੈਨੂੰ ਐਦਾਂ ਲੱਗਦਾ ਕਰੈਕਟਰ ਵਰਸਟਾਈਲ ਹੁੰਦਾ ਬਿਲਕੁਲ ਜੀ ਐਕਟਰ ਜਿਹੜਾ ਹੁੰਦਾ ਨਾ ਉਹ ਪਾਣੀ ਹੁੰਦਾ ਹਾਂਜੀ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਜਿਸ ਨੇ ਮਿਲਾ ਦੋ ਲਗੇ ਉਸ ਜੈਸਾ ਸਹੀ ਗੱਲ ਹੈ ਜੀ ਠੀਕ ਹੈ ਅਤੇ ਮੈਂ ਇੱਕ ਫਿਲਮ ਕੀਤੀ ਜਿਹੜੀ ਮੈਨੂੰ ਬੜੀ ਵਧੀਆ ਲੱਗੀ ਇਹ 'ਚ ਕੰਮ ਬਹੁਤ ਵਧੀਆ ਮੈਨੂੰ ਲੱਗਾ ਸੀ ਆਪਣਾ ਉਹ ਫਿਲਮ ਸੀ 15 ਲੱਖ ਕਦੋਂ ਆਊਗਾ ਲਾਸਟ ਫਿਲਮ ਸੀ ਮੇਰੀ ਅੱਛਾ ਜੀ ਪੰਜਾਬੀ ਰਵਿੰਦਰ ਗਰੇਵਾਲ ਭਾਅ ਜੀ ਨਾਲ ਮਨਪ੍ਰੀਤ ਬਰਾੜ ਭਾਅ ਜੀ ਨੇ ਕੀਤਾ ਉਹ 'ਚ ਜਿਹੜਾ ਤੁਸੀਂ ਮੇਰਾ ਕਿਰਦਾਰ ਦੇਖੋਗੇ ਨਾ ਉਹ 'ਚੋਂ ਆਹ ਬੰਦਾ ਹੀ ਹੈ ਨਹੀਂ ਉਹ 'ਚ ਉਹਨਾਂ ਨੇ ਦਿਖਾਇਆ ਸੀ ਕਿ ਵਿਲਨ ਮਤਲਬ ਬਚਣਾ ਬਦਮਾਸ਼ ਹੈ ਅੱਛਾ ਉਹ ਜੇਲ੍ਹ 'ਚੋਂ ਆਉਂਦਾ ਅਤੇ ਬੰਦੇ ਕੁੱਟਦਾ ਆ ਤਾਂ ਭੁੱਲ ਜਾਂਦਾ ਕਿ ਕੁੱਟ ਕਿਉਂ ਰਿਹਾ ਉਹਨੂੰ ਪਤਾ ਹੀ ਨਹੀਂ ਹੁੰਦਾ ਕੁੱਟਦਾ ਉਹ 'ਚ ਉਹਨਾਂ ਨੇ ਕਰਵਾਇਆ ਫਿਰ ਮੈਨੂੰ ਹੌਸਲਾ ਵਧਿਆ ਕਿਉਂਕਿ ਉਹਨਾਂ ਨੇ ਕੋਈ ਸੋਚ ਸਮਝ ਕੇ ਨਹੀਂ ਰਿਸਕ ਹੀ ਨਹੀਂ ਲੈਂਦਾ ਬੰਦਾ ਕਹਿੰਦਾ ਯਾਰ ਇਹ ਤਾਂ ਕਾਮੇਡੀ ਵਾਲਾ ਬੰਦਾ ਸਹੀ ਗੱਲ ਬਟ ਉਹਨਾਂ ਨੇ ਲਿਆ ਹੁਣ ਜਦੋਂ ਹੋਇਆ ਹੁਣ ਉਹ ਦਿਨ ਸ਼ੁਰੂ ਹੋ ਗਏ ਸ਼ੁਰੂ ਲੋਕਾਂ ਨੂੰ ਪਤਾ ਜਦੋਂ ਮੈਂ ਕੋਈ ਗੱਲਬਾਤ ਕਰਦਾ ਉਹਨੂੰ ਲੱਗਦਾ ਯਾਰ ਇਹ ਤਾਂ ਐਕਟਰ ਹੈਗਾ ਬਿਲਕੁਲ ਐਕਟਰ ਹੈਗਾ ਅਤੇ ਉਹਨਾਂ ਨੂੰ ਸਮਝ ਆ ਫਿਰ ਮੈਨੂੰ ਲੱਗਾ ਵੀ ਵਕਤ ਹੁੰਦਾ ਪਹਿਲਾਂ ਤੁਹਾਡੇ ਹੱਥ ਪੈਰ ਵਾਲੇ ਤਾਂ ਕੁਛ ਨਹੀਂ ਜਦੋਂ ਮੈਨੂੰ ਇਹ ਸਮਝ ਆ ਗਈ ਕਿ ਜੋ ਤੁਹਾਡੇ ਕੋਲ ਨਾ ਹਾਲਾਤ ਨਾ ਹੋਣ ਤੁਸੀਂ ਤੁਹਾਡੇ ਕੋਲ ਕਹਿੰਦੇ ਪਾਣੀ ਨਾ ਹੋਵੇ ਪੀਣ ਲਈ ਤੁਸੀਂ ਟੋਆ ਪੱਟਣਾ ਸ਼ੁਰੂ ਕਰ ਦਿਓ ਬਿਲਕੁਲ ਜੀ ਉਦੋਂ ਤਾਂ ਕੁਛ ਹੋਏਗਾ ਹੀ ਕੁਛ ਤਾਂ ਨਿਕਲੇਗਾ ਅਤੇ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਹਾਲਾਤ ਆਪਣੇ ਆਪ ਤੁਹਾਡੇ ਸਰਕਮਸਟਾਂਸਿਸ ਨਾਲ ਬਣ ਜਾਂਦੇ ਆ ਜਦੋਂ ਤੁਸੀਂ ਖੁਦ ਆਪਣੀਆਂ ਮੰਜ਼ਿਲਾਂ ਖੁਦ ਰਸਤੇ ਬਣਾਉਂਦੇ ਹੋ ਅਤੇ ਮੈਂ ਆਪਣੇ ਆਪ ਨੂੰ ਸੋਚਣਾ ਸ਼ੁਰੂ ਕਰਤਾ ਕਿ ਮੈਂ ਆਹ ਨਹੀਂ ਹੈਗਾ ਛੱਡਤਾ ਲੋਕ ਤਾਂ ਤਰਸਦੇ ਉਹ ਕਰਨ ਨੂੰ ਵੀ ਮੈਂ ਛੱਡਤਾ ਫਿਰ ਮੈਂ ਹੁਣ ਮੈਂ ਫਿਲਮਾਂ ਕੀਤੀਆਂ ਮੈਂ 7 ਫਿਲਮਾਂ ਕਰਤੀਆਂ ਪੰਜਾਬੀ ਹਾਂਜੀ ਅਤੇ 3 ਹਿੰਦੀ ਕੀਤੀਆਂ ਉਹ ਰਿਲੀਜ਼ ਹੋਣ ਵਾਲੀਆਂ ਹੈ ਅਤੇ ਅੱਜ ਕੱਲ੍ਹ ਜਿਹੜਾ ਸਾਡਾ ਸ਼ੋਅ ਚੱਲ ਰਿਹਾ ਜੀ ਪੰਜਾਬੀ 'ਤੇ ਨਵਾਂ ਹੱਸਦਿਆਂ ਦੇ ਘਰ ਵੱਸਦੇ ਉਹਨੂੰ ਬੜਾ ਪਿਆਰ ਮਿਲ ਰਿਹਾ ਉਹਦੇ 'ਚ ਮੈਂ ਅਲੱਗ ਅਲੱਗ ਕੋਸ਼ਿਸ਼ ਕਰਦਾ ਕਿ ਦੁਬਾਰਾ ਪੰਜਾਬੀ ਜੁੜੇ ਆ ਬੰਬੇ ਤੋਂ ਆ ਗਏ ਅਤੇ ਬਟ ਅੰਦਰੋਂ ਤੋਂ ਉਹੀ ਇੱਥੋਂ ਗਏ ਤਾਂ ਇੱਥੋਂ ਹੀ ਆ ਨਾ ਬਿਲਕੁਲ ਜੀ ਬਿਲਕੁਲ ਖੁਸ਼ਬੂ ਤਾਂ ਉਹੀ ਆ ਅਸੀਂ ਮੇਰੇ ਇਹਨੇ ਗਲੀ ਮੁਹੱਲੇ ਕਿਹਨੇ ਦੇਖੇ ਆ ਮੈਂ ਤਾਂ ਤੁਸੀਂ ਘੰਟਾ ਘਰ ਜਾ ਕੇ ਮੈਂ ਸਟੇਸ਼ਨਾਂ 'ਚ ਬਹਿ ਜਾਂਦਾ ਹੁੰਦਾ ਸੀ ਸਿਰਫ ਓਬਜ਼ਰਵ ਕਰਨ ਹਾਂਜੀ ਹਾਂਜੀ ਕਈ ਵਾਰੀ ਮੈਂ ਬੱਸ 'ਚ ਬਹਿ ਜਾਂਦਾ ਸਿਰਫ ਇਸ ਕਰਕੇ ਕਿ ਕਰੈਕਟਰ ਓਬਜ਼ਰਵ ਕਰਾਂ ਬਿਲਕੁਲ ਕਾਫੀ ਲੋਕ ਪੁੱਛਦੇ ਵੀ ਐਕਟਰ ਕਿਵੇਂ ਬਣਿਆ ਜਾ ਸਕਦਾ ਤੁਸੀਂ ਉਹ ਵੀ ਬਹੁਤ ਸਾਫ਼ ਸੁਥਰੀ ਗੱਲ ਦੱਸਦੇ ਵੀ ਕਿਸੇ ਨੂੰ ਓਬਜ਼ਰਵ ਕਰਕੇ ਐਕਟਰ ਬਣ ਸਕਦੇ ਆ ਲੋਕ 3-4 ਲੱਖ ਇੰਸਟੀਟਿਊਟ 'ਤੇ ਲੈ ਰਹੇ ਐਕਟਿੰਗ ਸਿਖਾਵਾਂਗੇ ਤੁਹਾਨੂੰ ਉਹਦੇ ਨਾਲ ਕੀ ਹੁੰਦਾ ਭਾਅ ਜੀ ਇੰਸਟੀਟਿਊਟ ਵੀ ਚਲੋ ਠੀਕ ਹੈ ਮੈਨੂੰ ਇੱਦਾਂ ਲੱਗਦਾ ਕਿ ਸ਼ੇਕਸਪੀਅਰ ਦੀ ਇੱਕ ਲਾਈਨ ਆ ਕਹਿੰਦਾ ਜੇ ਦੁਨੀਆ ਇੱਕ ਰੰਗ ਮੰਚ ਹੈ ਸਾਰੀ ਸਹੀ ਗੱਲ ਔਰ ਹਮ ਸਭ ਕਠਪੁਤਲੀਆਂ ਸਹੀ ਗੱਲ ਅਸੀਂ ਸਾਰੇ ਐਕਟਰ ਹੈਗੇ ਹਾਂ ਆਪਣਾ ਆਪਣਾ ਕਿਰਦਾਰ ਕਰ ਰਹੇ ਹਾਂ ਹੁਣ ਤੁਸੀਂ ਐਂਕਰਿੰਗ ਕਰ ਰਹੇ ਹੋ ਆਹ ਕਰ ਰਹੇ ਹੋ ਜੇ ਇਹਦੇ ਵਿੱਚ ਤੁਸੀਂ ਹੁਣ ਆ ਤੁਸੀਂ ਦਿਲੋਂ ਮੈਂ ਦਿਲੋਂ ਬੋਲ ਰਿਹਾ ਤੁਸੀਂ ਦਿਲੋਂ ਪੁੱਛ ਰਹੇ ਹੋ ਇਹਦਾ ਮਤਲਬ ਤੁਸੀਂ ਆਪਣਾ ਰੋਲ ਬਾਖੂਬੀ ਨਿਭਾ ਰਹੇ ਹੋ ਬੜਾ ਪਸੰਦ ਆਏਗਾ ਕਨੈਕਟ ਹੋਣਗੇ ਲੋਕ ਬਿਲਕੁਲ ਠੀਕ ਹੈ ਜੇ ਮੈਂ ਉਹ ਗੱਲਾਂ ਮੈਂ ਫੁਕਰੀਆਂ ਗਵਾਰੀ ਜਾਵਾਂ ਭਾਅ ਜੀ ਹਾਂਜੀ ਇਹਨਾਂ ਕਿ ਨਾ ਲਾਵਾਂ ਇਹ ਬਿਨਾਂ ਮਤਲਬ ਤੋਂ ਉਹੀ ਤਾਂ ਗੱਲ ਮੈਂ ਇੱਥੇ ਹੁਣ ਐਕਟ ਨਹੀਂ ਕਰ ਰਿਹਾ ਮੈਂ ਜਸਵੰਤ ਹੈ ਜਸਵੰਤ ਇੰਟਰਵਿਊ ਦਾ ਮਤਲਬ ਰੀਅਲ ਦੇ ਅੰਦਰ ਵਿਊ ਜੇ ਮੈਂ ਅੰਦਰ ਦਿਲ ਦੀਆਂ ਗੱਲਾਂ ਹੀ ਨਹੀਂ ਕਰਕੇ ਗਿਆ ਦਿਲ ਦੀ ਗੱਲ ਕਰ ਰਿਹਾ ਬੰਦਾ ਸਹੀ ਗੱਲ ਹੈ ਤੇ ਉਹ ਅੱਜ ਕੱਲ੍ਹ ਆਡੀਅੰਸ ਬੜੀ ਸਮਝਦਾਰ ਹੈ ਭਾਜੀ ਉਹਨੇ ਕਮੈਂਟ ਕਰਕੇ ਗਾਲਾਂ ਕੱਢ ਦੇਣੀਆਂ ਫੁਕਰੀ ਮਾਰ ਕੈਮਰਾ ਬੜਾ ਭਗਵਾਨ ਹੈ ਫੜ ਲੈਂਦਾ ਬੰਦੇ ਨੂੰ ਜੀ ਬਾਈ ਜੀ ਤੁਸੀਂ ਜਿਵੇਂ ਕਾਫੀ ਦੱਸਿਆ ਨਾ ਵੀ ਫਿਲਮਾਂ ਬਾਰੇ ਵੀ ਦੱਸਤਾ ਤੇ ਤੁਸੀਂ ਸ਼ੋਜ਼ ਵੀ ਕਾਫੀ ਕੀਤੇ ਆ ਨਾ ਆਪਣਾ ਹਿੰਦੀ ਫਿਲਮ ਹਿੰਦੀ ਜਿਹੜੇ ਸ਼ੋਜ਼ ਹੋਏ ਉਹ ਵੀ ਕਿਹੜੇ ਕਿਹੜੇ ਕਰ ਚੁੱਕੇ ਆ ਜੀ ਉਹ ਸ਼ੋਜ਼ ਮੈਂ 30-35 ਕਰ ਚੁੱਕਾ ਲਾਫਟਰ ਚੈਲੰਜ ਤੋਂ ਸਟਾਰਟ ਹੋਏ ਕਾਮੇਡੀ ਸਰਕਸ ਦੇ 3 ਸੀਜ਼ਨ ਛੋਟੇ ਮੇ ਬੜੇ ਮੇ ਰਨਰ ਅਪ ਸੀ ਬੜੇ ਸ਼ੋਅ ਕੀਤੇ ਆ ਮਤਲਬ ਕਹਿ ਸਕਦੇ ਇਦਾਂ ਦਾ ਕੋਈ ਕਾਮੇਡੀ ਸ਼ੋਅ ਨਹੀਂ ਬੰਬੇ ਜਿਹ 'ਚ ਮੈਂ ਨਾ ਪਰਫਾਰਮ ਕੀਤਾ ਹੋਵੇ ਠੀਕ ਹੈ ਜੀ ਹੁਣ ਅੱਜ ਕੱਲ੍ਹ ਸਾਡਾ ਸਭ ਟੀਵੀ 'ਤੇ ਚੱਲ ਰਿਹਾ ਆਪਣਾ ਨਿਊਜ਼ ਆਏਗਾ ਸੈਚਰਡੇ ਸੰਡੇ ਵਿੱਚ ਆਉਂਦਾ ਹੁਣ ਇੱਕ ਜਲਦੀ ਇੱਕ ਬਹੁਤ ਜਲਦੀ ਅਨਾਊਂਸ ਕਰਾਂਗੇ ਸੋਨੀ 'ਤੇ ਉਹ ਵੀ ਵੱਡਾ ਸ਼ੋਅ ਹੈ ਉਹ ਵੀ ਕਰ ਰਹੇ ਹਾਂ ਅਤੇ ਉਹ ਕਰਦੇ ਮੈਂ ਬੇਸਿਕਲੀ ਇੱਕ ਇਹਦੇ ਨਾਲ ਜੁੜਦੀ ਗੱਲ ਇਹ ਕਹਿੰਦਾ ਜਿਵੇਂ ਤੁਸੀਂ ਕਪਿਲ ਭਾਈ ਵਾਲੀ ਗੱਲ ਕੀਤੀ ਕਿ ਇੱਦਾਂ ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਨੇ ਵੀ ਸ਼ਾਇਦ ਸੋਚਿਆ ਨਹੀਂ ਸੋਚਿਆ ਮੈਨੂੰ ਉਹਨਾਂ ਦਾ ਨਹੀਂ ਪਤਾ ਮੈਂ ਕਦੇ ਨਾ ਇਹਨੂੰ ਕਰੀਅਰ ਨਹੀਂ ਸੋਚਿਆ ਸਟੈਂਡ ਅਪ ਕਾਮੇਡੀ ਜਾਂ ਸ਼ੋਆਂ ਨੂੰ ਮੈਨੂੰ ਐਂ ਮੈਂ ਪਰਮਾਤਮਾ ਨੂੰ ਕਹਿੰਦਾ ਹੁੰਦਾ ਸੀ ਮੈਂ ਯਾਰ ਮੈਨੂੰ ਥੀਏਟਰ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਮੈਂ NSD ਜਾਣਾ ਚਾਹੁੰਦਾ ਸੀ ਸਿੱਖਣਾ ਚਾਹੁੰਦਾ ਸੀ ਰੱਬ ਕਹਿੰਦਾ ਹਾਲ ਹੈ
ਜਿੰਨਾ ਕਹਿੰਦੇ ਗੁੜ ਪਾ ਲਓ ਉਨਾ ਮਿੱਠਾ। ਤੁਹਾਡੀ ਬਾਈ ਜੀ ਕਮੇਡੀ ਬਾਰੇ ਬਹੁਤ ਲੋਕ ਜਾਣਦੇ ਆ, ਤੁਸੀਂ ਮਿਮਿਕਰੀ ਕਰਦੇ ਹੋ ਨਾ, ਬਹੁਤ ਵਧੀਆ ਐਕਟਰ ਵੀ, ਪਰ ਸਿੰਗਿੰਗ ਬਾਰੇ ਲੋਕਾਂ ਨੂੰ ਨਹੀਂ ਪਤਾ, ਤੁਸੀਂ ਗਾਉਂਦੇ ਬਹੁਤ ਸੋਹਣਾ। ਮੈਂ ਸਕੂਲ 'ਚ ਗਾਉਂਦਾ ਸੀਗਾ, ਮੈਂ ਮੁਹੰਮਦ ਅਜੀਜ਼ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ, ਸ਼ਬੀਰ ਕੁਮਾਰ ਮੁਹੰਮਦ ਅਜੀਜ਼ ਦਾ। ਠੀਕ ਹੈ ਜੀ। ਅਤੇ ਉਹਨਾਂ ਦਾ ਬੜਾ ਫੈਨ। ਮਰਦ ਫਿਲਮ ਦਾ ਮੈਂ ਤੁਹਾਨੂੰ ਯਾਦ ਹੈ ਕਿ ਤੁਹਾਨੂੰ ਸੁਣਾ, ਗਾਣਾ ਸੁਣਾਇਓ। ਹਾਂਜੀ, ਗਾਣਾ ਜ਼ਰੂਰ ਸੁਣਨਾ। ਮਰਦ ਫਿਲਮ ਦਾ ਨਾ ਜਿਵੇਂ ਇੱਕ ਸੀਨ ਹੁੰਦਾ ਜੀ, ਮੈਂ ਬਾਲ ਸਭਾ 'ਚ ਸੁਣਾਉਂਦਾ ਸੀਗਾ, ਉਹ ਤਾਂ ਮੈਂ ਸੁਣਾ ਦਿੰਦਾ। ਅੱਛਾ ਜੀ। ਜਿਵੇਂ ਅਮਿਤਾਬ ਬੱਚਨ ਦੀ ਮਾਤਾ ਜੀ ਉਹ ਖਤਮ ਹੋ ਜਾਂਦੇ, ਅਤੇ ਉਹ ਨਾ ਉਹਦੀ ਅਸਲੀ ਮਾਂ ਨੂੰ ਲੱਭਦਾ ਹੁੰਦਾ ਅਮਿਤਾਬ ਬੱਚਨ। ਅੱਛਾ। ਅਤੇ ਉਹਦੀ ਜਿਹੜੀਆਂ ਆਪਣਾ ਫੁੱਲ ਹੁੰਦੇ ਆ ਉਹ ਬਹਾਨ ਆਉਂਦਾ, ਉਸ ਤੋਂ ਬਾਅਦ ਉਹ ਦੱਸਦਾ ਨਾ ਉਹ ਡਾਇਲੋਗ ਕਹਿੰਦਾ, ਗੰਗਾ ਮਈਆ ਇਸ ਕਲਸ਼ ਮੇ ਮੇਰੀ ਮਾਂ ਕੀ ਹਸਤੀਆਂ ਹੈ, ਗੰਗਾ ਮਈਆ ਮੈਂ ਚਾਹਤਾ ਹੂੰ ਕਿ ਇਸਕੋ ਉਸਕੋ ਤੋ ਪਹੁੰਚਾ ਦੇ, ਉਸਕੋ ਕਹਿਣਾ ਕਿ ਉਸਕਾ ਬੇਟਾ ਰਾਜੂ ਦੁਰਗਾ ਮਾਂ ਕੇ ਮੰਦਿਰ ਮੇ ਉਸਕਾ ਇੰਤਜ਼ਾਰ ਕਰ ਰਹਾ ਹੈ। ਕਿਆ ਗਾਣਾ ਕਹਿੰਦਾ, ਉੱਧਰ ਆਵਾਜ਼ ਆਉਂਦੀ, ਹੋ ਮਾਂ ਸ਼ੇਰੋ ਵਾਲੀ ਮਾਂ ਮੇਰੀ ਮਾਂ ਸੇ ਮਿਲਾ ਦੇ ਮੁਝੇ, ਮਮਤਾ ਕਾ ਮੈਂ ਵਾਸਤਾ ਦੂੰ ਤੁਝੇ, ਦਰ ਸੇ ਨਾ ਤੇਰੇ ਜਾਊਂਗਾ ਖਾਲੀ, ਮਾਂ ਸ਼ੇਰੋਂ ਵਾਲੀ ਹੋ ਮਾਂ ਸ਼ਕਤੀਸ਼ਾਲੀ। ਬਾਲ ਸਭਾ ਹੀ ਗਾਉਂਦਾ ਹੁੰਦਾ ਜੀ, ਬਹੁਤ ਸੋਹਣਾ। ਐਵੇਂ ਫਿਲਮੀ 'ਚ ਆ ਕੇ ਹੌਲੀ ਹੌਲੀ ਪਤਾ ਲੱਗਾ, ਜਿਵੇਂ ਮੈਂ ਨਾ ਯਾਦ ਆਇਆ ਇੱਕ ਵਾਰ ਸਾਡੇ ਨਾ ਕਾਲਜ ਇੱਕ ਟੀਚਰ ਆਏ ਸਿਖਾਉਣ, ਬਹੁਤ ਵਧੀਆ ਗੁਣੀ ਬੰਦੇ ਸੀ, ਅਤੇ ਮੈਂ ਤਾਂ ਕਾਮੇਡੀ ਵਾਲਾ ਬੰਦਾ ਸੀ, ਮੈਂ ਬਹਿ ਜਾਂਦਾ ਸੀ ਉਦਾਂ ਜਾ ਕੇ, ਮੈਨੂੰ ਮਿਊਜ਼ਿਕ ਦਾ ਚਸਕਾ ਸੀ, ਬਹਿ ਜਾਂਦਾ ਸੀ। ਉਹ ਜਿਹਨਾਂ ਨੂੰ ਸਿਖਾ ਰਿਹਾ ਸੀ ਗਜ਼ਲ ਉਹਨੂੰ ਆਵੇ ਨਾ, ਮੈਂ ਅਬਜ਼ਰਵਰ ਬੰਦਾ, ਮੈਂ ਕਰ ਲਈ। ਉਹ ਕਹਿੰਦਾ ਯਾਰ ਤੈਨੂੰ ਆਏ ਨਹੀਂ ਜੀ, ਦੋ ਦਿਨ ਹੋ ਗਏ। ਮੈਂ ਕਿਹਾ ਸਰ, ਕਹਿੰਦਾ ਉਹਨੂੰ ਉਦੇ ਮਜ਼ਾਕ 'ਚ ਕਿਹਾ, ਕਹਿੰਦਾ ਮੈਂ ਇੰਨੀ ਦਿਨ ਨੂੰ ਸਿਖਾਉਂਦਾ ਇਹਨੂੰ ਆ ਜਾਣੀ। ਮੈਂ ਕਿਹਾ ਮੈਨੂੰ ਸੱਚੀ ਆ ਗਈ ਆ। ਉਹ ਕਹਿੰਦਾ ਕਹਿੰਦਾ ਸੁਣਾ ਯਾਰ ਸੁਣਾ। ਮੈਂ ਕਿਹਾ ਰੱਖੋ ਸੁਰ, ਮੈਨੂੰ ਰੱਖਿਆ, ਮੈਂ ਗਾਤੀ ਐਜ਼ ਇਟ ਇਜ਼ ਗਾਤੀ, ਕਿਉਂਕਿ ਮੈਂ ਤਾਂ ਕਿਉਂਕਿ ਕੰਨ 'ਚ ਸੁਰ ਹੈ ਨਾ, ਮਿਮਿਕਰੀ ਮਿਮਿਕਰੀ ਨਕਲੀ ਹੈ ਹੁੰਦਾ, ਸੁਰ ਵੀ ਨਕਲੀ ਹੈਗੇ ਆ। ਜੋ ਵੀ ਆਪਾਂ ਇਮੀਡੀਏਟ ਮਿਊਜ਼ਿਕ ਡਾਇਰੈਕਟਰ, ਤੁਸੀਂ ਸਿੰਗਰ ਬਣ ਜਾਓ, ਮਿਊਜ਼ਿਕ ਡਾਇਰੈਕਟਰ ਤਰਜ ਬਣਾਏਗਾ, ਤੁਸੀਂ ਨਕਲ ਕਰੋਗੇ। ਸਹੀ ਗੱਲ ਹੈ ਜੀ। ਮਾਂ ਬੱਚੇ ਨੂੰ ਬੋਲਣਾ ਸਿਖਾਉਂਦੀ ਨਕਲ ਹੈ, ਨਕਲ ਹੈ ਜੀ ਬਿਲਕੁਲ। ਵੀ ਉਹ ਚੱਲਣਾ ਸਿਖਾਉਂਦਾ ਉਹ ਨਕਲ ਹੈ, ਹਰ ਚੀਜ਼ ਨਕਲ ਹੈਗੀ ਹੈ। ਜੇ ਬੰਦਾ ਮੰਨ ਲਵੇ, ਲੋਕੀ ਮੰਨਦੇ ਨਹੀਂ, ਲੋਕੀ ਕਹਿੰਦੇ ਇੰਸਪੀਰੇਸ਼ਨ ਲਈ ਹੈ, ਕਿ ਕੁਛ ਨਹੀਂ ਹੈਗਾ, ਸਭ ਨਕਲ ਹੈ। ਤੁਹਾਡਾ ਸੋਚਿਆ, ਤੁਹਾਡਾ ਬੋਲਿਆ, ਕਿਤੋਂ ਨਾ ਕਿਤੋਂ ਅਬਜ਼ਰਵ ਕੀਤਾ ਹੋਇਆ, ਬਿਲਕੁਲ ਜੀ, ਕਿਤੋਂ ਤੁਸੀਂ ਪੜ੍ਹਿਆ ਹੋਇਆ, ਕਿਤੋਂ ਫਿਲਮ ਬੰਦਾ ਸਿੱਖਦਾ ਜੀ। ਅਤੇ ਮੈਂ ਉਹ ਸੁਣਾਤਾ, ਉਹ ਕਹਿੰਦਾ, ਉਹਨੇ ਮੈਨੂੰ ਉਦੋਂ ਕਿਹਾ ਸੀ, ਕਹਿੰਦਾ ਯਾਰ ਤੂੰ ਤਾਂ ਬਹੁਤ ਵਧੀਆ। ਮੈਂ ਕਿਹਾ ਨਹੀਂ ਭਾਜੀ, ਮੇਰੀ ਆਹੀ ਦੁਕਾਨਦਾਰੀ ਚੱਲਦੀ ਪਈ ਹੈ, ਮੈਂ ਨਹੀਂ ਉੱਦਾਂ ਨਹੀਂ। ਅਤੇ ਕਹਿਣ ਦਾ ਮਤਲਬ ਵਿੱਚ ਮੈਨੂੰ ਇੰਡੀਕੇਸ਼ਨ ਦਿੰਦੀ ਰਹਿੰਦੀ ਕੁਦਰਤ, ਇੱਦਾਂ ਮੈਨੂੰ ਲੱਗਾ ਇਹ ਵਕਤ ਨਹੀਂ ਆਇਆ, ਬਟ ਮੈਨੂੰ ਗਾ ਕੇ ਮਜ਼ਾ ਆ। ਤੁਸੀਂ ਗਾਉਂਦੇ ਬਹੁਤ ਸੋਹਣਾ, ਤੁਸੀਂ ਕਦੇ ਸੋਚਿਆ ਨਹੀਂ ਵੀ ਕਦੇ ਆਪਾਂ ਇਹ ਸਿੰਗਲ ਟਰੈਕ ਕਰੀਏ? ਜਾਂ ਅੱਜ ਕੱਲ੍ਹ ਸਿੰਗਲ ਟਰੈਕ ਦਾ ਪੰਜਾਬ 'ਚ ਬੜਾ ਜ਼ਮਾਨਾ ਇੱਥੇ। ਜ਼ਮਾਨਾ ਤਾਂ ਹੈਗਾ ਭਾਜੀ, ਬਟ ਮੈਂ ਜਿੱਦਾਂ ਦੇ ਗਾਣੇ ਚੱਲਦੇ ਉੱਦਾਂ ਦੇ ਮੈਂ ਗਾਉਂਦਾ ਨਹੀਂ, ਮੈਂ ਗਾ ਨਹੀਂ ਸਕਦਾ। ਅੱਛਾ ਅੱਛਾ। ਮੈਂ ਥੋੜ੍ਹਾ ਜਿਹਾ, ਮੈਨੂੰ ਇੱਦਾਂ ਲੱਗਦਾ ਕਿ ਕੋਈ ਪਾਏਦਾਰ ਗਾਣਾ ਹੋਵੇ, ਜਿਹੜਾ ਕੋਈ ਗੱਲ ਹੋਵੇ, ਜਿਵੇਂ ਫੋਰ ਐਗਜ਼ਾਮਪਲ ਗਾਣਾ ਲਿਖਿਆ ਉਹ ਮੈਂ ਜ਼ਰੂਰ ਜ਼ਰੂਰ ਜੀ ਹਾਂ, ਅਤੇ ਉਹ ਅਸੀਂ ਬੜੀ ਦੇਰ ਦਾ ਤਿਆਰ ਕੀਤਾ ਹੋਇਆ, ਦੋ ਤਿੰਨ ਗਾਣੇ ਹੈਗੇ ਆ, ਅਤੇ ਜਿਵੇਂ ਨਾ ਉਹ ਗਾਣਾ ਖੇਡਾਂ 'ਤੇ ਹੋ ਹੋ ਗੱਲ ਕੋਈ ਬਹੁਤੀ ਨਹੀਂ ਪੁਰਾਣੀ, ਉਹ ਹੁਣ ਨਾ ਖੇਡਣ ਇਕੱਠੇ ਹਣੀ, ਗੁੱਲੀ ਡੰਡਾ ਤੇ ਬੰਟੇ ਖੇਡਾਂ ਬਣਨੇ ਇੱਕ ਸਵਾਲ ਗਈਆਂ, ਓ ਸਮਾਂ ਗਿਆ ਓ ਸਮਾਂ ਗਿਆ ਹੈ, ਤੇ ਖੇਡਾਂ ਸਮੇਂ ਦੇ ਨਾਲ ਗਈਆਂ। ਠੀਕ ਹੈ ਜੀ। ਬਾਈ ਜਿਵੇਂ ਤੁਸੀਂ ਟੀ ਵੀ ਚੈਨਲਾਂ 'ਤੇ ਅਕਸਰ ਆਉਂਦੇ ਰਹਿੰਦੇ ਆ, ਅਤੇ ਨਾਲ ਤੁਸੀਂ ਆਪਣਾ ਕੋਈ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਕਿ ਨਹੀਂ ਜੀ? ਮੈਂ ਭਾਜੀ ਸਟਾਰਟ ਕੀਤਾ। ਅੱਛਾ। ਇਹ ਫਿਲਮੀ ਸਿੰਘ ਕਰਕੇ ਹੈ, ਉਹਦੇ 'ਤੇ ਅਸੀਂ ਬਹੁਤ ਜਲਦ, ਜਿਵੇਂ ਆਪਾਂ ਜੋ ਪੁਰਾਣੀਆਂ ਗੱਲਾਂ ਕੀਤੀਆਂ ਨਾ, ਅਤੇ ਮੇਰੇ ਬ੍ਰਦਰ ਨੇ ਉਹ ਥੀਏਟਰ ਕਰਦੇ ਨੇ, ਅਤੇ ਅਸੀਂ ਰਲ ਕੇ ਇੱਕ ਫਿਲਮ ਬਣਾਈ ਹੈ ਛੋਟੀ ਜਿਹੀ ਯੂਟਿਊਬ 'ਤੇ, ਉਹ ਜੇ ਐਪਰੀਸ਼ੀਏਟ ਹੋਈ ਤਾਂ ਉਹ VCR 'ਤੇ ਹੈ। ਅੱਛਾ ਜੀ। ਅੱਜ ਤੋਂ 25 ਸਾਲ ਪਹਿਲਾਂ ਜਦੋਂ ਮੁਹੱਲਿਆਂ 'ਚ VCR ਲੱਗਦਾ ਸੀ, ਇੱਕ TV ਸੀ ਦੇਖਣ ਵਾਲੇ ਬੜੇ। ਅੱਛਾ ਜੀ। ਅੱਜ ਕਰੇ ਇਕੱਲੇ ਇਕੱਲੇ ਕਮਰੇ 'ਚ LCD ਆ, ਦੇਖਣ ਵਾਲਾ ਕੋਈ, ਦੇਖਣ ਵਾਲਾ ਕੋਈ ਨਹੀਂ, ਬਿਲਕੁਲ। ਉਹ ਚੀਜ਼ਾਂ ਨੂੰ ਯਾਦ ਕਰਦਿਆਂ ਨੂੰ ਕਰੇਜ਼ ਦਿਖਾਇਆ, ਅੱਜ ਦੀ ਜਨਰੇਸ਼ਨ ਨੂੰ ਪਤਾ ਲੱਗੇ ਕਿ VCR ਦਾ ਇੱਕ ਟਾਈਮ ਸੀਗਾ, ਉਹਦਾ ਨਾਂ 1992 VCR ਵਾਲੇ ਦਿਨ, ਉਹ ਆਪਾਂ 1-2 ਵੀਕ 'ਚ ਪਾ ਰਹੇ ਹਾਂ। ਠੀਕ ਹੈ ਜੀ। ਇੱਕ ਜਿਹੜੇ ਤੁਹਾਡੀ ਮੂਵੀ 'ਤੇ ਇੱਕ ਗਾਣਾ, ਉਹ ਵੀ ਉੱਥੇ ਹੀ ਆਊਗਾ ਜੀ? ਗਾਣਾ ਨਹੀਂ, ਗਾਣਾ ਤਾਂ ਮੈਂ ਥੋੜ੍ਹਾ ਜਿਹਾ ਸੋਚਦੇ ਹਾਂ ਕਿ ਕੋਸ਼ਿਸ਼ ਕਰਾਂਗੇ ਵੀ ਜਦੋਂ ਬਹੁਤ ਜ਼ਿਆਦਾ ਸਬਸਕ੍ਰਾਈਬਰ ਆਪਣੇ ਇੱਕ ਬਣ ਜਾਏਗਾ, ਲਾਮ ਜਾਂ ਫਿਰ ਕਰਾਂਗੇ। ਨਹੀਂ ਨਹੀਂ, ਮੈਨੂੰ ਤਾਂ ਲੱਗਦਾ ਵੀ ਤੁਹਾਨੂੰ ਉੱਥੇ ਹੀ ਕਰਨਾ ਚਾਹੀਦਾ। ਅਸੀਂ ਸਰੋਤਿਆਂ ਨੂੰ ਵੀ ਰਿਕੁਐਸਟ ਕਰਾਂਗੇ, ਬਾਈ ਜੀ ਦਾ ਚੈਨਲ ਆਪਾਂ ਲਿੰਕ ਡਿਸਕ੍ਰਿਪਸ਼ਨ 'ਚ ਦੇ ਦਾਂਗੇ, ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਗਾਣਾ ਵੀ ਸੁਣਨਾ, ਅਤੇ ਵੀਡੀਓ ਵੀ ਜ਼ਰੂਰ ਉੱਥੇ ਨੇ ਜਿਹੜੀ ਆਊਗੀ ਨਾ, ਮੂਵੀ ਆਊਗੀ। ਸੋ ਦੋਸਤੋ, ਜਿਵੇਂ ਆਪਾਂ ਬਾਈ ਜਸਵੰਤ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ, ਅਤੇ ਹੁਣ ਆਪਣੇ ਉਹਨਾਂ ਦੇ ਬ੍ਰਦਰ ਬੈਠੇ ਆ, ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ, ਅਤੇ ਉਹਨੂੰ ਤੋਂ ਜਾਣਦੇ ਹਾਂ ਕਿ ਬਾਈ ਦਾ ਸੁਭਾਅ ਘਰੇ ਕਿਹੋ ਜਿਹਾ, ਕਿਉਂਕਿ ਵੈਸੇ ਤਾਂ ਇਹ ਸਭ ਨੂੰ ਹਸਾਉਂਦੇ ਰਹਿੰਦੇ, ਘਰੇ ਕਿੰਨਾ ਕੁ ਹਸਾਉਂਦੇ ਉਹ ਜਾਣਦੇ ਆ। ਹਾਂਜੀ ਬਾਈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਅਤੇ ਤੁਸੀਂ ਗੱਲ ਕੀਤੀ ਹੈ ਭਾਅ ਜੀ ਦੀ। ਹਾਂਜੀ, ਅਤੇ ਇਹ ਤਾਂ ਸਾਡੇ ਉਸਤਾਦ ਵੀ ਨੇ, ਭਰਾ ਵੀ ਨੇ, ਅਤੇ ਘਰੇ ਇਹਨਾਂ ਦਾ ਮਾਹੌਲ ਮਤਲਬ ਇੱਕ ਤਰ੍ਹਾਂ ਦਾ ਇੱਕ ਟੀਚਰ ਦਾ ਹੀ ਆ। ਅੱਛਾ ਜੀ, ਮਤਲਬ ਸਦਾ ਇੰਸਪੀਰੇਸ਼ਨ ਦਿੰਦੇ ਰਹਿੰਦੇ ਆ। ਅੱਛਾ ਜੀ, ਮਤਲਬ ਇੱਕ ਰਹਿੰਦੇ ਆ ਕਿ ਘਰੇ ਇੰਨਾ ਹਸੀ ਮਜ਼ਾਕ ਤਾਂ ਨਹੀਂ ਕਰਦੇ, ਛੋਟੇ ਹੁੰਦੇ ਅਸੀਂ ਦੌੜੇ, ਮਤਲਬ ਜਿਹੜੇ ਦੋ ਜਣੇ ਹੈਗੇ ਅਸੀਂ ਉਹ ਜ਼ਿਆਦਾ ਕਰਦੇ ਹਾਂ, ਇਹ ਵੱਡੇ ਆ ਤਾਂ ਇਹਨਾਂ ਸੀਰੀਅਸ ਹੀ ਰਹਿੰਦੇ ਆ, ਸਾਨੂੰ ਮਤਲਬ ਇਹ ਕਹਿੰਦੇ ਵੀ ਕੁਛ ਨਹੀਂ ਅਤੇ ਅਸੀਂ ਸਮਝ ਵੀ ਸਭ ਚਾਹੀਦਾ। ਠੀਕ ਹੈ ਜੀ, ਸੋ ਗਰਮ ਹੋ ਜਾਂਦੇ ਕਦੇ ਕਦੇ, ਮਤਲਬ ਕਦੇ ਕਦੇ ਹੋ ਜਾਂਦਾ, ਮਤਲਬ ਅੱਖਾਂ ਜੀ ਕਹਿ ਜਾਂਦੇ ਸਮਝ ਆ ਜਾਂਦੇ, ਬਸ ਅਸੀਂ ਬਸ ਉੱਥੋਂ ਹੀ ਸਮਝ ਆਉਂਦੇ ਬਾਈ ਗੁੱਸੇ ਹੋ ਗਏ ਹੁਣ ਚੁੱਪ ਹੀ ਰਹੀਏ। ਠੀਕ ਹੈ ਜੀ, ਤਾਂ ਮਤਲਬ ਝਿੜਕ ਕੇ ਗਾਲ ਕੱਢ ਕੇ ਕਦੀ ਅੱਜ ਤੱਕ ਇਹਨਾਂ ਨੇ ਸਮਝਾਇਆ। ਠੀਕ ਹੈ ਜੀ, ਸੋ ਤੁਸੀਂ ਇਹਨਾਂ ਦੀ ਕੋਈ ਹੋਰ ਗੱਲ ਸੁਣਾਉਣੀ ਚਾਹੋ ਜੋ ਘਰ ਦੇ ਨਾਲ ਰਿਲੇਟਡ ਹੋਵੇ ਜਾਂ ਤੁਹਾਨੂੰ ਬੜੀ ਵਧੀਆ ਲੱਗਦੀ ਹੋਵੇ ਕੋਈ ਗੱਲ? ਇਹਨਾਂ ਦੀ ਵਧੀਆ ਇਹ ਲੱਗਦੀ ਗੱਲ ਕਿ ਮਤਲਬ ਕਦ ਹਮੇਸ਼ਾ ਇਹ ਪੋਜ਼ਿਟਿਵ ਰਹਿੰਦੇ। ਠੀਕ ਹੈ ਜੀ, ਕਦੀ ਇਹ ਨੈਗੇਟਿਵ ਨਹੀਂ ਹੁੰਦੇ ਕਿ ਹਾਂ ਕਿਸੇ ਨੂੰ ਲੈ ਕੇ ਆਪਣੀ ਚੀਜ਼ 'ਤੇ ਹਾਵੀ ਨਹੀਂ ਹੋਣ ਦਿੰਦੇ ਕਿਸੇ ਚੀਜ਼ ਨੂੰ, ਕਿ ਮਤਲਬ ਹਮੇਸ਼ਾ ਇੱਕ ਦੂਸਰੇ ਨੂੰ ਪ੍ਰਤੀ ਮਤਲਬ ਹੈਲਪਫੁਲ ਰਹਿੰਦੇ ਆ। ਕਦੇ ਵੀ ਕੋਈ ਹੋਵੇ, ਵੱਡਾ ਹੋਵੇ ਛੋਟਾ ਹੋਵੇ, ਮਤਲਬ ਚਾਹੇ ਜੇਬ 'ਚ 10 ਰੁਪਏ ਨਾ ਹੋਵੇ, ਉਹਦੀ 100 ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਮੇਸ਼ਾ। ਠੀਕ ਹੈ ਜੀ, ਮਤਲਬ ਹਰ ਕਿਸੇ ਦੀ, ਆਪਣੇ ਰਿਸ਼ਤੇਦਾਰ ਦੀ, ਦੋਸਤਾਂ ਦੀ ਜਾਂ ਫੈਮਿਲੀ ਮੈਂਬਰ ਕਿਸੇ ਦੀ ਵੀ, ਹਰ ਕਿਸੇ ਦਾ ਸੋਚਦੇ, ਇਹ ਨਹੀਂ ਕਿ ਆਪਣਾ ਹੀ। ਠੀਕ ਹੈ ਜੀ, ਮਤਲਬ ਇਹ ਮਤਲਬ ਭਰਾ ਤਾਂ ਇਹ ਚੰਗੇ ਹੈਗੇ ਹੈਗੇ, ਇਨਸਾਨ ਵੀ ਚੰਗੇ ਨੇ। ਚਲੋ ਠੀਕ ਹੈ, ਬਹੁਤ ਵਧੀਆ ਗੱਲ ਆ। ਸੋ ਤੁਹਾਨੂੰ ਇਹਨਾਂ ਦਾ ਕੋਈ ਕੋਈ ਗੱਲ, ਕੋਈ ਚੁਟਕਲਾ ਯਾਦ ਆ, ਕੋਈ ਇੱਦਾਂ ਆਉਂਦਾ ਜਿਹੜਾ ਇਹ ਸੁਣਾਉਂਦੇ ਰਹਿੰਦੇ ਅਕਸਰ ਹੀ, ਕੋਈ ਪਰਫਾਰਮ ਕਰਦੇ, ਤੁਸੀਂ ਕੁਛ ਕਰਕੇ ਦਿਖਾਉਣਾ ਚਾਹੋ? ਇਹ ਤਾਂ ਨਹੀਂ ਸੁਣਾਉਂਦੇ, ਮੈਂ ਜ਼ਰੂਰ ਦੇਖਦਾ ਉਹਨਾਂ, ਇੱਕ ਉਹ ਬਿੱਤਰ ਬਾਦਸ਼ਾਹ ਵਾਲਾ MH1 'ਤੇ ਸੀ, ਉਹ ਕਿ ਜਿਵੇਂ ਬੈਠੇ ਹੁੰਦੇ ਰੈਸਟੋਰੈਂਟ 'ਚ ਕੁੜੀ ਨਾ, ਅਤੇ ਬਿੱਤਰ ਬਾਦਸ਼ਾਹ ਕਹਿੰਦਾ ਜਨਾਬ ਮਾੜੀ ਕੁੜੀ ਗੱਲ ਕਰਨੀ ਹੈ, ਅਤੇ ਮੇਰਾ ਸਮਝਾ ਤਾਂ ਉਹ ਕਹਿੰਦੇ ਆ ਕਿ ਮਤਲਬ ਇਹ ਕਹਿੰਦੇ ਆ ਕਿ ਮੈਂ ਉੱਥੇ ਬੈਠਾ ਹੋਊਂਗਾ, ਤੁਸੀਂ ਉੱਧਰੋਂ ਆਉਣਾ ਆ। ਅਮਿਤਾਭ ਬੱਚਨ ਕਹਿੰਦੇ ਤੁਸੀਂ ਆਉਣਾ ਉੱਧਰੋਂ, ਅਤੇ ਮਾੜੀ ਜਿਹੀ ਕੁੜੀ ਨਾਲ ਮੇਰੀ ਸੈਟਿੰਗ ਹੋ ਜੂਗੀ, ਅਤੇ ਮਾੜਾ ਜਿਹਾ ਸਮਝਾ, ਕਹਿੰਦੇ ਆਹ ਕੋਈ ਨਹੀਂ ਬਿੱਤਰ ਮੀਆਂ, ਅਸੀਂ ਕਰਾਂਗੇ ਮਦਦ ਤੁਹਾਡੀ, ਵੀ ਆਪਣੇ ਹਿਸਾਬ ਨਾਲ ਜੋ ਮੈਨੂੰ ਤਾਂ ਆਉਂਦੀ ਨਹੀਂ ਮਿਮਿਕਰੀ, ਇਹਨਾਂ ਦੀ ਗੱਲ ਕਰਦਾ। ਅਤੇ ਉਹ ਉੱਧਰੋਂ ਜਾਂਦੇ ਆ ਕਿ ਹਾਂ ਬੈਠਾ ਹੁੰਦਾ, ਐਂ ਬੈਠਾ ਹੁੰਦਾ, ਹਾਂਜੀ ਹਾਂਜੀ, ਕੁੜੀ ਨਾਲ ਗੱਲ ਕਰਦਾ ਹੁੰਦਾ ਬਿੱਤਰ ਬਾਦਸ਼ਾਹ, ਅਤੇ ਉੱਧਰੋਂ ਲੰਬੂ ਆਉਂਦਾ, ਹੋਰ ਬਿੱਤਰ ਮੀਆਂ ਕੀ ਹਾਲ? ਉਹ ਲੰਬੂ ਯਾਰ ਤੈਨੂੰ ਕਿੰਨੀ ਵਾਰ ਕਿਹਾ, ਜਦੋਂ ਕੋਈ ਬੰਦਾ ਬੈਠਾ ਹੋਵੇ ਨਾ ਮੈਂ ਗੱਲ ਨਹੀਂ ਕਰਦੀ, ਚੱਲ ਬਾਅਦ 'ਚ ਗੱਲ ਕਰਦੇ ਯਾਰ। ਮਤਲਬ ਇਹ ਚੁਟਕਲਾ ਹਮੇਸ਼ਾ ਮੈਨੂੰ ਯਾਦ ਰਹਿੰਦਾ, ਇਹ ਚੀਜ਼ ਮੈਂ ਦੋਸਤਾਂ ਨੂੰ ਅਕਸਰ ਕਰਦਾ ਵੀ ਰਹਿੰਦਾ। ਅੱਛਾ ਅੱਛਾ, ਠੀਕ ਹੈ, ਓਕੇ। ਸੋ ਬਾਈ ਜੀ, ਤੁਸੀਂ ਆਪਣੇ ਕਰੀਅਰ ਬਾਰੇ, ਸੰਘਰਸ਼ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾ ਦੀਆਂ, ਸੋ ਫੈਮਿਲੀ ਦਾ ਕਿਸੇ ਵੀ ਬੰਦੇ ਦੀ ਕਾਮਯਾਬੀ ਪਿੱਛੇ ਬਹੁਤ ਵੱਡਾ ਰੋਲ ਹੁੰਦਾ, ਸੋ ਆਪਣੀ ਫੈਮਿਲੀ 'ਚ ਕੌਣ ਕੌਣ ਆ ਜੀ? ਹਾਂਜੀ, ਫੈਮਿਲੀ 'ਚ ਭਾਅ ਜੀ ਫਾਦਰ ਸਾਹਿਬ ਤਾਂ ਹੁਣ ਨਹੀਂ ਰਹੇ, ਜਿਹਨਾਂ ਦੀ ਆਪਾਂ ਗੱਲਾਂ ਸੁਣਾਈਆਂ, ਉਹ ਬਸ ਉਹਨਾਂ ਦਾ ਦੱਸੇ ਹੋਏ ਰਸਤੇ ਆ ਜਿੱਥੇ ਚੱਲਣਾ, ਹੈ ਨਾ, ਖੋਤਾ ਉਹ ਨਹੀਂ ਰਹੇ। ਅਤੇ ਮਦਰ ਨੇ, ਬ੍ਰਦਰ ਹੈ ਛੋਟਾ, ਸਿਸਟਰ ਆ ਅਮੈਰੀਕਾ, ਅਤੇ ਸਾਡੀ ਜੁਆਇੰਟ ਫੈਮਿਲੀ ਹੈ, ਬਾਕੀ ਹਰ ਚਾਚੇ ਦੇ ਦੋ ਦੋ ਮੁੰਡੇ ਆ, ਸ਼ੋਅ ਵੀ ਕਰਨਾ ਹੋਵੇ ਬਾਹਰੋਂ ਬੰਦੇ ਨਹੀਂ ਲਿਆਉਣੇ ਪੈਂਦੇ ਘਰ। ਅਤੇ ਬਾਕੀ ਇੱਕ ਜ਼ਿੰਦਗੀ 'ਚ ਮੋਸਟ ਇੰਪੋਰਟੈਂਟ ਗੱਲ ਕਿ ਬੰਦੇ ਦੀ ਲਾਈਫ 'ਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਆ, ਖਾਸ ਕਰ ਕਲਾਕਾਰ, ਇੱਕ ਮਾਈਕ ਅਤੇ ਇੱਕ ਵਾਈਫ। ਸਹੀ ਗੱਲ ਹੈ, ਜੇ ਦੋਨੇ ਚੀਜ਼ਾਂ ਤੁਹਾਡੇ ਨਾਲ ਹੈਗੀਆਂ ਨਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਅਤੇ ਮੇਰੇ ਕੋਲ ਦੋਨੇ ਹੈਗੀਆਂ। ਮੇਰੀ ਵਾਈਫ ਆ ਗੁਰਜੀਤ ਕੌਰ, ਉਹ ਬੜਾ ਐਪਰੀਸ਼ੀਏਟ ਕਰਦੇ ਮੈਨੂੰ, ਐਕਚੁਅਲੀ ਕਿਤੇ ਨਾ ਕਿਤੇ ਜਿਹੜਾ ਮੈਂ ਨਿਖਾਰ ਆਇਆ ਜਿਹੜੇ ਮੇਰੇ ਦੋਸਤ ਕਹਿੰਦੇ ਪਹਿਲਾਂ ਨਾਲੋਂ, ਉਹ ਕਰੇਲੋ ਨੂੰ ਜਾਂਦਾ, ਕਿਉਂਕਿ ਵਾਈਫ ਤੁਹਾਡੀ ਸਭ ਤੋਂ ਵੱਡੀ ਕ੍ਰਿਟਿਕਸ ਹੁੰਦੀ ਆ। ਬਿਲਕੁਲ ਜੀ, ਵੈਲਵਿਸ਼ਰ ਵੀ ਹੁੰਦੀ, ਕ੍ਰਿਟਿਕਸ ਵੀ ਹੁੰਦੀ ਆ। ਜਦ ਇੱਕ ਮੈਂ ਨਰਿੰਦਰ ਸਿੰਘ ਕਪੂਰ, ਤੁਹਾਡੇ ਵੀ ਮੈਂ ਦੇਖਿਆ ਕਿਤਾਬ, ਉਹਨਾਂ ਦੀ ਇੱਕ ਲਾਈਨ ਪੜ੍ਹੀ ਸੀ ਮੈਂ ਵਿੱਚ ਬੜੀ, ਕਹਿੰਦੇ ਜੇ ਤੁਸੀਂ ਜੋ ਜ਼ਿੰਦਗੀ ਚਾਹ ਰਹੇ ਹੋ ਤੁਹਾਨੂੰ ਨਹੀਂ ਮਿਲ ਰਿਹਾ, ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਘਰ ਵਾਲੇ ਨੂੰ ਧਿਆਨ ਦਾ ਨਹੀਂ ਸੁਣਦੇ ਪਏ। ਸਹੀ ਗੱਲ, ਬੜਾ ਵੱਡਾ, ਹਰ ਕਾਮਯਾਬ ਇਨਸਾਨ ਦੇ ਪਿੱਛੇ ਆ ਦਿੰਦੇ ਔਰਤ ਦਾ ਹੱਥ ਹੁੰਦਾ, ਅਤੇ ਨਾਕਾਮਯਾਬ ਪਿੱਛੇ ਕਈਆਂ ਦਾ। ਇਹ ਗੱਲ ਵੀ ਸਹੀ ਹੈ। ਬੱਚੇ ਮੇਰੇ ਦੋ, ਅਰਜੁਨ ਬੇਟਾ, ਸਿੱਧਕ ਬੇਟੀ ਹੈ। ਠੀਕ ਹੈ ਜੀ, ਅਤੇ ਮੇਰੀ ਤਵਚਾ ਸੇ ਵੈਸੇ ਉਮਰ ਦਾ ਪਤਾ ਨਹੀਂ ਚੱਲਦਾ। ਨਹੀਂ ਨਹੀਂ, ਬਹੁਤ ਤੁਸੀਂ ਫਿੱਟ ਹੋ। ਚਲੋ ਥੈਂਕ ਯੂ ਭਾਅ ਜੀ, ਬਟ ਇਹ ਛੋਟੀ ਜਿਹੀ ਫੈਮਿਲੀ ਹੈ ਜੀ, ਮੈਂ ਹੁਣ ਵਾਈਫ ਅਤੇ ਬੱਚਿਆਂ ਨੇ ਬੰਬੇ ਹੀ ਰਹਿੰਦਾ, ਮਾਤਾ ਜੀ, ਬਾਕੀ ਜੁਆਇੰਟ ਫੈਮਿਲੀ ਸਾਰੇ ਉੱਤੇ, ਬ੍ਰਦਰ ਨੇ, ਮਾਸੀ ਹੋਣੇ, ਚਾਚੀ ਹੋਣੇ, ਸਭ ਇੱਥੇ ਹੀ ਨੇ। ਠੀਕ ਹੈ ਜੀ, ਅਤੇ ਜਦੋਂ ਆਉਂਦਾ ਤਾਂ ਫਿਰ ਉਹੀ ਖਿਆਲਾਂ ਖਾਬਾਂ 'ਚ ਰੁੱਝ ਜਾਈਦਾ, ਨਵੀਂ ਐਨਰਜੀ ਲੈ ਕੇ ਫਿਰ ਉੱਥੇ ਜਾਈਦਾ। ਸੋ ਬਾਈ, ਆਖਰੀ ਸਵਾਲ ਮੈਂ ਅਕਸਰ ਹੀ ਆਰਟਿਸਟ ਤੋਂ ਪੁੱਛਦਾ ਵੀ ਜੋ ਵੀ ਜ਼ਿੰਦਗੀ 'ਚ ਹਾਸਲ ਕੀਤਾ ਉਦੋਂ ਸੰਤੁਸ਼ਟ ਹੋ ਤੁਸੀਂ ਵੀ, ਵਾਕਈ ਜੋ ਚਾਹੁੰਦਾ ਸੀ ਜਸਵੰਤ ਨੂੰ ਮਿਲ ਗਿਆ? ਕਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ, ਹਰ ਗੁਰਦੁਆਰੇ 'ਤੇ ਲਿਖਿਆ ਹੁੰਦਾ, ਬਿਲਕੁਲ, ਬੜਾ ਵੱਡਾ ਸ਼ੁਕਰ ਹੀ ਕਰਨਾ ਚਾਹੀਦਾ, ਬਟ ਇੰਨਾ ਸ਼ੁਕਰ ਨਾ ਕਰੋ, ਸ਼ੁਕਰ ਤੋਂ ਬਾਅਦ ਸ਼ਨੀਵਾਰ ਵੀ ਹੈਗਾ, ਵੀ ਯਾਦ ਕਰੋ, ਐਤਵਾਰ ਵੀ, ਸੋਮਵਾਰ ਵੀ ਹੈ। ਮੈਂ ਸੈਟਿਸਫਾਈਡ ਇਸ ਕਰਕੇ ਹਾਂ ਕਿ ਮੈਨੂੰ, ਜੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਪਰਮਾਤਮਾ ਪੁੱਛੇ ਕਿ ਤੂੰ ਅਗਲੇ ਜਨਮ 'ਚ ਕੀ ਬਣਨਾ ਚਾਹੁੰਦਾ, ਮੈਂ ਜਸਵੰਤ ਹੀ ਬਣਨਾ ਚਾਹੁੰਦਾ, ਉਸੇ ਊਧਮ ਸਿੰਘ ਦੇ ਘਰ ਪੈਦਾ ਹੋਣਾ ਚਾਹੁੰਦਾ। ਕਿਆ ਬਾਤ ਹੈ ਜੀ, ਉਸੀ ਰੇਸ਼ਮ ਕੌਰ ਦੇ ਘਰ ਪੈਦਾ ਹੋਣਾ ਚਾਹੁੰਦਾ, ਉਹੀ ਵਾਈਫ ਮਿਲਣੀ ਚਾਹੀਦੀ ਮੈਨੂੰ, ਹੋਰ ਵੱਡੀ ਗੱਲ, ਉਹੀ ਭਰਾ ਮਿਲਣੇ ਚਾਹੀਦੇ, ਉਹੀ ਦੋਸਤ, ਹੋਰ ਨਹੀਂ ਮੈਨੂੰ ਚਾਹੀਦਾ। ਠੀਕ ਹੈ ਜੀ, ਬਹੁਤ ਵਧੀਆ ਗੱਲ ਆ। ਆਹ
ਠੀਕ ਹੈ, ਕਲਾਕਾਰ ਦਾ ਉਹ ਜਿਵੇਂ ਡਾਇਲੋਗ ਸੀ ਨਾ ਕਹਿੰਦਾ ਮੈਂ ਤਾਂ ਸਮੁੰਦਰ ਪੀਆਂ ਫਿਰ ਪਿਆਸੇ ਦਾ ਬੋਲ ਸੁੱਕੇ ਉਹ ਹੋਣਾ ਵੀ ਚਾਹੀਦਾ ਅਤੇ ਕਿਉਂਕਿ ਜ਼ਿੰਦਗੀ ਜਿਹੜੀ ਪਰਮਾਤਮਾ ਨੇ ਦਿੱਤੀ ਆ ਹੈ ਨਾ, ਕਿਸਾਨ ਤੋਂ ਸਿੱਖਣਾ ਚਾਹੀਦਾ, ਕੇਲੇ ਵਾਲੇ ਰੇਹੜੀ ਲਾਉਂਦਾ ਨਾ ਬੰਦਾ ਉਹ ਤੋਂ ਸਿੱਖਣਾ ਚਾਹੀਦਾ, ਉਹ ਰੋਜ਼ ਨਵੇਂ ਲਿਆ ਕੇ ਲਾਉਂਦਾ, ਉਹ ਇੱਕ ਦਿਨ ਗਲ ਜਾਣੇ ਆ ਵਿਕਣੇ ਫਿਰ ਦੁਬਾਰਾ, ਹਰ ਰੋਜ਼ ਨਵੀਂ ਪੌਦ ਹੈ, ਹਰ ਰੋਜ਼ ਨਵੀਂ ਫਸਲ ਹੈ, ਮੌਸਮ ਹੈ ਕਿੰਨੇ ਹਿੰਦੁਸਤਾਨ 'ਚ, ਇਹਨੂੰ ਤੋਂ ਸਿੱਖੋ, ਚੇਂਜ ਹੁੰਦੇ ਰਹੋ, ਵੱਧਦੇ ਰਹੋ, ਰੁਕੋ ਨਾ, ਚਲਤੀ ਕਾ ਨਾਮ ਗਾੜੀ। ਬਿਲਕੁਲ, ਸੋ ਤੁਹਾਡੇ ਕੋਲ ਗੱਲਾਂ ਦਾ ਇੰਨਾ ਭੰਡਾਰ, ਮੈਨੂੰ ਤਾਂ ਇੰਟਰਵਿਊ ਤਾਂ ਆਪਾਂ 3-4 ਘੰਟੇ ਵੀ ਕਰ ਲਈਏ ਤਾਂ ਵੀ ਖਤਮ ਨਹੀਂ ਹੋਣੀ। ਸੋ ਬਾਈ ਜੀ, ਜਿੰਨਾ ਤੁਹਾਡੇ ਜੇ ਟੈਲੈਂਟ ਆ, ਮੇਰਾ ਸਰੋਤੇ ਤੁਹਾਨੂੰ ਜਾਣ ਕੇ ਜ਼ਰੂਰ ਇਹ ਕਹਿਣਗੇ ਵੀ ਕਿ ਵਾਕਈ ਬੰਦਾ ਮਲਟੀ ਟੈਲੈਂਟਡ ਆ ਨਾ, ਗੱਲਾਂ ਵੀ ਇੰਨੀਆਂ ਸੋਹਣੀਆਂ, ਇੱਕ ਮੋਟੀਵੇਸ਼ਨਲ ਸਪੀਕਰ ਵੀ ਤੁਹਾਨੂੰ ਕਹਿ ਸਕਦੇ, ਇੰਨੀਆਂ ਸੋਹਣੀਆਂ ਗੱਲਾਂ ਸੁਣਾਈਆਂ, ਅਤੇ ਨਾਲ ਦੇ ਨਾਲ ਐਕਟਰ ਤੁਸੀਂ ਬਹੁਤ ਵਧੀਆ, ਸਿੰਗਰ ਬਹੁਤ ਵਧੀਆ, ਫਿਰ ਤੁਸੀਂ ਕੋਮੇਡੀ ਕਲਾਕਾਰ ਬਹੁਤ ਵਧੀਆ, ਕਿਹੜੇ ਕਿਹੜੇ ਤੁਹਾਡੇ ਗੁਣ ਗਣਾਈ ਹੈ ਨਾ। ਸੋ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਦਿੰਦੇ ਰਹੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕਿਆ ਬਾਤ ਹੈ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਸੋ ਅਸੀਂ ਤਿੰਨੇ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਿਆ, ਮੈਨੂੰ ਉਮੀਦ ਤੁਹਾਨੂੰ ਵੀ ਬਹੁਤ ਜ਼ਿਆਦਾ ਜਾਣਕਾਰੀ ਮਿਲੀ ਹੋਊਗੀ। ਸੋ ਇਹ ਗੱਲਾਂ ਕੋਈ ਜੋ ਕਹੀਆਂ ਬਾਈ ਨੇ ਉਹ ਦਿਲ ਤੋਂ ਕਹੀਆਂ, ਜੋ ਤਜਰਬਾ ਉਹ ਦੱਸਿਆ, ਕਿਉਂਕਿ ਤਜਰਬਾ ਅੱਜ ਕੱਲ੍ਹ ਕੋਈ ਦੱਸਦਾ ਨਹੀਂ, ਫੇਕ ਲੋਕ ਬਹੁਤ ਮਿਲ ਜਾਂਦੇ ਆ, ਪਰ ਦਿਲ ਦਾ ਅਮੀਰ, ਦਿਲ ਦਾ ਜਿਹੜਾ ਸੱਚਾ ਬੰਦੇ ਬਹੁਤ ਘੱਟ ਮਿਲਦੇ ਆ। ਸੋ ਬਾਈ ਨੂੰ ਸਲਾਮ ਆ। ਸੋ ਆਪਾਂ ਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਸੋ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ, ਅਤੇ ਨਾਲ ਦੇ ਨਾਲ ਇਸ ਵੀਡੀਓ ਹੇਠਾਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ। ਸੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ, ਅਤੇ ਨਾਲ ਦੇ ਨਾਲ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਵੀਡੀਓ ਹੇਠਾਂ ਕਮੈਂਟ ਕਰਕੇ ਵੀ ਦੱਸੋ ਕਿ ਤੁਸੀਂ ਹੋਰ ਕਿਸ ਜੋ ਅਦਾਕਾਰ ਹੈ, ਐਕਟਰਾਂ ਨੂੰ ਮਿਲਣਾ ਚਾਹੁੰਦੇ ਜਾਂ ਸਿੰਗਰ ਨੂੰ ਮਿਲਣਾ ਚਾਹੁੰਦੇ, ਤਾਂ ਆਪਾਂ ਜਲਦੀ ਤੁਹਾਡੇ ਲੈ ਕੇ ਪੇਸ਼ ਹੋਵਾਂਗੇ। ਸੋ ਇੰਨੇ ਸ਼ਬਦ ਨਾਲ ਮੈਨੂੰ ਜਗਮੀਤ ਬਰਾੜ ਅਤੇ ਜਸਵੰਤ ਰਥੌੜ ਨੂੰ ਦਿਓ ਜਾਂ ਮਿਲਦੇ ਕਿਸੇ ਹੋਰ ਵੀਡੀਓ। ਸਤਿ ਸ਼੍ਰੀ ਅਕਾਲ ਜੀ।